ਸੁੱਖਾ ਸਿੰਘ, ਮਹਿਤਾਬ ਸਿੰਘ, ਬੋਤਾ ਸਿੰਘ, ਗਰਜਾ ਸਿੰਘ ਕਿਉਂ ਨਹੀਂ ਵਿਖਾ ਸਕਦੇ? 12 ਮਿਸਲਾਂ ਕਿਉਂ ਨਹੀਂ ਵਿਖਾ ਸਕਦੇ? ਕਹਿੰਦਾ ਵੀ ਚਮਕੌਰ ਦੀ ਗੜੀ 'ਚ 40 ਸੀ, ਕੋਈ ਕਹਿੰਦਾ ਜੀ 44 ਸੀ, ਕੋਈ ਕਹਿੰਦਾ ਜੀ 42 ਸੀ। ਹਾਂਜੀ, ਇੱਕ ਤੇ ਆ ਜਾਓ ਈਸ਼ੂ ਦੀ ਗੱਲ ਕਰਦੇ, ਈਸਾ ਮਸੀਹ ਦੀ। ਸਾਰੇ ਕਹਿੰਦੇ ਵੀ ਉਹਦੇ 13 ਚੇਲੇ ਸੀ। ਇੱਥੇ ਫਿਲਮਾਂ ਦੀ ਪੰਗਾ ਪੈਂਦਾ ਯਾਰ। ਉਹ ਕਹਿੰਦਾ ਤੁਸੀਂ 40 ਕਿੱਦਾਂ ਦਿਖਾਤੇ? ਸਾਡੇ ਬਾਬਾ ਜੀ ਤਾਂ ਕਹਿੰਦੇ 45 ਸੀਗੇ। ਉਹ ਬਾਬਾ ਜੀ ਉਦੋਂ ਉੱਥੇ ਕਿਤੇ ਜੰਗ 'ਚ ਨਾਲ ਫਿਰਦੇ ਸੀ। ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ, ਉਹ ਗੁਜਰੀ ਦੇ ਦੁੱਧ ਦੀ ਮਹਾਂ ਸ਼ਕਤੀ, ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ। ਉਸ ਮਰਦ ਗਮੜੇ ਮਰਦ ਜਿਹਾ ਦੁਨੀਆਂ 'ਤੇ ਮੁੜ ਕੇ ਹੋਇਆ ਹੀ ਨਹੀਂ। ਲੋਕ ਧੀਆਂ ਤੋਰ ਕੇ ਰੋਂਦੇ, ਉਹ ਪੁੱਤ ਵਾਰ ਕੇ ਰੋਇਆ ਹੀ ਨਹੀਂ। ਜਦੋਂ ਬੱਚਿਆਂ ਨੂੰ ਲੈ ਕੇ ਜਾਇਆ ਕਰੋਗੇ ਤਾਂ ਊੜੇ ਆੜੇ ਦੀ ਤਖਤੀ ਲੱਗੀ ਹੋਊਗੀ ਲਾਇਬ੍ਰੇਰੀ 'ਚ, ਅਤੇ ਜਾ ਕੇ ਬੱਚਿਆਂ ਨੂੰ ਵਿਖਾਇਆ ਕਰਨਾ, ਬੇਟਾ ਯੇ ਊੜਾ ਆੜਾ ਹੋਤਾ ਥਾ, ਅਸੀਂ ਉਹ ਹਾਂ ਜਿਨ੍ਹਾਂ ਨੇ ਸਿਕੰਦਰ ਦਾ ਮੂੰਹ ਮੋੜਿਆ, ਅਸੀਂ ਚੰਗੇਜ਼ ਮੰਗੋਲ ਆਰੀਅਨ ਅਸੀਂ ਰੋਕੇ ਆ, ਸਾਡੇ ਬਾਬੇ ਨੇ ਹਾ ਦਾ ਨਾਰਾ ਮਾਰਿਆ ਬਾਬਰ ਨੂੰ, ਤੁਸੀਂ ਵੀ ਮਾਰਿਆ। ਹੁਣ ਦੱਸੂਗਾ ਉਹ ਇਹੋ ਜਿਹਾ ਯੋਧਾ ਸੀ ਜੱਸਾ ਸਿੰਘ ਆਹਲੂਵਾਲੀਆ, ਮਾਰ ਕੇ ਧੌਣ ਦੇ ਖੱਬੇ ਪਾਸੇ ਕੰਨ ਦੇ ਵਾਰ ਕਰਕੇ ਅੱਧਾ ਧੜ ਵੱਢਤਾ ਸੀ ਬੰਦੇ, ਵੱਢ ਕੇ ਘੋੜੇ ਦੀ ਧੌਣ ਵੱਢੀ ਇੱਕੋ ਵਾਰ 'ਚ। ਪਹਿਲਾਂ ਬੰਦਾ ਵੱਢਿਆ, ਉਸੇ ਤਲਵਾਰ ਨਾਲ ਘੋੜਾ ਵੱਢਿਆ, ਲਿਆ ਕੇ 6 ਇੰਚ ਤਲਵਾਰ ਜ਼ਮੀਨ 'ਚ ਕੱਢਤੀ। ਸੱਚ, ਕਿਉਂਕਿ ਸਿੱਖਾਂ ਨਾਲ ਧੋਖਾ ਕਰਕੇ ਭੱਜਿਆ ਉੱਥੋਂ, ਲਾਹੌਰ ਦੇ ਵਿੱਚ ਬੈਠਾ ਜਦੋਂ ਪਤਾ ਲੱਗਾ ਅਬਦਾਲੀ ਹੈਗਾ, ਰਾਤੋਂ ਰਾਤ ਛੱਡ ਕੇ ਭੱਜ ਗਿਆ। ਉਧਰੋਂ ਪੱਟਾਂ ਨੂੰ ਤੇਲ ਆਈ ਫਿਰਦੇ ਸੀ ਅਗਲੇ ਵੀ, ਆਵੇ ਅਬਦਾਲੀ ਦੱਸਦੇ ਸੀ ਤਾਂ ਤਿਆਰ ਬੈਠੇ ਹਾਂ। ਇੱਕ ਬੰਦ ਕਮਰੇ ਦੇ ਵਿੱਚ ਦੋ ਬੰਦੇ ਹੱਥ 'ਚ ਸਿਗਾਰ ਫੜ ਕੇ ਸ਼ਰਾਬ ਦਾ ਗਲਾਸ, ਤਲੀਕ ਮਾਰੇ, ਇੱਥੋਂ ਆਹ ਉੱਧਰ ਪਾ ਦਈਏ, ਇਹਨੂੰ ਇੱਧਰ ਕਰ ਦਿਓ, ਕਿਸੇ ਨੇ ਪੁੱਛਿਆ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਚੜ੍ਹਦੀ ਕਲਾ, ਸਭ ਵਧੀਆ ਜੀ। ਤੁਹਾਡੀ ਪੱਗ ਦਾ ਸਟਾਈਲ ਬਹੁਤ ਵਧੀਆ। ਮੈਂ ਮੇਰੇ ਖਿਆਲ ਜਦੋਂ ਤੋਂ ਆਪਾਂ ਲਿੰਕ ਵਿੱਚ ਹੈਗੇ ਹਾਂ, ਮੈਂ ਉਦੋਂ ਤੋਂ ਮਨ 'ਚ ਸੀਗਾ, ਮੈਂ ਕਿਹਾ ਜਦੋਂ ਭਾਅ ਜੀ ਨੂੰ ਮਿਲਣਾ ਨਾ, ਮੈਂ ਉਦੋਂ ਭਾਅ ਜੀ ਨੂੰ ਆਹ ਗੱਲ ਜ਼ਰੂਰ ਕਹਿਣੀ ਹੈ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਇਹ ਸਟਾਈਲ ਕਿਉਂ ਅਡੋਪਟ ਕੀਤਾ? ਮੈਨੂੰ ਲੱਗਦਾ ਸੀਗਾ ਕਿ ਜਿੰਨਾ ਬੰਦਾ ਰੋ ਰਵੇ ਨਾ, ਰੋ ਮਤਲਬ ਕਿ ਪਿਓਰ ਜਿਹਾ ਰਵੇ, ਹਾਂਜੀ, ਉਹਨਾਂ ਸਿੰਪਲੀਸਿਟੀ ਜਿਹਨੂੰ ਕਹਿੰਦੇ ਹਾਂ ਆਪਾਂ, ਹਾਂਜੀ ਹਾਂਜੀ, ਸਿੰਪਲੀਸਿਟੀ ਵਾਲੀ ਗੱਲ ਆ ਵੀ ਸਿੰਪਲੀਸਿਟੀ ਮੈਂ ਰੱਖਣੀ ਚਾਹੁੰਦਾ ਸੀ, ਅਪਣਾਉਣਾ ਚਾਹੁੰਦਾ ਸੀ ਜ਼ਿੰਦਗੀ ਦੇ ਵਿੱਚ। ਪਰ ਚਲੋ, ਸੱਜਣ ਸਿੰਘ ਰੰਗਰੂਟ ਫਿਲਮ ਸ਼ੁਰੂ ਹੋਈ ਉਸ ਦਰਮਿਆਨ ਮੈਨੂੰ ਆ ਪੱਗ ਬੰਨਣ ਦਾ ਮੌਕਾ ਮਿਲਿਆ, ਹੈ ਨਾ, ਇੱਦਾਂ ਦੀ ਪੱਗ ਬੰਨਣੀ ਆ ਵੱਡੀ, 12-14 ਮੀਟਰ ਦੀ ਪੱਗ ਸੀ ਉਹ। ਅੱਛਾ ਜੀ। ਅਤੇ ਉਹ 2-3 ਮਹੀਨੇ ਕੈਰੀ ਕੀਤੀ, ਮੁੜ ਕੇ ਫਿਰ ਮੈਂ ਕਿਹਾ ਇਹੋ ਠੀਕ ਆ ਕੰਮ, ਵਧੀਆ, ਨਾਲੇ ਸ਼ੀਸ਼ੇ 'ਚ ਵੇਖ ਕੇ ਨਹੀਂ ਬੰਨਣੀ ਪੈਂਦੀ। ਅੱਛਾ, ਵੈਸੇ ਹੀ ਬੰਨ ਲੈਂਦੇ, ਤੁਰੇ ਜਾਂਦੇ ਜਾਂਦੇ ਐਂ ਬੰਨ ਲਈਦੀ ਆ, ਕਈ ਵੀ ਤਾਂ ਗੱਡੀ 'ਚ ਢਿੱਲੀ ਹੋ ਜਾਂਦੀ ਆ ਇਹ, ਮਤਲਬ ਹੋਰ 3-4-5 ਘੰਟਿਆਂ 'ਚ ਢਿੱਲੀ ਹੋ ਜਾਂਦੀ ਆ। ਹਾਂ, ਅਤੇ ਫਿਰ ਉਹ ਗੱਡੀ 'ਚ ਲਾ ਕੇ ਉਹਦੇ ਮਨ ਬੁਣ ਲਈਦੀ, ਮੈਂ ਤਾਂ ਕਈ ਵਾਰੀ ਜਹਾਜ਼ 'ਚ ਮਾਨ ਲਈ ਨਾ ਲਾ ਕੇ। ਉਹ ਦਲਜੀਤ ਬਾਈ ਨੇ ਜਿਹੜਾ ਉਹ ਪੱਗ ਦੀ ਪੂਣੀ ਕਰਾਈ ਸੀ ਏਅਰ ਹੋਸਟਸ ਤੋਂ, ਇਹਦੀ ਪੂਣੀ ਨਹੀਂ ਕਰਾਉਣੀ ਪੈਂਦੀ, ਇਹਦੀ ਪੂਣੀ ਨਹੀਂ ਕਰਾਉਣੀ ਪੈਂਦੀ, ਇਹਦੀ ਉੱਦਾਂ ਹੀ ਬਸ ਖੋਲੀ, ਉੱਦਾਂ ਹੀ ਲਪੇਟ ਲਈ ਫਿਰ। ਅੱਛਾ ਅੱਛਾ। ਪਰ ਇਹ ਵੀ ਇਹਦੀ ਬੱਜੀ ਦਾ ਪਤਾ ਨਹੀਂ ਲੱਗਦਾ, ਜਿਹੜੀ ਆਪਾਂ ਬੰਨਦੇ, ਜਿੱਦਾਂ ਹੁਣ ਆ ਤੁਸੀਂ ਬੰਨੀ ਆ, ਹਾਂਜੀ, ਇਹ ਪੱਗ ਜਦੋਂ ਮੰਨਦੇ ਹਾਂ ਆਪਾਂ ਥੋੜ੍ਹੀ ਕੱਸ ਕੇ ਬੰਨਣੀ ਪੈਂਦੀ, ਸਿਰ ਦੁਖਦਾ ਕਈ ਵਾਰੀ ਨਾ, ਪਤਲਾ ਦਾ ਬੱਜਾ ਕੁਛ, ਇਹਦਾ ਕੋਈ ਪਤਾ ਹੀ ਨਾ, ਤਾਂ ਫੁੱਲ ਵਰਗੀ ਪੱਗ ਹੈ ਤਾਂ ਕਿੱਧਰ ਮਰਜ਼ੀ ਰਾਈ ਫਿਰੋ ਇਹਨੂੰ, ਦੇਖਣ 'ਚ ਵੀ ਸੋਹਣੀ ਲੱਗਦੀ ਅਤੇ ਫੱਬਦੀ। ਅਸਲ ਪੱਗ ਪੰਜਾਬ ਦੀ ਪੁਰਾਣੀ ਪੱਗ, ਜਿਹੜੀ ਮਝੈਲੀ ਪੱਗ ਕਹਿੰਦੇ ਇਹਨੂੰ, ਮਝੈਲ ਬੰਨਦੇ ਹੁੰਦੇ ਸੀ ਜਿਹੜੇ ਦਰਿਆਓਂ ਪਾਰ ਦੇ, ਪਿਆਸ ਤੋਂ ਪਰਾਂ ਦਾ ਇਲਾਕਾ ਜਿਹੜਾ ਸੀਗਾ, ਖਾਸ ਤੌਰ 'ਤੇ ਇੱਦਾਂ ਦੀ ਪੱਗ ਬੰਨਦਾ ਸੀਗਾ। ਅੱਛਾ, ਹਾਂਜੀ ਹਾਂਜੀ ਹਾਂਜੀ। ਮੇਰੇ ਖਿਆਲ ਤੁਸੀਂ ਜੰਮਪਲ ਵੀ ਉੱਧਰ ਦੇ ਹੀ ਹੋ? ਹਾਂਜੀ, ਮੇਰਾ ਜੰਮਪਲ ਵੀ ਪਿੰਡ, ਮੇਰਾ ਬਿਆਸ ਦੇ ਨਾਲ ਬੁੱਢਾ ਥੇ ਮੇਰਾ ਪਿੰਡ ਆ। ਅੱਛਾ। ਮਤਲਬ ਦਰਿਆ ਟੱਪਦਿਆਂ ਪਹਿਲਾਂ ਪਿੰਡ ਹੀ ਆਉਂਦਾ ਮੇਰਾ, ਫਿਰ ਬਿਆਸ ਆਉਂਦਾ। ਸੋ ਮੇਰੇ ਬਜ਼ੁਰਗ ਵੀ ਇਹੋ ਹੀ ਬੰਨਦੇ ਸੀਗੇ, ਬਜ਼ੁਰਗ ਮੇਰਾ ਪਿਛੋਕੜ ਜਿਹੜਾ ਆ ਉਹ, ਜੇ ਆਪਾਂ ਮੰਨ ਕੇ ਚੱਲੀਏ ਤਾਂ ਮਿਸਲਦਾਰਾਂ ਵਿੱਚੋਂ ਹੈਗਾ ਸਾਡੇ। ਹਾਂਜੀ। ਅੱਛਾ ਜੀ। ਗਾਂ ਤੋਂ ਗਾਂ
ਜਦੋਂ ਅਬਦਾਲੀ ਦਾ ਹਮਲਾ ਜਾਂ ਇੱਦਾਂ ਹਮਲੇ ਹੁੰਦੇ ਸੀਗੇ, ਸੋ ਉਹਨਾਂ ਦੇ ਵੀ ਸਾਡੇ ਬਜ਼ੁਰਗ ਜਾਂਦੇ ਰਹੇ ਆ। ਐਸ ਸੱਚ ਕੁਛ ਮਤਲਬ ਨਾਂ ਨਹੀਂ ਮੈਨੂੰ ਚੇਤੇ, ਪਰ ਘਰ ਦੇ ਗੱਲ ਸੁਣਾਉਂਦੇ ਹੁੰਦੇ ਸੀਗੇ ਹਾਂਜੀ, ਕਿ ਪਿਛੋਕੜ ਜਿਹੜਾ ਸਾਡਾ ਮਤਲਬ ਉੱਦਾਂ ਉਹਨਾਂ ਨਾਲ ਰਿਲੇਟ ਕਰਦਾ। ਸੋ ਹਾਂਜੀ, ਕਿਉਂ ਬਜ਼ੁਰਗਾਂ ਦੀਆਂ ਦਾਦਿਆਂ ਪੜਦਾਦਿਆਂ ਦੀਆਂ ਵੇਖੀ ਦੀਆਂ ਪੱਗਾਂ ਉਹ ਇੱਦਾਂ ਦੀਆਂ ਬੰਨਦੇ ਆ, ਤੋ ਮੈਂ ਸੋਚਿਆ ਵੀ ਚਲੋ ਇੱਦਾਂ ਦੀ ਪੱਗ ਬੰਨ ਕੇ ਰੱਖਦੇ ਹਾਂ। ਸਹੀ ਹੈ, ਸਹੀ ਜੀ ਜੀ। ਪਰ ਬਹੁਤ ਪਿਆਰ ਮਿਲਿਆ ਜੀ, ਬਹੁਤ ਪਿਆਰ ਮਿਲਿਆ ਇਹ ਪੱਗ ਦਾ। ਬੜੇ ਕੈਂਪ ਲਾਏ ਫਰਾਂਸ ਫਰੂੰਸ ਵਾਲੇ, ਇਟਲੀ ਵਾਲੇ ਪਾਸੇ, ਇੰਗਲੈਂਡ, ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ। ਅੱਛਾ, ਕਈ ਵਾਰ ਤਾਂ ਕਈ ਸੱਜਣ ਮਿੱਤਰ ਖਾਸ ਤੌਰ 'ਤੇ ਸਾਦੇ ਵੀ ਭਾਅ ਜੀ ਤੁਸੀਂ ਹਫ਼ਤੇ ਕੁ ਲਈ ਆ ਜਾਓ, ਤੁਹਾਨੂੰ ਟਿਕਟ ਭੇਜ ਦਿੰਦੇ ਹਾਂ, ਅਤੇ ਤੁਸੀਂ ਪੈਸੇ ਦੱਸੋ ਕਿੰਨੇ ਲੈਣੇ, ਸਾਨੂੰ ਪੱਗ ਬੰਨਣੀ ਸਿਖਾ ਦਿਓ, ਅਸੀਂ 10-15 ਜਾਣੇ ਇੱਥੇ ਹੈਗੇ। ਮੈਂ ਕਹਿੰਦਾ ਯਾਰ ਤੁਸੀਂ ਐਂ ਕਰੋ ਵੀ ਕੈਂਪ ਅਰੇਂਜ ਕਰੋ, ਪੈਸੇ ਪੂਸੇ ਛੱਡੋ, ਪੈਸੇ ਕੀ ਦੇਣੇ, ਪੱਗ ਦੇ ਕੀ ਪੈਸੇ ਲੈਣੇ ਆ। ਹਾਂਜੀ ਬਿਲਕੁਲ, ਵੀ ਚੱਲ ਮੈਂ ਜਦੋਂ ਵਿਹਲਾ ਆਇਆ ਉੱਦਾਂ ਆਜੂੰਗਾ ਤੁਹਾਡੇ ਕੋਲ, ਰੌਣਕ ਮੇਲਾ ਹੀ ਘੁੰਮ ਫਿਰ ਲਵਾਂਗੇ ਨਾਲੇ। ਹਾਂਜੀ, ਅਤੇ ਨਾਲੇ ਤੁਹਾਨੂੰ ਪੱਗ ਬੰਨਣੀ ਸਿਖਾਊਂਗਾ। ਹੁਣ ਵੀ ਕਈ ਜਾਣੇ ਮੈਨੂੰ ਕਈ ਵੀ ਫੋਨ ਆਏ ਹੋਏ ਆ ਕਿ ਭਾਅ ਜੀ ਯੂਰਪ ਵਾਲੇ ਪਾਸਿਓਂ, ਕਿ ਭਾਅ ਜੀ ਆਓ ਕਿਸੇ ਦਿਨ ਯਾਰ ਪੱਗ ਬੰਨਣੀ ਸਿੱਖਣੀ ਤੁਹਾਡੇ ਕੋਲ। ਸੋ ਇਹ ਪਿਆਰ ਹੀ ਹੈ ਜੀ। ਸਹੀ ਹੈ ਜੀ, ਸਹੀ ਹੈ। ਇੱਕ ਭਾਅ ਜੀ ਅਗਲਾ ਕੁਸ਼ਚਨ ਮੇਰਾ ਇਹ ਹੈ, ਤੁਹਾਡੀਆਂ ਅਸੀਂ ਰੀਲਸ ਵੇਖਦੇ ਹਾਂ, ਹਾਂਜੀ ਹਾਂਜੀ, ਅਤੇ ਉਹਨਾਂ ਰੀਲਸ ਦੇ ਵਿੱਚ ਤੁਹਾਡੀ ਜੋ ਚੜ੍ਹਦੀ ਕਲਾ ਹੈ ਨਾ ਇੱਕ, ਹਾਂਜੀ ਹਾਂਜੀ, ਉਹ ਸਾਨੂੰ ਹਮੇਸ਼ਾ ਦੇਖਦੀ ਹੈ, ਤੁਹਾਡੇ ਚਿਹਰੇ 'ਤੇ ਜਿਹੜੀ ਮੁਸਕਾਨ ਹੈ ਉਹ ਜਦੋਂ ਵੀ ਵੀਡੀਓ ਆਉਂਦੀ ਨਾ ਸਾਹਮਣੇ, ਉਹ ਕਈਆਂ ਦੇ ਤਾਂ ਵੈਸੇ ਹੀ ਜਿਹੜੇ ਕਲੇਜੇ ਠਾਰ ਦਿੰਦੀ ਹੈ ਕਿ ਯਾਰ ਕਿੰਨਾ ਸੋਹਣਾ ਸਾਬਤ ਸੂਰਤ ਸਿੰਘ ਆ ਅੱਗੇ, ਉਹਦਾ ਕੀ ਰਾਜ ਹੈ? ਰਾਜ ਕੁਛ ਨਹੀਂ ਜੀ, ਬਸ ਇਹ ਮੇਰੀ ਬੇਬੇ ਨਿੱਕੇ ਹੁੰਦਿਆਂ ਮੈਨੂੰ ਕਹਿੰਦੀ ਹੁੰਦੀ ਸੀ, ਕਦੋਂ ਮੈਂ ਬੰਬੇ ਜਾਣਾ ਸੀਗਾ ਨਾ, ਮੈਨੂੰ ਇੱਕ ਓਪਰਚੁਨਿਟੀ ਜੀ ਮਿਲ ਗਈ ਵੀ ਬੰਬੇ ਆ, ਬੰਬੇ ਆ ਜਾਓ, ਆਪ ਤੋਂ ਹੀਰੋ ਬਣ ਸਕਦੇ ਹੋ। ਅੱਛਾ, ਚਲੋ ਮੇਰੇ ਵੀ ਜਾਗ ਗਿਆ ਮਿਰਜ਼ਾ ਮੇਰਾ ਵੀ, ਮੈਂ ਕਿਹਾ ਬੰਬੇ ਜਾਣਾ ਹੈ ਨਾ, ਅਤੇ ਮੇਰੇ ਬੇਬੇ ਨੇ ਮੈਨੂੰ ਗੱਲ ਕਹੀ ਇੱਕ ਪੁੱਤ ਵੀ ਬੰਬੇ ਤਾਂ ਚੱਲ ਜਾਏਗਾ, ਪਰ ਇਹ ਜਿਹੜਾ ਇਹ ਦਸਵੇਂ ਪਾਤਸ਼ਾਹ ਦਾ ਸਰੂਪ ਤੈਨੂੰ ਮਿਲਿਆ ਨਾ, ਇਹ ਨਹੀਂ ਰਹਿਣਾ ਉੱਥੇ ਜਾ ਕੇ। ਮੈਂ ਕਿਹਾ ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਆ, ਵੀ ਉੱਥੇ ਹੋਰ ਵੀ ਤਾਂ ਹੈਗੇ ਆ। ਇਹ ਭਾਅ ਜੀ ਸੋਰੀ ਮੈਂ ਤੁਹਾਨੂੰ ਟੋਕ ਰਿਹਾ, ਇਹ ਕਿਹੜੇ ਸਨ ਦੀ ਗੱਲ ਕਰ ਰਹੇ ਹੋ ਤੁਸੀਂ? ਇਹ ਮੈਂ ਤੁਹਾਨੂੰ ਦੱਸਣ ਡਿਆ ਜੀ, 2007-8 ਦੀ ਗੱਲ ਆ, 7 ਗੱਲ ਹਾਂਜੀ। ਓਕੇ, ਅਤੇ ਸਨ ਆਫ ਸਰਦਾਰ ਉਦੋਂ ਫਿਲਮ ਖਤਮ ਹੋਈ ਸੀ, ਮੈਨੂੰ ਯਾਦ ਹੈ ਉਸੇ ਕਰਿਊ 'ਚ ਮੈਨੂੰ ਕਿਸੇ ਨੇ ਕਿਹਾ ਸਨ ਆਫ ਸਰਦਾਰ ਦੇ ਕਰਿਊ ਦੇ ਵਿੱਚੋਂ ਹੀ, ਅਤੇ ਮੈਨੂੰ ਉਦੋਂ ਤਾਂ ਸਮਝਣ ਲੱਗੀ, ਮੈਨੂੰ ਐਂ ਲੱਗੇ ਸਭ ਤੋਂ ਵੱਡੀ ਦੁਸ਼ਮਣ ਮੇਰੀ ਬੇਬੇ ਆ ਮੇਰੀ, ਵੀ ਮੈਨੂੰ ਜਾਣ ਨਹੀਂ ਦਿੰਦੀ। ਫਿਰ ਹੋਰ 2-4 ਮਿੱਤਰਾਂ ਨਾਲ ਗੱਲ ਹੋਈ, ਲਖਵੀਰ ਭਾਅ ਜੀ ਸੀਗੇ ਮੇਰਾ ਬ੍ਰਦਰ ਵੱਡਾ, ਜਗਪ੍ਰੀਤ ਸਿੰਘ, ਉਹ ਸਾਰੇ ਜਾਣੇ ਸੀਗੇ, ਉਹਨਾਂ ਨਾਲ ਗੱਲ, ਉਹ ਕਹਿੰਦਾ ਚੱਲਿਆ ਤਾਂ ਜਾਏਗਾ, ਜ਼ਿੰਦਗੀ ਵੀ ਮਿਲ ਜੂ, ਸਭ ਕੁਛ ਉੱਥੇ ਰਹਿਣ ਸਹਿਣ ਬਹਿਣ ਖਲੋਣ ਸਭ ਕੁਛ ਮਿਲ ਜੂਗਾ। ਪਰ ਇਹ ਯਾਦ ਰੱਖੀ ਵੀ ਮਾਂ ਤੋਂ ਦੂਰ ਹੋ ਜਾਏਗਾ, ਜੇ ਉਹ ਕਹਿਣ ਡਈ ਆ ਕੁਛ ਵੀ ਖਾਣੀਆਂ 2 ਰੋਟੀਆਂ ਹੀ ਆ, ਮੇਰੀ ਮਾਤਾ ਨੇ ਇੱਕ ਗੱਲ ਕਹੀ ਸੀ, ਪੁੱਤ ਖਾਣੀਆਂ 2 ਰੋਟੀਆਂ ਹੀ ਆ ਬਸ, ਭਾਵੇਂ ਚੰਦ 'ਤੇ ਚੱਲ ਜਾ, 2 ਰੋਟੀਆਂ ਦੀ ਜ਼ਰੂਰਤ ਆ ਬੰਦੇ ਨੂੰ, ਅਤੇ ਕੁਝ ਕੱਪੜੇ ਤਨ ਢੱਕਣ ਵਾਸਤੇ, ਇਸ ਤੋਂ ਵੱਧ ਜ਼ਰੂਰਤ ਨਹੀਂ ਹੈ ਇਨਸਾਨ ਦੀ। ਇਸ ਤੋਂ ਵੱਧ ਤਾਂ ਫਿਰ ਲਾਲਸਾ ਆ, ਜਿੰਨੀ ਤੁਸੀਂ ਵਧਾਈ ਜਾਣੋ ਉਹ ਮੁੱਕਣੀ ਨਹੀਂ ਕਦੀ ਵੀ। ਸਾਈਕਲ ਲੈ ਲਏਗਾ, ਸਾਈਕਲ ਤੋਂ ਸਕੂਟਰ 'ਤੇ ਆ ਜਾਏਗਾ, ਸਕੂਟਰ ਤੋਂ ਬਾਅਦ ਮੋਟਰਸਾਈਕਲ 'ਤੇ ਆ ਜਾਏਗਾ, ਫਿਰ ਮਰੂਤੀ 'ਤੇ ਆ ਜਾਏਗਾ, ਫਿਰ ਕਾਧਾ ਵਾਧਾ 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 ਵਾਧਾ, ਰੋਲਸ ਰੋਇਸ ਤੋਂ ਗਾਂਹ ਮੁੱਕੇਗਾ, ਹੁਣ ਕਹਿੰਦਾ ਹੈਲੀਕਾਪਟਰ ਲੈ ਲਾਂ, ਇਹ ਲਾਲਸਾ ਨਹੀਂ ਮੁੱਕਣੀ। ਪਰ ਜ਼ਰੂਰਤ 2 ਰੋਟੀਆਂ ਅਤੇ ਕੁਝ ਕੱਪੜੇ ਤਨ ਢੱਕਣ ਵਾਸਤੇ, ਇੰਨੀ ਕੁ ਜ਼ਰੂਰਤ ਆ, ਜੇ ਇਹਨੂੰ ਸਮਝ ਲਏਗਾ ਤਾਂ ਠੀਕ ਰਹਿਣ। ਮੈਂ ਸਮਝਿਆ ਨਹੀਂ ਉਦੋਂ, ਹਾਂਜੀ, ਪਰ ਟਾਈਮ ਲੱਗਾ ਸਮਝਣ ਨੂੰ, ਪਰ ਜਦੋਂ ਸਮਝ ਲੱਗੀ ਉਦੋਂ ਜ਼ਿੰਦਗੀ ਬੜੀ ਕਮਾਲ ਦੀ ਹੋ ਗਈ। ਸਹੀ ਗੱਲ, ਬਸ ਸਿੰਪਲੀਸਿਟੀ ਮੈਨੂੰ ਸਮਝ ਲੱਗਾ ਕਿ ਜਿੰਨਾ ਸਾਦਾ ਜੀਵਨ ਜੀ ਲਉਂਗੇ ਨਾ, ਜਿੰਨਾ ਸਾਦਾ ਜੀਵਨ ਜੀ ਲਉਂਗੇ ਓਨੇ ਵਧੀਆ ਰਹੋਗੇ, ਓਨੇ ਝੰਝਟਾਂ ਤੋਂ ਦੂਰ ਰਹੋਗੇ। ਰਾਤ ਨੂੰ ਸੌਣ ਲੱਗਿਆਂ ਅੱਜ ਵੀ
ਜਦੋਂ ਅੱਖਾਂ ਮੀਚੀ ਦੀਆਂ ਸਾਰਾ ਦਿਨ ਰਿਵਾਈਜ਼ ਕਰੀਦਾ ਅੱਖਾਂ ਅੱਗੇ, ਕੋਈ ਗੁਨਾਹ ਤਾਂ ਨਹੀਂ ਹੋ ਗਿਆ, ਕੋਈ ਗਲਤੀ ਤਾਂ ਨਹੀਂ ਕਰ ਬੈਠੇ ਦਿਨ 'ਚ, ਕਿਸੇ ਦਾ ਦਿਲ ਤਾਂ ਨਹੀਂ ਦਿਖਾਇਆ? ਜੇ ਲੱਗੇ ਦਿਖਾਇਆ ਤਾਂ ਅਗਲੇ ਦਿਨ ਭਾਵੇਂ ਗਲਤੀ ਉਹਦੀ ਹੋਵੇ, ਜਾ ਕੇ ਮਾਫ਼ੀ ਮੰਗ ਲਈ ਦੀ ਯਾਰ ਵੀ ਸੋਰੀ, ਕੱਲ੍ਹ ਆਪਾਂ ਵੈਸੇ ਸੀ, ਕੱਲ੍ਹ ਆਪਾਂ ਲੜੇ ਸੀ, ਜਾਂ ਕੱਲ੍ਹ ਇਸ ਗੱਲ 'ਤੇ ਆਰਗਿਊ ਹੋਇਆ ਸੀਗਾ, ਮਾਫ਼ੀ ਮੈਂ ਮੰਗਦਾ ਪਰ ਗਲਤੀ ਤੇਰੀ ਸੀ, ਉਹਨੂੰ ਉੱਥੇ ਨਿਬੇੜ ਦਿਉ ਗੱਲ ਨੂੰ ਜਿੱਥੋਂ ਗੱਲ ਸ਼ੁਰੂ ਹੋਈ ਨਾ। ਮੈਂ ਇਹੋ ਹੀ ਸਿੱਖਿਆ, ਮੇਰੀ ਸਿੰਪਲੀਸਿਟੀ, ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਚਿਹਰੇ 'ਤੇ ਬੜਾ ਖੁਸ਼ੀ ਦੇਖਦੀ, ਖੁਸ਼ੀ ਇਹੋ ਹੀ ਗਮ ਨਾਲ ਲੈ ਕੇ ਤੁਰਿਆ ਹੀ ਨਹੀਂ ਮੈਂ, ਕੋਈ ਭਾਰ ਰੱਖਣ ਦੀ ਲੋੜ ਹੀ ਨਹੀਂ, ਕੀ ਲੈਣਾ ਕੀ ਲੈਣਾ ਕੀ, ਲੈ ਕੇ ਜਾਣਾ ਤੁਸੀਂ ਨਾਲੇ। ਜਦੋਂ ਕੋਠੀਆਂ ਕਾਰਾਂ ਆਪਾਂ ਸਾਰਾ ਕੁਛ ਲੈ ਲੈਂਦੇ ਹਾਂ, ਪਰ ਜਿੰਨਾ ਚਿਰ ਅੰਦਰੋਂ ਸਕੂਨ ਨਹੀਂ ਮਿਲਦਾ ਉਨਾ ਚਿਰ ਉਹ ਸਾਰਾ ਹੀ ਵਿਅਰਥ। ਲਾਲਸਾ ਤਾਂ ਮੁੱਕਣੀ ਨਹੀਂ ਨਾ ਕਦੀ, ਲਾਲਸਾ ਨਹੀਂ ਮੁੱਕਦੀ ਭਾਅ ਜੀ ਕਦੀ। ਤੁਸੀਂ ਇਹ ਵੇਖਣਾ ਕਿ ਤੁਹਾਨੂੰ ਸੈਟਿਸਫੈਕਸ਼ਨ ਕਿੱਥੋਂ ਮਿਲਦੀ ਆ। ਬਸ ਮੈਨੂੰ ਸੈਟਿਸਫੈਕਸ਼ਨ ਮਿਲਦੀ ਆ ਕਿ ਯਾਰ ਕੋਈ ਬੰਦਾ ਨਾ ਮੇਰੇ ਬਾਰੇ ਗਲਤ ਨਾ ਮਿੱਥ ਰੱਖੇ ਦਿਮਾਗ 'ਚ, ਸਾਲਾ ਮੈਨੂੰ ਮਾਫ਼ੀ ਮੰਗਣੀ ਪੈਂਦੀ, ਚੱਲ ਮੰਗ ਲਓ ਯਾਰ ਕੋਈ ਚੱਕਰ ਨਹੀਂ, ਕੀ ਹੋ ਗਿਆ ਕੀ ਹੋ ਜੂਗਾ। ਹੁਣ ਇੱਕ ਮੈਂ ਨਾ ਇੱਕ ਗੱਲ ਪੜ੍ਹਦਾ ਸੀਗਾ, ਓਸ਼ੋ ਦੀ ਇੱਕ ਬੁੱਕ ਪੜ੍ਹਦਾ ਸੀਗਾ, ਉਹ ਕਹਿੰਦਾ ਇੱਕ ਬਾਲਟੀ ਆਪਾਂ ਖੂਹ ਦੇ ਵਿੱਚ ਸੁੱਟਦੇ ਹਾਂ, ਜੇ ਖੂਹ 'ਚ ਪਾਣੀ ਹੋਊਗਾ, ਜੇ ਖੂਹ 'ਚ ਪਾਣੀ ਹੋਊਗਾ ਤਾਂ ਹੀ ਉਹ ਪਾਣੀ ਲੈ ਕੇ ਆਊਗੀ ਬਾਹਰ ਉਹ, ਹਾਂਜੀ, ਜੇ ਪਾਣੀ ਨਹੀਂ ਹੋਊਗਾ ਖੂਹ 'ਚ ਤਾਂ ਕੀ ਲਿਆਊਗੀ, ਖਾਲੀ ਬਾਹਰ ਆ ਜਾਊਗੀ ਨਾ। ਕਹਿੰਦੇ ਇੱਦਾਂ ਹੀ ਜੇ ਤੁਹਾਨੂੰ ਕਿਸੇ ਨੇ ਮਾੜਾ ਵਕਾਰ ਕਿਹਾ, ਕਿਸੇ ਨੇ ਗਾਲ ਕੱਢੀ, ਕਿਸੇ ਨੇ ਮੰਦੇ ਸ਼ਬਦ ਬੋਲੇ, ਜੇ ਤੁਹਾਡੇ ਅੰਦਰ ਗੰਦ ਹੋਊਗਾ, ਜੇ ਤੁਹਾਡੇ ਅੰਦਰ ਗੰਦ ਹੋਊਗਾ, ਉਹਨੇ ਤਾਂ ਪਾਤੀ ਆਪਣੀ ਚੀਜ਼ ਤੁਹਾਡੇ ਅੰਦਰ ਵੀ ਲਿਆ ਕੱਢ ਕੇ ਦੇ ਅੰਦਰੋਂ ਬਾਹਰ, ਜੇ ਹੈਗਾ ਤਾਂ ਬਾਹਰ ਆਜੂਗਾ, ਜੇ ਨਹੀਂ ਹੋਊਗਾ ਤਾਂ ਕਿੱਥੋਂ ਆਊਗਾ। ਜਦੋਂ ਮੂੰਹ ਮੋੜ ਕੇ ਨਾ ਮੈਨੂੰ ਵੀ ਚੰਗਾ ਭਰਾਵਾ ਖੁਸ਼ ਰਹਿ, ਮੇਰੀ ਗੱਲ ਸਮਝ ਸਮਝ ਗਏ? ਮਤਲਬ ਮੈਨੂੰ ਨਹੀਂ ਪਤਾ ਗੱਲ ਸਮਝ ਲੱਗੀ ਕਿ ਨਹੀਂ। ਤੁਹਾਡੇ ਕਹਿਣ ਦਾ ਮਤਲਬ, ਮੰਨ ਲਓ ਕਿਸੇ ਨੇ ਆਪਾਂ ਨੂੰ ਗਾਲ ਕੱਢੀ, ਜਿੰਨਾ ਚਿਰ ਉਹ ਗਾਲ ਆਪਾਂ ਲਈ ਨਹੀਂ ਨਾ, ਜੇ ਤੁਹਾਡੇ ਅੰਦਰ ਗਾਲਾਂ ਬੈਠੀਆਂ ਨੇ ਜਿਹੜੀਆਂ ਬੈਠੀਆਂ ਨੇ ਵੀ ਆ ਮੈਂ ਤੈਨੂੰ ਦੱਸਾਂ, ਇਟ ਮੀਨਸ ਤੂੰ ਵੀ ਤਾਂ ਗੰਦਾ ਨਾ, ਤੇਰੇ ਅੰਦਰ ਵੀ ਤਾਂ ਵਿਕਾਰ। ਬਸ ਗੱਲ ਉਨੀ ਕਾ ਵੀ ਜੇ ਬਾਲਟੀ ਖੂਹ ਸੁੱਟੀ, ਜੇ ਪਾਣੀ ਨਹੀਂ ਹੋਊਗਾ, ਉਹਨੇ ਖਾਲੀ ਬਾਹਰ ਹੋਣਾ, ਜੇ ਉਹਨੇ ਗਾਲ ਕੱਢੀ ਤੂੰ ਤੁਹਾਨੂੰ ਕੋਈ ਪਰਵਾਹ ਹੀ ਨਹੀਂ, ਅਤੇ ਮੈਨੂੰ ਲੱਗਦਾ ਉਹਦੀ ਗਾਲ ਉਹਨੂੰ ਹੀ ਵਾਪਸ ਵੱਜਣੀ, ਵਾਪਸ ਚਪੇੜ ਉਹਦੇ ਮੂੰਹ ਦੇ ਉੱਤੇ, ਵੀ ਸਮਝਣ ਦੀ ਗੱਲ ਆ ਬਸ, ਗੱਲ ਹੋਰ ਕੁਛ ਨਹੀਂ। ਗੱਲ ਸਾਰੀ ਉਹੀ ਗੱਲਾਂ ਨੂੰ ਲੈਣ ਦੀ ਹੋਈ ਹੈ ਕਿ ਆਪਾਂ ਕਿਸ ਢੰਗ ਨਾਲ ਲੈਂਦੇ ਹਾਂ, ਹਾਂ ਹਾਂ, ਆਪਾਂ ਕਿਸ ਵੇ ਨਾਲ ਸੋਚਦੇ ਹਾਂ। ਕਈ ਜਣੇ ਹੁਣ ਕੋਈ ਗਾਲ ਕੱਢਦਾ ਅਤੇ ਅੱਗੋਂ ਉਹਨੂੰ ਕੁੱਟਣ ਤੱਕ ਚੱਲ ਜਾਂਦੇ ਆ, ਕਈ ਜਣੇ ਹੁਣ ਜਿਹੜੇ ਤੁਹਾਡੇ ਵਰਗੀਆਂ ਰੂਹਾਂ ਉਹ ਕਹਿੰਦੀਆਂ ਕਿ ਚੱਲ ਕੋਈ ਗੱਲ ਨਹੀਂ, ਅਸੀਂ ਵੀ ਸਾਡੇ 'ਚ ਵੀ ਵਕਾਰ ਨੇ, ਗੱਲ ਉਹ ਨਹੀਂ ਹੈ, ਅਸੀਂ ਵੀ ਗਾਲਾਂ ਹੀ ਵੀ ਕੱਢਦੇ ਹਾਂ, ਜੋਬ ਹੀ ਉੱਦਾਂ ਦੀ ਆ। ਫਿਲਮ ਮੇਕਿੰਗ ਤਾਂ ਛੋਟੀ ਜੋਬ ਥੋੜ੍ਹੀ ਆ, ਮਾੜੀ ਜੋਬ ਥੋੜ੍ਹੀ ਆ, ਮੈਨੇਜਮੈਂਟ ਬਹੁਤ ਔਖਾ, ਤੁਸੀਂ 200-300 ਦੇ ਕਰੀਬ ਨੂੰ ਮੈਨੇਜ ਕਰਨਾ ਇਹ ਬੜੀ ਵੱਡੀ ਗੱਲ ਆ। ਹਾਂਜੀ, ਨਿਕਲਦੀਆਂ ਮੰਦੇ ਸ਼ਬਦ ਵੀ ਨਿਕਲਦੇ ਆ, ਪਰ ਅਗਲੇ ਦਿਨ ਜੱਫੀ ਪਾ ਲਈ ਦਿੰਦੇ ਵੀ ਕੱਲ੍ਹ ਵਾਲੀ ਗੱਲ ਕੱਲ੍ਹ ਤਾਂ ਮੁੱਕ ਗਈ, ਅੱਜ ਨਵਾਂ ਸੂਰਜ ਚੜ੍ਹਿਆ, ਅੱਜ ਨਵੀਂ ਸ਼ੁਰੂਆਤ ਕਰੀਏ, ਸਹੀ ਇੱਥੇ ਗੱਲ ਮੁੱਕ ਜਾਂਦੀ। ਆਈ ਥਿੰਕ ਇਹੀ ਤੁਹਾਡੀ ਸਕਸੈਸ ਦਾ ਰਾਜ ਹੈ ਸ਼ਾਇਦ, ਕਿ ਹਾਂਜੀ ਪੂਰੀ ਟੀਮ ਨੂੰ ਜਿਸ ਤਰ੍ਹਾਂ ਹੈਂਡਲ ਕਰਨਾ, ਕਿਉਂਕਿ ਕਈ ਅਗਲੇ ਗੁੱਸਾ ਗਿਲਾ ਕਰਕੇ ਛੱਡ ਕੇ ਨਾ ਚਲੇ ਜਾਣ, ਜੇਕਰ ਅੱਛਾ ਭਾਅ ਜੀ ਆਪਾਂ ਇੱਧਰ ਹੀ ਆਉਣੇ ਆ ਤੁਹਾਡੇ ਕੰਮ ਲਈ। ਮੈਨੂੰ ਨਾ ਮੈਂ ਕਿਤੇ ਪਤਾ ਨਹੀਂ, ਮੈਨੂੰ ਯਾਦ ਨਹੀਂ ਗਾ, ਮੈਂ ਪੜ੍ਹਿਆ ਸੀਗਾ ਕਿ ਸੁਣਿਆ ਸੀਗਾ ਕਿ ਜਦੋਂ ਸਤਵਿੰਦਰ ਬਿੱਟੀ ਦਾ ਜੋ ਇੱਕ ਐਲਬਮ ਆਈ ਸੀ ਉਦੋਂ ਧੰਨ ਤੇਰੀ ਸਿੱਖੀ, ਤੁਸੀਂ ਉਦੋਂ ਤੋਂ ਕਰੀਅਰ ਸ਼ੁਰੂ ਕੀਤਾ ਜਾਂ ਉਸ ਤੋਂ ਪਹਿਲਾਂ ਦੀ ਕੋਈ? ਉਸ ਤੋਂ ਪਹਿਲਾਂ ਮੈਂ ਕਰਦਾ ਸੀ, ਬਟ ਮਾੜੇ ਮੋਟੇ ਕਰੈਕਟਰ ਜਿੱਦਾਂ ਕਰਾਊਡ 'ਚ ਕੰਮ ਕਰ ਲਿਆ, ਅੱਛਾ, ਕਦੇ ਪਿੱਛੋਂ ਲੰਘ ਗਏ ਇੱਧਰੋਂ ਇੱਧਰ ਨੂੰ, ਕਦੀ ਸਾਈਕਲ ਲੈ ਕੇ ਐਂ ਲੰਘ ਗਏ, ਐਕਟਰ ਗੱਲਾਂ ਕਰਨ ਡੇ, ਐਕਸਟਰਾ ਜਿਹਨੂੰ ਕਹਿੰਦੇ ਆ। ਅੱਛਾ, ਕਹਿ ਸ਼ੁਰੂ ਤਾਂ ਮੈਂ 96-95 ਤੋਂ ਹੀ ਕਰਦਾ ਸੀਗਾ, ਬਟ 99 ਦੇ ਵਿੱਚ ਆਈ ਥਿੰਕ ਕੈਸਟ ਆਈ ਸੀਗੀ ਧੰਨ ਤੇਰੀ ਸਿੱਖੀ, ਉਹਦੇ ਵਿੱਚ ਫਿਰ ਐਕਸਪੋਜ਼ ਮਿਲਿਆ ਚੰਗਾ,
ਫਿਰ 7-8 ਸਾਲ ਚੰਗਾ 7-800 ਗਾਣਾ ਕੀਤਾ ਮੈਂ ਸ਼ੂਟ ਐਜ਼ ਏ ਨਿਹੰਗ ਸਿੰਘ ਬਣ ਕੇ ਜਾਂ ਦੂਜੇ ਕਰੈਕਟਰ ਕਰਕੇ। ਫਿਰ ਦਾੜੀ ਚਿੱਟੀ ਹੋਣ ਲੱਗੀ ਮਾੜੀ ਮਾੜੀ, ਮੈਨੂੰ ਲੱਗਿਆ ਵੀ ਹੁਣ ਦੌਰ ਮੁੱਕਣ ਵਾਲਾ। ਫਿਰ ਮੈਂ ਟਰੈਕ ਚੇਂਜ ਕਰਕੇ ਐਕਟਿੰਗ ਛੱਡਤੀ। ਅੱਛਾ ਜੀ। ਐਕਟਿੰਗ ਛੱਡ ਕੇ ਅਤੇ ਗਿਆਨੀ ਦੇ ਨਾਲ ਪ੍ਰੋਡਕਸ਼ਨ 'ਚ ਆ ਗਿਆ। ਗਿਆਨੀ ਮੇਰਾ ਦੋਸਤ ਹੈ, ਗੁਰਪ੍ਰੀਤ ਸਿੰਘ ਭਲੇੜੀ। ਅੱਛਾ ਜੀ। ਉਹਨੇ ਉਦੋਂ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ ਸੀਗਾ ਅਤੇ ਉੱਧਰ ਜੁਆਇਨ ਕਰ ਗਿਆ। ਬਾਅਦ ਫਿਰ ਪ੍ਰੋਡਕਸ਼ਨ 'ਚ ਕੰਪਨੀ ਤੋਂ ਗਾਂਹ ਕੰਪਨੀ, ਲਾਈਨ ਪ੍ਰੋਡਿਊਸਰ ਬਣ ਗਏ, ਐਗਜ਼ੀਕਿਊਟਿਵ ਪ੍ਰੋਡਿਊਸਰ ਬਣ ਗਏ, ਪ੍ਰੋਡਿਊਸਰ ਵੀ ਬਣ ਗਏ। ਦਾਣੇ ਪਾਣੀ ਵੀ ਖੇਡ ਆ ਸਾਰੀ, ਜਿੱਥੇ ਦਾਣੇ ਖਿਲਾਰੇ ਹੀ ਰੱਬ ਨੇ ਚੁਗੀ ਜਾਂਦੇ ਹਾਂ। ਸਹੀ ਹੈ ਜੀ। ਅੱਛਾ ਭਾਜੀ, ਇੱਕ ਚੀਜ਼ ਸਮਝਾਓ ਕਿ ਜੋ ਤੁਹਾਡਾ ਬੈਨਰ ਹੈ ਵਿਰਾਸਤ ਫਿਲਮਸ, ਹਾਂਜੀ ਵਿਰਾਸਤ ਫਿਲਮਸ, ਇਹਦਾ ਜੋ ਮੇਨਲੀ ਕੰਮ ਕੀ ਰਹਿੰਦਾ ਪੂਰੀ ਫਿਲਮ ਪ੍ਰੋਡਕਸ਼ਨ ਦੇ ਵਿੱਚ, ਕਿਸ ਤਰ੍ਹਾਂ ਇਹ ਚੀਜ਼ ਮਤਲਬ ਇਹ ਸਾਰੇ ਕਰੀਅਰ ਨੂੰ ਮੈਨੇਜ ਕਰਦੀ ਹੈ ਜਾਂ ਕਿਹੜਾ ਡਿਪਾਰਟਮੈਂਟ ਤੁਹਾਡੇ ਕੋਲ ਹੁੰਦਾ? ਦੇਖੋ ਭਾਜੀ, ਵਿਰਾਸਤ ਫਿਲਮਸ ਦੀਆਂ ਕਈ ਜੋਬਸ ਨੇ। ਵਿਰਾਸਤ ਫਿਲਮ ਪ੍ਰੋਡਕਸ਼ਨ ਵੀ ਹੈਂਡਲ ਕਰਦੀ ਹੈ, ਵਿਰਾਸਤ ਫਿਲਮ ਲਾਈਨ ਪ੍ਰੋਡਿਊਸਰ ਵੀ ਜੋਬ ਕਰਦੀ ਹੈ, ਵਿਰਾਸਤ ਫਿਲਮ ਪ੍ਰੋਜੈਕਟ ਵੀ ਹੈਂਡਲ ਕਰਦੀ ਹੈ, ਪ੍ਰੋਜੈਕਟ ਬਣਾਉਂਦੀ ਵੀ ਹੈ, ਐਜ਼ ਏ ਪ੍ਰੋਡਿਊਸਰ ਵੀ ਕੰਮ ਕਰਦੀ ਹੈ। ਇਹ ਇੱਕ ਕੰਪਨੀ ਦੇ ਕਈ ਮੋਡ ਨੇ, ਜਿਹਨੂੰ ਹੈਲਪ ਦੀ ਲੋੜ ਹੈ ਉਹਦੀ ਹੈਲਪ ਵਾਸਤੇ ਪਹੁੰਚ ਜਾਂਦੀ ਹੈ। ਅੱਛਾ। ਜਿਹਨੂੰ ਜੋ ਲੋੜ ਹੈ, ਕਈ ਕਾਸਟਿੰਗ ਵੀ ਦੇਖਦੇ ਰਹੇ ਕਿਸੇ ਵੇਲੇ ਅਸੀਂ, ਸਾਡੇ ਆਪਣੇ ਘਰ ਦੇ ਹੀ ਡਾਇਰੈਕਟਰ ਨੇ, ਆਪਣੇ ਰਾਈਟਰ ਵੀ ਆਪਣੇ ਕੋਲ ਸਾਡੇ ਆਪਣੇ ਹੀ ਹੈਗੇ ਨੇ, 40-45 ਮੁੰਡਿਆਂ ਦੀ ਟੀਮ ਹੈਗੀ ਹੈ। ਅੱਛਾ। ਹਾਂ, ਮਤਲਬ ਬਹੁਤ ਸਾਰੀਆਂ ਜੋਬਸ ਨੇ। ਇੱਕ ਜਿਹਨੂੰ ਕਹਿੰਦੇ ਨਾ ਕਿ ਵਨ ਸਟੈਂਡ ਹੈ ਨਾ ਲੋਕੇਸ਼ਨ, ਉੱਦਾਂ ਦਾ ਹਿਸਾਬ ਹੈ ਵੀ ਤੁਸੀਂ ਇੱਕ ਵਾਰੀ ਆਓ, ਪ੍ਰੋਜੈਕਟ ਬਣਾ ਕੇ ਲੈ ਕੇ ਜਾਓ, ਹਰ ਚੀਜ਼ ਅਵੇਲੇਬਲ ਹੈ ਆਪਣੇ ਕੋਲ ਉੱਥੇ। ਹਾਂਜੀ। ਪਰ ਐਟ ਪ੍ਰੈਜੈਂਟ ਮੈਂ ਜ਼ਿਆਦਾਤਰ ਐਜ਼ ਏ ਪ੍ਰੋਡਿਊਸਰ ਹੀ ਵਰਕ ਕਰ ਰਿਹਾ, ਜਾਂ ਕਿਸੇ ਸੱਜਣ ਮਿੱਤਰ ਦਾ ਕੋਈ ਪ੍ਰੋਜੈਕਟ ਬਣਨਾ ਹੁੰਦਾ ਤਾਂ ਪ੍ਰੋਜੈਕਟ ਵਿੱਚ ਨਾਲ ਜੁਆਇਨ ਕਰ ਚਾਹੀਦਾ, ਐਜ਼ ਏ ਕ੍ਰੀਏਟਿਵ ਹੈੱਡ ਜਾਂ ਐਜ਼ ਏ ਕ੍ਰੀਏਟਿਵ ਪ੍ਰੋਡਿਊਸਰ ਜਾਂ ਐਜ਼ ਏ ਈਪੀ, ਵਟ ਐਵਰ, ਜਿੱਦਾਂ ਵੀ ਲੋੜ ਪਵੇ। ਹਾਂਜੀ। ਪਰ ਮੈਂ ਜ਼ਿਆਦਾ ਆਪਣੇ ਪ੍ਰੋਜੈਕਟ ਹੀ ਕਰਨਾ ਪਸੰਦ ਕਰਦਾ ਹੁਣ। ਸਹੀ ਹੈ ਜੀ। ਜੀ, ਤੁਹਾਡੀ ਇੱਕ ਰੀਸੈਂਟ ਹੁਣ ਫਿਲਮ ਵੀ ਆ ਰਹੀ ਹੈ ਮੇਰੇ ਖਿਆਲ? ਹਾਂਜੀ, ਫਿਲਮਾਂ 2-3 ਨੇ ਜੀ ਜਿਹੜੀਆਂ ਬਣੀਆਂ ਪਈਆਂ ਨੇ। ਹਾਂਜੀ। ਬਸ ਰਿਲੀਜ਼ ਦੀ ਵੇਟ ਹੀ ਆ ਬਸ ਉਹਨਾਂ ਦੀ। ਹਾਂਜੀ। ਓਕੇ ਜੀ। ਮੈਂ ਜ਼ਿਆਦਾ ਰਿਲੀਜੀਅਸ ਕੰਮ ਪਸੰਦ ਕਰਦਾ, ਔਰ ਬਹੁਤ ਛੇਤੀ ਅਸੀਂ ਥੋੜ੍ਹਾ ਰਿਲੀਜੀਅਸ ਪ੍ਰੋਜੈਕਟ 2-4 ਲੈ ਕੇ ਆ ਰਹੇ ਹਾਂ ਵੱਡੇ ਲੈਵਲ ਦੇ। ਹਾਂਜੀ ਹਾਂਜੀ। ਜਿੱਦਾਂ ਬੋਤਾ ਸਿੰਘ, ਗਰਜਾ ਸਿੰਘ। ਮੈਂ ਭਾਅ ਜੀ ਇਹਦੇ ਬਾਰੇ ਪੁੱਛਣਾ ਹੀ ਸੀਗਾ। ਹਾਂਜੀ। ਦਾਸਤਾਨ ਇੱਕ ਫਿਲਮ ਹੈ ਬਹੁਤ ਵੱਡੀ, ਅਮਰਿੰਦਰ ਭਾਅ ਜੀ ਹੁਣਾਂ ਦੇ ਪ੍ਰੋਡਕਸ਼ਨ ਹਾਊਸ ਦੇ ਨਾਲ ਮਿਲ ਕੇ ਕਰ ਰਹੇ ਹਾਂ। ਦਾਸਤਾਨ ਦਾ ਅਨਟੋਲਡ ਸਟੋਰੀ ਆਫ 5 ਰਿਵਰਸ, ਬਹੁਤ ਵੱਡਾ ਪ੍ਰੋਜੈਕਟ ਹੈ। ਫਿਰ ਬੋਤਾ ਸਿੰਘ, ਗਰਜਾ ਸਿੰਘ ਹੈ। ਫਿਰ ਹੁਣ ਜਸਟ ਅਨਾਊਂਸ ਕਰਨੀ ਆ 2-4 ਦੇ ਵਿੱਚ ਸੁੱਖਾ ਸਿੰਘ, ਮਹਿਤਾਬ ਸਿੰਘ। ਓਕੇ। ਹਾਂਜੀ। ਇੱਦਾਂ ਦੇ ਪ੍ਰੋਜੈਕਟਸ 'ਤੇ ਹੁਣ ਕੰਮ ਕਰਨਾ। ਇਹ ਭਾਜੀ ਮਤਲਬ 3D ਐਨੀਮੇਸ਼ਨ ਫਿਲਮਾਂ ਹੋਣੀਆਂ? ਨਹੀਂ ਭਾਜੀ, ਰੀਅਲ ਕਰੈਕਟਰਸ ਨਾਲ ਬਣਾਵਾਂਗੇ ਫਿਲਮਾਂ। ਬਹੁਤ ਹੋ ਗਿਆ, ਬੜਾ ਬੜੀਆਂ ਸੁਣ ਲਈਆਂ ਲੋਕਾਂ ਦੀਆਂ ਗੱਲਾਂ, ਆਹ ਨਹੀਂ ਹੋਣਾ, ਉਹ ਨਹੀਂ ਹੋਣਾ। ਉਹ ਯੋਧੇ ਸੀਗੇ, ਉਹ ਜੇ ਯੋਧੇ ਹੀ ਅਸੀਂ ਵਾਰੀਅਰਸ ਹੀ ਨਹੀਂ ਵਿਖਾਵਾਂਗੇ ਆਪਣੀ ਕੌਮ ਨੂੰ ਤਾਂ ਲੋਕ ਤਾਂ ਵਿਖਾਈ ਜਾਂਦੇ। ਤੁਸੀਂ ਅੱਜ ਯੂਟਿਊਬ ਖੋਲ੍ਹ ਕੇ ਵੇਖੋ, ਤੁਹਾਨੂੰ ਤੁਸੀਂ ਕਹਿੰਦੇ ਸਾਖੀ ਨਹੀਂ ਸੁਣਾਉਣੀ, ਤੁਸੀਂ ਕਹਿੰਦੇ ਆਹ ਨਹੀਂ ਦਿਖਾਉਣਾ, ਇੱਦਾਂ ਨਹੀਂ ਕਰਨਾ, ਆਹ ਨਹੀਂ ਕਰਨਾ। ਤੂੰ ਵੇਖੋ ਤੁਸੀਂ ਖੋਲ੍ਹ ਕੇ, ਕੋਈ ਯੂਪੀ ਤੋਂ, ਕੋਈ ਮਹਾਰਾਸ਼ਟਰ ਤੋਂ, ਕੋਈ ਕਲਕੱਤੇ ਤੋਂ ਬਣਾ ਬਣਾ ਕੇ ਪਾਈ ਜਾਂਦਾ, ਉਹ ਗਲਤੀ ਪਾਈ ਜਾਂਦਾ। ਇਹਦੇ ਨਾਲੋਂ ਤਾਂ ਚੰਗਾ ਨਾ ਵੀ ਕੋਈ ਗਲਤ ਬੱਚਾ ਕੋਈ ਸੁਣੇ ਸਾਡਾ, ਉਹਨੂੰ ਸਹੀ ਬਣਾ ਕੇ ਪਾ ਦਈਏ ਅਸੀਂ। ਲੋਕਾਂ ਨੇ, ਬੱਚਿਆਂ ਨੇ ਤਾਂ ਵੇਖਣਾ ਹੀ ਆ, ਬੱਚਿਆਂ ਦੇ ਇੰਟਰਟੇਨਮੈਂਟ ਦਾ ਜ਼ਰੀਆ ਅੱਜ TV ਆ ਬਸ। ਤੁਸੀਂ ਨਹੀਂ ਦਿਓਗੇ, ਕੋਈ ਹੋਰ ਦੇ ਦੇਗਾ, ਕੋਈ ਹੋਰ ਨਹੀਂ ਦੇਵਾਂਗੇ। ਉਹ ਜੈ ਹਨੂੰਮਾਨ ਵੇਖਣਗੇ, ਉਹ ਭੀਮ ਵੇਖਣਗੇ, ਉਹ ਸ਼੍ਰੀ ਕ੍ਰਿਸ਼ਨਾ ਵੇਖਣਗੇ। ਗੱਲ ਤਾਂ ਉਹੀ ਆ, ਫਿਰ ਜੋ ਵੇਖਣਾ ਉਹਨਾਂ ਨੇ, ਉਹ ਜਿਹੜੀ ਉਮਰ ਦੇ ਵਿੱਚ ਹੈਗੇ ਉਹਨਾਂ ਨੇ ਉਹੀ ਸਿੱਖਣਾ। ਉਹਦੇ ਨਾਲੋਂ ਬੈਟਰ ਆ
ਕਿ ਆਪਣਾ ਆਪ ਇਨੀਸ਼ੀਏਟਿਵ ਲੈ ਕੇ ਚੰਗੇ ਪ੍ਰੋਜੈਕਟ ਬਣਾ ਕੇ ਅਤੇ ਆਪ ਪੇਸ਼ ਕਰੀਏ। ਉਹਨਾਂ ਨਹੀਂ ਗੁਰੂ ਸਾਹਿਬ ਦਿਖਾਉਣੇ, ਆਪਾਂ ਅਸੀਂ ਵੀ ਇਸ ਇਹਦੇ ਖਿਲਾਫ਼ ਹਾਂ, ਗੁਰੂ ਸਾਹਿਬ ਨਹੀਂ ਦਿਖਾਉਣੇ ਚਾਹੀਦੇ। ਜੋ ਪਰ ਯੋਧੇ ਆਪਾਂ ਉਹਨਾਂ ਨੂੰ ਤਾਂ ਦਿਖਾ ਸਕਦੇ, ਯੋਧੇ ਤਾਂ ਵਿਖਾ ਸਕਦੇ ਨਾ, ਸਾਡਾ ਬਰੇਵਰੀ ਪੀਰੀਅਡ ਕੌਣ ਵਿਖਾਊਗਾ? ਅਸੀਂ ਗੱਲਾਂ ਕਰਨ ਜੋਗੇ ਰਹਿ ਗਏ ਬਸ, ਵੀ ਸਾਡੇ ਹੁੰਦੇ ਸੀ। ਬੱਚੇ ਕਹਿੰਦੇ ਕਿੱਥੇ ਹੁੰਦੇ ਸੀ, ਦਿਖਾਓ ਕਿਤਾਬਾਂ 'ਚ ਲਿਖਿਆ। ਕਹਿੰਦੇ ਕਿਤਾਬਾਂ 'ਚ ਨਹੀਂ ਲਿਖਿਆ, ਸਾਨੂੰ ਰੀਅਲ ਵਿਖਾਓ। ਅਸੀਂ ਕਹਿੰਦੇ ਰੀਅਲ ਹੁੰਦੇ ਨਹੀਂ ਪੁੱਤ, ਇੱਦਾਂ ਵੀਡੀਓ ਉਦੋਂ ਕੈਮਰੇ ਥੋੜ੍ਹੀ ਹੁੰਦੇ ਸੀ। ਸਾਡੇ ਨਿਆਣੇ ਸਾਨੂੰ ਕਹਿੰਦੇ ਕਹਿੰਦੇ ਉਹ ਕ੍ਰਿਸ਼ਨਾ ਕੀ ਆ ਫਿਰ, ਉਹ ਹਨੂੰਮਾਨ ਕਿੱਦਾਂ ਦਿਖ ਰਿਹਾ? ਉਹਨਾਂ ਦਾ ਜਵਾਬ ਦਿਓ ਨਾ ਤੁਸੀਂ, ਗੱਲ ਸਿਰਫ ਉਨੀ ਕਾ। ਸੋ ਅਸੀਂ ਨਹੀਂ ਦਿਖਾ ਸਕਦੇ। ਮੇਜਰ ਸ਼ਹੀਦ ਬਾਬਾ ਦੀਪ ਸਿੰਘ, ਭਾਈ ਮਤੀ ਦਾਸ, ਅਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਨੀ, ਨਹੀਂ ਦਿਖਾ ਸਕਦੇ ਅਸੀਂ, ਅਸੀਂ ਵੀ ਖਿਲਾਫ਼ ਉਹਨਾਂ ਦੇ। ਹਾਂਜੀ, ਪਰ ਜਿਹੜੇ ਵਿਖਾ ਸਕਦੇ ਹਾਂ, ਬੰਦਾ ਸਿੰਘ ਬਹਾਦਰ ਅਤੇ ਯੋਧਾ ਸੀ, ਉਹ ਨਹੀਂ ਵਿਖਾ ਸਕਦੇ। ਕਿਉਂ ਨਹੀਂ ਵਿਖਾ ਸਕਦੇ ਅਸੀਂ? ਸੁੱਖਾ ਸਿੰਘ, ਮਹਤਾਬ ਸਿੰਘ, ਬੋਤਾ ਸਿੰਘ, ਕਰਜਾ ਸਿੰਘ ਕਿਉਂ ਨਹੀਂ ਵਿਖਾ ਸਕਦੇ? 12 ਮਿਸਲਾਂ ਕਿਉਂ ਨਹੀਂ ਵਿਖਾ ਸਕਦੇ? ਉਹ ਯੋਧੇ ਸੀਗੇ, ਉਹ ਗੈਬੀ ਤਾਕਤ ਨਹੀਂ ਸੀ ਉਹਨਾਂ ਦੇ ਵਿੱਚ, ਕੋਈ ਗੁਰੂ ਨਹੀਂ ਸੀ, ਉਹ ਪੈਗੰਬਰ ਨਹੀਂ ਸੀ ਕੋਈ, ਉਹ ਯੋਧੇ ਸੀ ਜਿਨ੍ਹਾਂ ਨੇ ਇੱਕ ਖਿੱਤਾ ਜਿੱਤ ਕੇ ਦਿੱਤਾ ਸਾਨੂੰ। ਉਹ ਗੁਰੂ ਦੀ ਆਈਡੀਓਲੋਜੀ 'ਤੇ ਚੱਲ ਕੇ ਉਹਨਾਂ ਨੇ ਇੱਕ ਆਜ਼ਾਦ ਰਾਜ ਸਿਰਜਿਆ ਜਿਨ੍ਹਾਂ ਨੇ। ਉਹ ਕਿੱਦਾਂ ਵਿਖਾਵਾਂਗੇ ਅਸੀਂ? ਰਣਜੀਤ ਸਿੰਘ ਕਦੋਂ ਦਿਖਾਵਾਂਗੇ ਆਪਣੇ ਬੱਚਿਆਂ ਨੂੰ? ਅਸੀਂ ਕਦੋਂ ਦੱਸਾਂਗੇ ਵੀ ਦੁਨੀਆ ਦਾ ਬਿਹਤਰੀਨ ਬਾਦਸ਼ਾਹ ਸਾਡੇ ਕੋਲ ਸੀਗਾ, 42 ਸਾਲ ਉਹਨੇ ਰਾਜ ਕੀਤਾ। ਉਸ ਬੰਦੇ ਨੇ ਜਦੋਂ ਅੰਗਰੇਜ਼ਾਂ ਨੇ ਟੇਕ ਓਵਰ ਕੀਤਾ, ਉਹਨਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਾ ਵੀ ਜੇਲ੍ਹ ਹੀ ਹੈ ਨਹੀਂ ਇੱਥੇ ਕੋਈ। ਉਹਨੇ ਸਾਰੀ ਜ਼ਿੰਦਗੀ ਕਿਸੇ ਨੂੰ ਜੇਲ੍ਹ, ਫਾਂਸੀ ਤਾਂ ਬੜੀ ਦੂਰ ਦੀ ਗੱਲ, ਕਿਸੇ ਨੂੰ ਜੇਲ੍ਹ ਨਹੀਂ ਕੀਤੀ ਉਹਨੇ, ਸਜ਼ਾ ਹੀ ਨਹੀਂ ਦਿੱਤੀ ਕਦੀ। ਉਹਦੇ ਰਾਜ ਦੀ ਸਭ ਤੋਂ ਵੱਡੀ ਸਜ਼ਾ ਸੀ ਵੀ ਜਾ ਤੈਨੂੰ ਪੰਜਾਬ ਤੋਂ ਬਾਹਰ ਕੱਢਤਾ, ਭਾਜਾ, ਜਾਂ ਪੰਜਾਂ ਪਾਣੀਆਂ ਤੂੰ ਅੰਦਰ ਦੇਖਣਾ ਚਾਹੀਂ ਤੂੰ। ਕਿੱਡਾ ਕਿੱਡਾ ਸੋਲਿਡ, ਮਤਲਬ ਮੈਂ ਪਿੱਛੇ ਪੜ੍ਹਨ ਰਿਹਾ ਸੀਗਾ ਵੀ ਇੱਕ ਰੁਪਈਏ ਦੀ ਕੀਮਤ ਉਦੋਂ 24 ਪਾਊਂਡ ਸੀਗੀ, ਉੱਧਰਲੇ 24 ਪਾਊਂਡ ਅਤੇ ਇੱਧਰਲੇ 1 ਰੁਪਈਆ ਬਣਦਾ ਸੀ। ਆਹ ਲੈਵਲ ਸੀ ਉਹ ਬਾਦਸ਼ਾਹ ਦਾ। ਏਸ਼ੀਆ ਪੈਸੀਫਿਕ ਦੀ 2nd ਬਿਗੈਸਟ ਐਨਮੀ ਸੀ ਉਹਦੇ ਕੋਲ। ਉਹਨੇ ਉਹ ਹੱਦ ਬੰਦ ਕਰਤੀ, ਜਿਹੜਾ ਕਹਿੰਦੇ ਬ੍ਰਿਟਿਸ਼ ਅੰਪਾਇਰ ਦਾ ਸੂਰਜ ਡੁੱਬਦਾ ਨਹੀਂ, ਕਦੀ ਉਹਨੇ ਵਧਣ ਨਹੀਂ ਦਿੱਤਾ ਸਤਲੁਜ ਤੋਂ ਪਰਾਂ, ਆਉਣ ਹੀ ਦਿੱਤਾ ਉਹਨੇ। ਉਹ ਇਕੱਲਾ ਬੰਦਾ ਜਿਹਨੇ ਅਫਗਾਨਿਸਤਾਨ ਜਿੱਤ ਕੇ ਵਿਖਾਇਆ ਤੁਹਾਨੂੰ, ਜਮਰਾਉਤ। ਉਹ ਗੱਲ ਇਹ ਕਿ ਬਰੇਵਰੀ ਚੀਜ਼ਾਂ ਹੈ, ਕੌਣ ਵਿਖਾਊਗਾ? ਸਿਨੇਮਾ ਹੀ ਹੈ ਸਾਡੇ ਕੋਲ ਵਿਖਾਉਣ ਵਾਸਤੇ। ਉਹਦੇ ਵਿੱਚ ਕੁਛ ਉੱਠ ਪੈਂਦੇ ਸਾਡੇ ਆਪਣੇ ਘਰ ਦੇ, ਕੁਛ ਹੈ ਉਹਨਾਂ ਨੂੰ ਮਾੜੀ ਜਿਹੀ ਕੋਈ ਚੂਹੀ ਲਾ ਦਿੰਦਾ, ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਜੀ, ਐਂ ਨਹੀਂ ਹੋ ਸਕਦਾ ਜੀ, ਉਹ ਨਹੀਂ ਹੋ ਸਕਦਾ ਜੀ, ਆਹ ਨਹੀਂ ਹੋ ਸਕਦਾ ਜੀ। ਉਹ ਅਸੀਂ ਸੋਚ ਹੀ ਲਿਆ ਵੀ ਜਿਹੜਾ ਮਰਜ਼ੀ ਰੌਲਾ ਪਾਈ ਜਾਵੇ, ਵੀ ਬਣਾਉਣਾ ਤਾਂ ਪੈਣਾ। ਬਹੁਤ ਹੋ ਗਿਆ ਕਮਰਸ਼ੀਅਲ, 150 ਫਿਲਮ ਬਣਾ ਲਈ ਹੈ, ਹੈ ਨਾ, 153-154 ਫਿਲਮਾਂ ਮੈਂ ਕਰ ਲਈਆਂ ਨੇ। ਅੱਛਾ ਜੀ, ਹੁਣ ਸੋਚ ਇਹ ਵਾ ਵੀ ਕੋਈ ਕਰੇ ਨਾ ਕਰੇ, ਅਸੀਂ ਕਰਨਾ, ਅਸੀਂ ਹਿਸਟਰੀ ਬਣਾਉਣੀ ਆ, ਜ਼ਰੂਰੀ ਵੀ ਹੈ। ਕਿਉਂਕਿ ਜੇ ਆਪਾਂ ਨਾ ਕਰਾਂਗੇ ਤਾਂ ਹੁਣ ਲੋਕ ਤਾਂ, ਚਲੋ ਇੰਡੀਆ ਤਾਂ ਦੂਰ ਦੀ ਗੱਲ ਹੈਗੀ, ਇੰਡੀਅਨ ਬੋਲੀਵੁੱਡ ਫਿਲਮਾਂ, ਹੁਣ ਜਿਹੜੀਆਂ ਬਾਹਰਲੀਆਂ ਫਿਲਮਾਂ ਸੁਪਰ ਹੀਰੋ ਦੀਆਂ ਦੇਖਦੇ ਹਾਂ, ਸਪਾਈਡਰਮੈਨ, ਸੁਪਰਮੈਨ ਜਾਂ ਥੋਰ, ਥੋਰ ਵੀ ਤਾਂ ਕੋਈ ਗ੍ਰੀਕ ਦੇਵਤਾ ਹੀ ਹੈ ਜਿਨ੍ਹਾਂ ਨੇ ਕਿੰਨੇ ਵੱਡੇ ਲੈਵਲ 'ਤੇ ਉਹਨੂੰ ਪੂਰੀ ਦੁਨੀਆ ਨੂੰ ਦਿਖਾਤਾ। ਗੱਲ ਸਿਰਫ ਉਹੀ ਹੈ ਵੀ ਸਾਡੇ ਕੋਲ ਅੱਜ ਇੱਕ ਸਾਧਨ ਹੈ, ਸਾਡੇ ਕੋਲ ਸਾਧਨ ਹੈ। ਅੱਜ ਤੋਂ ਮੰਨਦੇ 10-15 ਸਾਲ ਪਹਿਲਾਂ ਪ੍ਰੋਬਲਮ ਸੀਗੀ, ਹਾਂਜੀ, ਸਾਡੇ ਕੋਲ ਕੇਸਾਧਾਰੀ ਆਰਟਿਸਟ ਨਹੀਂ ਸੀਗੇ, ਬਹੁਤ ਥੋੜ੍ਹੇ ਸੀ, 2-4 ਸੀਗੇ। ਅੱਜ 150-200 ਦੇ ਕਰੀਬ ਤਾਂ ਕੇਸਾਧਾਰੀ ਆਰਟਿਸਟ ਆ ਸਾਡੇ ਕੋਲ, ਜਿਹੜੇ ਦਾੜੀਆਂ ਰੱਖ ਕੇ ਬੈਠੇ ਆ। ਸਾਡੇ ਕੋਲ 7-8 ਡਾਇਰੈਕਟਰ ਨੇ ਜਿਹੜੇ ਕੇਸਾਧਾਰੀ ਨੇ, ਅੰਮ੍ਰਿਤਧਾਰੀ ਨੇ, ਜਜੋਤ ਹੋ ਗਿਆ, ਹੋਰ ਕਈ ਨੇ ਇੱਦਾਂ ਦੇ, ਗੁਰਮਾਨਤ ਸਿੰਘ ਪਤੰਗਾ ਹੋ ਗਿਆ, ਕਿੰਨੇ ਨੇ ਜਿਹੜੇ, ਆਪਣੇ ਅਮਰਦੀਪ ਗਿੱਲ ਜੀ ਹੋ ਗਏ, ਕਿੰਨੇ ਬਹੁਤ ਬੰਦੇ ਨੇ ਜਿਹੜੇ ਸਰੂਪ ਦੇ ਵਿੱਚ ਨੇ ਔਰ ਦਰਦੀ ਨੇ, ਜਿਹਨਾਂ ਨੂੰ ਸਮਝ ਹੈ ਇਤਿਹਾਸ ਦੀ, ਗਲਤ ਨਹੀਂ ਸ਼ੂਟ ਕਰਨਗੇ। ਪਹਿਲਾਂ ਤਾਂ ਕਹਿੰਦੇ ਸੀ ਯਾਰ ਇਹਨਾਂ ਨੇ ਗਲਤ ਸ਼ੂਟ ਕਰ ਦੇਣਾ, ਹੁਣ ਲਿਆਓ ਬਹਾਨਾ ਕਿਹੜਾ ਅਗਲਾ ਤੁਹਾਡੇ, ਉਹ ਤਾਂ ਰਿਸਰਚ ਹੋ ਜਾਏਗੀ ਪੂਰੀ,
ਫੰਡ ਦੀ ਜਿਹੜੀਆਂ ਕਿਤਾਬਾਂ ਤੁਸੀਂ ਪ੍ਰਮਾਣਿਤ ਕੀਤੀਆਂ ਨੇ ਵੀ ਆਹ ਕਿਤਾਬ ਜਿਹੜੀ ਹੈ ਇੱਥੇ ਮੋਹਰ ਲਾਤੀ ਜੀ, ਹਾਂਜੀ ਵੀ ਇਹ ਸਹੀ ਇਤਿਹਾਸ ਇਹੀ ਹੈ, ਆਹੀ ਤਾਂ ਫਿਰ ਤਾਂ ਕੋਈ ਕਿੰਦੂ ਪਰਿੰਦੂ ਫਿਰ ਕਾਹਦੀ, ਜਦੋਂ ਉਸ ਕਿਤਾਬ ਦੇ ਉੱਤੇ ਕਹਾਣੀ ਬੜੂ ਫਿਰ ਕਾਹਦਾ ਕਿੰਦੂ ਪਰੰਦੂ। ਭਾਜੀ ਮੇਰੇ ਖਿਆਲ ਨਾ ਇਹ ਆਪਣੇ ਹੁਣ ਜਿਵੇਂ ਕਿੰਨੀਆਂ ਤਾਂ ਆਪਣੇ ਸੰਪਰਦਾਵਾਂ ਬਣੀਆਂ ਵੀ ਹੈ, ਕੋਈ ਦਮਦਮੀ ਟਕਸਾਲ ਹੈ, ਕੋਈ ਸੰਤ ਸਮਾਜ ਹੈ, ਕੋਈ ਮਸ਼ੀਨਰੀ ਹੈ, ਇਹਨਾਂ ਦੀ ਆਪਸ ਵਿੱਚ ਹੀ ਨਹੀਂ ਮਿਲਦੀ ਅਤੇ ਮਿਲਦੀ ਕੀ। ਕੋਈ ਕਹਿੰਦਾ ਵੀ ਚਮਕੌਰ ਦੀ ਗੜੀ 'ਚ 40 ਸੀ, ਕੋਈ ਕਹਿੰਦਾ ਜੀ 44 ਸੀ, ਕੋਈ ਕਹਿੰਦਾ ਜੀ 42 ਸੀ। ਹਾਂਜੀ ਇੱਕ ਤਾਂ ਆ ਜਾਓ ਯਿਸੂ ਦੀ ਗੱਲ ਕਰਦੇ ਜੀ, ਸਮਸੀ ਦੀ ਸਾਰੇ ਕਹਿੰਦੇ ਵੀ ਉਹਦੇ 13 ਚੇਲੇ ਸੀ, ਕਿਸੇ ਨੇ ਕਿਹਾ 15 ਚੇਲੇ ਸੀ, ਕਦੀ ਸੁਣਿਆ ਕਿਤੇ ਤੁਸੀਂ? ਕਦੀ ਕਿਸੇ ਨੇ ਕਿਹਾ ਹੋਵੇ ਵੀ ਯਾਰ ਉਹਦੇ 18 ਚੇਲੇ ਸੀ, ਉਹਦੇ 40 ਚੇਲੇ ਸੀ, ਉਹਦੇ 30 ਚੇਲੇ? ਸੁਣਿਆ 13 ਹੀ ਆ ਬਸ, ਇੱਕ ਯਿਸੂ ਸੀ ਉਹਦੇ 13 ਚੇਲੇ ਸੀ, ਦੈਟਸ ਇਟ। ਉਹ ਸਾਡੇ ਜਿੰਨੀਆਂ ਸੰਪਰਦਾਵਾਂ ਓਨੀਆਂ ਗੱਲਾਂ, ਇਹ ਵੱਡੀ ਪ੍ਰੋਬਲਮ ਆ ਸਾਡੀ। ਸਾਡੇ ਲੋਕ ਕਨਫਿਊਜ਼ ਨੇ, ਇੱਥੇ ਫਿਲਮਾਂ ਦੀ ਪੰਗਾ ਪੈਂਦਾ ਯਾਰ। ਉਹ ਕਹਿੰਦਾ ਤੁਸੀਂ 40 ਕਿੱਦਾਂ ਦਿਖਾਤੇ, ਸਾਡੇ ਬਾਬਾ ਜੀ ਤਾਂ ਕਹਿੰਦੇ 45 ਸੀਗੇ। ਉਹ ਬਾਬਾ ਜੀ ਉਦੋਂ ਉੱਥੇ ਕਿਤੇ ਜੰਗ 'ਚ ਨਾਲ ਫਿਰਦੇ ਸੀ ਜਾਂ ਬਾਬਾ ਜੀ ਬਹਿ ਕੇ ਲਿਖ ਰਹੇ ਸੀ ਉੱਥੇ? ਇਹ ਵੱਡੀਆਂ ਪ੍ਰੋਬਲਮਸ ਨੇ ਸਾਡੀਆਂ, ਅਸੀਂ ਇੱਕ ਜੁੱਟ ਹੋ ਹੀ ਨਹੀਂ ਪਾ ਰਹੇ। ਕੁਝ ਕਹਿ ਲਓ ਬਾਹਰਲੀਆਂ ਤਾਕਤਾਂ ਜਿਹੜੇ ਸਾਡਾ ਇਤਿਹਾਸ ਨੂੰ ਅੱਗੇ ਆਉਣ ਨਹੀਂ ਦੇਣਾ ਚਾਹੁੰਦੇ, ਕੁਛ ਸਾਡੇ ਵਿੱਚੋਂ ਇਹੋ ਜਿਹੇ ਚਿੱਕੜ ਚੌਧਰੀ ਨੇ ਜਿਹੜੇ ਆਪਣੇ ਆਪ ਨੂੰ ਐਵੇਂ ਬਿਨਾਂ ਵਜੇ ਲੰਬੜਦਾਰ ਬਣੀ ਫਿਰਦੇ ਨੇ, ਬਿਨਾਂ ਗੱਲ ਤੋਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਆਪਣੇ ਨਿਆਣੇ ਸਾਹਮਣੇ ਨਹੀਂ ਜਾਂਦੇ ਘਰ ਉਹਨਾਂ ਕੋਲੋਂ, ਦੂਜਿਆਂ ਨੂੰ ਮੱਤਾਂ ਦੇਣੀਆਂ ਉਹਨਾਂ ਨੇ। ਇਹ ਬੜਾ ਹੁਣ ਕਲੀਅਰਲੀ ਚੱਲਣਾ ਪੈਣਾ ਕਿ ਜੇ ਤੁਸੀਂ ਆਪਣੀ ਨਵੀਂ ਜਨਰੇਸ਼ਨ ਬਚਾਉਣੀ ਹੈ ਤਾਂ ਤੁਹਾਨੂੰ ਇਤਿਹਾਸ ਨੂੰ ਨਿਆਣਿਆਂ ਦੇ ਸਾਹਮਣੇ ਲਿਆਉਣਾ ਪੈਣਾ। ਇੱਕ ਇਤਿਹਾਸ ਹੀ ਆ ਜਿਹੜਾ ਉਹਨਾਂ ਨੂੰ ਮੋੜਾ ਪਾ ਸਕਦਾ, ਉਹ ਬਰੇਵ ਕਹਾਣੀਆਂ, ਉਹ ਬਰੇਵਰੀ ਪੀਰੀਅਡ ਜਿਹੜੇ ਆ ਉਹ ਬੱਚਿਆਂ ਨੂੰ ਮੋੜ ਕੇ ਲਿਆ ਸਕਦੇ ਵੀ ਯਾਰ ਸਾਡਾ ਕਲਚਰ ਆ, ਅਸੀਂ ਕੀ ਕਰਦੇ ਫਿਰਦੇ ਹਾਂ, ਇੱਧਰ ਧਿਆਨ ਦੇਣਾ ਪੈਣਾ। ਜਦੋਂ ਭਾਅ ਜੀ 4 ਸਾਹਿਬਜ਼ਾਦੇ ਦੀ ਫਿਲਮ ਆਈ ਸੀ 2012 ਜਾਂ 13 ਦੀ ਗੱਲ ਹੈ ਸ਼ਾਇਦ, ਅਤੇ ਉਦੋਂ ਜਿਹੜਾ ਬੰਦਾ ਕੋਈ ਨੌਨ ਸਿੱਖ ਵੀ ਸੀਗਾ ਜਿਹਨਾਂ ਨੂੰ ਸ਼ਾਇਦ ਪੰਜਾਬੀ ਵੀ ਨਹੀਂ ਆਉਂਦੀ ਸੀ, ਅਤੇ ਜਦੋਂ ਉਹ ਥੀਏਟਰ 'ਚੋਂ ਬਾਹਰ ਆਉਂਦੇ ਸੀ ਨਾ ਉਹਨਾਂ ਦੀ ਅੱਖਾਂ 'ਚ ਹੰਝੂ ਹੁੰਦੇ ਸੀ। ਉਹੀ ਨਾ ਹਿਸਟਰੀ ਸੀ ਨਾ, ਇਤਿਹਾਸ ਸੀ, ਉਹਨਾਂ ਨੂੰ ਪਤਾ ਲੱਗਾ ਐਡਾ ਦਰਦ ਆ। ਮੈਂ ਜਿੱਦਾਂ ਹੁਣ ਪਰਸੋਂ ਮੈਂ ਇੱਕ ਰੀਲ ਜੀ ਮੈਂ ਬਣਾਈ, ਇੱਕ ਉਹ ਸੀਗੀ ਕਿ ਉਸ ਮਰਦ ਗੰਬੜੇ ਮਰਦ ਜਿਹਾ ਦੁਨੀਆਂ 'ਤੇ ਮੁੜ ਕੇ ਹੋਇਆ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ, ਅਤੇ ਮਤਲਬ ਕਿਆ ਲਾਸਾਨੀ ਬਾਦਸ਼ਾਹ ਸੀ ਉਹਦੇ ਵਰਗਾ ਦੁਨੀਆਂ 'ਤੇ ਵਾਕਿਆ ਹੀ ਕੋਈ ਨਹੀਂ ਹੋਇਆ। ਭਾਈ ਗੁਰਦਾਸ ਜੀ ਨੇ ਗੱਲ ਲਿਖੀ ਹੈ ਉਹਨਾਂ ਬਾਰੇ, ਇੱਕ ਲੈਣ ਦੇ ਵਿੱਚ ਹੀ ਉਹ ਮਤਲਬ ਗੱਲ ਹੀ ਮੁਕਾ ਗਏ ਨੇ, ਇੱਕ ਲੈਣ ਦੇ ਵਿੱਚ, ਇੱਕ ਲੈਣ 'ਚ ਲਿਖ ਕੇ ਵੀ ਉਹ ਹੈ ਕੀ ਸੀਗਾ। ਉਹ ਕਹਿੰਦੇ ਮਹਾਂਬਲੀ ਤਪਸਵੀ ਵੀਰ ਅਤੇ ਯੋਧਾ, ਇੱਕ ਲੈਣ 'ਚ ਹੀ ਇੰਨੀਆਂ ਡੈਜੀਗਨੇਸ਼ਨਾਂ ਦੇ ਗਏ, ਮਹਾਂਬਲੀ ਤਪਸਵੀ ਵੀਰ ਯੋਧਾ, ਪਿਤਾ ਪੰਥ ਦਾ ਇੱਕ, ਅਕਾਲ ਦਾ ਪੁੱਤ, ਪੁੱਤ ਕੀ ਦਾ ਅਕਾਲ ਦਾ, ਕਿਸੇ ਦੁਨਿਆਵੀ ਗੱਲ 'ਚ ਨਹੀਂ ਜੋੜਿਆ ਉਹਨਾਂ ਨੇ। ਕਹਿੰਦੇ ਮਹਾਂਬਲੀ ਤਪਸਵੀ ਵੀਰ ਯੋਧਾ, ਪਿਤਾ ਪੰਥ ਦਾ ਇੱਕ, ਅਕਾਲ ਦਾ ਪੁੱਤ, ਉਹ ਗੁਜਰੀ ਦੇ ਦੁੱਧ ਦੀ ਮਹਾਂਸ਼ਕਤੀ, ਮੁੜ ਕੇ ਜੰਮਣਾ ਨਹੀਂ ਉਹਦੇ ਨਾਲ ਦਾ ਪੁੱਤ, ਮੁੜ ਕੇ ਨਹੀਂ। ਉਹਦੇ ਬਾਰੇ ਕਿਸੇ ਨੇ ਲਿਖਿਆ, ਮੈਂ ਪਿੱਛੇ ਸੁਣਦਾ ਸੀਗਾ, ਉਹ ਕਹਿੰਦਾ ਉਸ ਮਰਦ ਅਗੰਬੜੇ ਮਰਦ ਜਿਹਾ ਦੁਨੀਆਂ 'ਤੇ ਮੁੜ ਕੇ ਹੋਇਆ ਹੀ ਨਹੀਂ, ਉਸ ਮਰਦ ਅਗੰਬੜੇ ਮਰਦ ਜਿਹਾ ਦੁਨੀਆਂ 'ਤੇ ਮੁੜ ਕੇ ਹੋਇਆ ਹੀ ਨਹੀਂ, ਲੋਕ ਧੀਆਂ ਤੋਰ ਕੇ ਰੋਂਦੇ, ਉਹ ਪੁੱਤ ਵਾਰ ਕੇ ਰੋਇਆ ਹੀ ਨਹੀਂ। ਕਿਆ ਬਾਤ ਹੈ, ਇੱਕ ਬੰਦਾ ਨਿਆਣਾ ਤੋਰਦਾ ਨਾ ਵੀ ਨਾਲ ਦੇ ਪਿੰਡ ਵਿਆਹੀ ਆ, ਉਹ ਤਾਂ ਭੁੱਬਾਂ ਮਾਰ ਕੇ ਕਈ ਦਿਨ ਰੋਂਦੇ ਰਹਿੰਦੇ ਆ,
ਅਤੇ ਉਹਨੇ ਵਾਰ 'ਤੇ ਉਹ ਰੋਇਆ ਹੀ, ਉਹ ਕਹਿੰਦਾ ਜਿਹਦੀ ਜਿਹਦੀ ਦਾਤ ਸੀ ਲੈ ਗਿਆ। ਸੋ ਗੱਲ ਸਿਰਫ ਇੰਨੀ ਕੁ ਆ, ਹੁਣ ਇਸ ਗੱਲ ਨੂੰ ਜੇ ਫਿਲਮ 'ਚ ਵਿਖਾਉਣਾ ਹੋਵੇ ਕਿੱਦਾਂ ਨਹੀਂ ਨਿਆਣੇ ਸਾਡੇ ਪੱਗਾਂ ਮੰਨਣਗੇ, ਕਿੱਦਾਂ ਨਹੀਂ ਨਿਆਣੇ ਸਾਡੇ ਦਾੜੀਆਂ ਰੱਖਣਗੇ, ਕਿੱਦਾਂ ਨਹੀਂ ਮਾਣ ਮਹਿਸੂਸ ਕਰਨਗੇ ਵੀ ਯਾਰ ਸਾਡਾ ਪਿਓ ਇਹੋ ਜਿਹਾ ਸੀ, ਸਾਡਾ ਬਾਨੀ ਇਹੋ ਜਿਹਾ ਸੀ ਜਿਹਨੇ ਨੀਂਹ ਰੱਖੀ ਸਾਡੀ। ਮੇਰੀ ਗੱਲ ਸਮਝ? ਬਿਲਕੁਲ ਸਹੀ ਭਾਅ ਜੀ। ਮੈਨੂੰ ਆਮ ਤੌਰ 'ਤੇ ਲੋਕ ਪੁੱਛਦੇ ਯਾਰ ਵੀ ਤੁਹਾਡੀ ਤੁਹਾਡਾ ਸਰੂਪ ਬੜਾ ਵਧੀਆ ਜੀ। ਚਲੋ ਮਤਲਬ ਮੈਨੂੰ ਲੱਗਦਾ ਮੇਰਾ ਸਰੂਪ, ਮੇਰੇ ਵਰਗੇ ਹੋਰ 50 ਨੇ, ਹਜ਼ਾਰਾਂ ਲੱਖਾਂ ਨੇ ਮੇਰੇ ਵਰਗੇ, ਮੇਰੇ ਵਰਗੀਆਂ ਸ਼ਕਲਾਂ ਹੋਰ। ਵਾਏ ਲੋਕ ਮੈਨੂੰ ਕਿਉਂ ਕਹਿਣ ਡਏ ਆ ਕਿ ਤੂੰ ਤੇਰੀ ਲੁੱਕ ਬੜੀ ਸੋਹਣੀ ਆ? ਇਟ ਮੀਨਸ ਕਿ ਉਹਦੀ ਕਿਰਪਾ ਕਿਤੇ ਮੇਰੇ 'ਤੇ, ਉਹਦੀ ਨਜ਼ਰ ਮੇਰੇ ਵਾਲੇ ਪਾਸੇ ਆ, ਕਿਤੇ ਵੇਖਣ ਡਿਆ ਮੈਨੂੰ ਉਹ, ਕਿਤੇ ਤਾਂ ਲੋਕਾਂ ਦੀ ਨਿਗਾਹ ਮੇਰੇ ਵਾਲੇ ਪਾਸੇ ਆ। ਮੈਂ ਇਹੋ ਕਹਿੰਦਾ ਸੱਚੇ ਪਾਤਸ਼ਾਹ ਜਦ ਤੱਕ ਮੈਨੂੰ ਇਸੇ ਸਾਹ ਦਿੱਤੇ ਆ ਮੇਰੇ ਵੱਲ ਨਿਗਾਹ ਬਣਾ ਕੇ ਰੱਖੀ। ਸਹੀ ਹੈ ਜੀ। ਗਿੱਦਣ ਤੂੰ ਨਿਗਾਹ ਫੇਰ ਲਈ, ਮੈਨੂੰ ਪੁੱਛਣਾ ਨਹੀਂ, ਪਾਣੀ ਨਹੀਂ ਪੁੱਛਣਾ ਮੈਨੂੰ ਕਿਸੇ ਨੇ, ਸਮਝੇ ਨਾ? ਬਿਲਕੁਲ। ਇਹ ਮੰਨਣ ਦੀ ਗੱਲ ਆ, ਮੇਰਾ ਮੰਨਣਾ ਹੈ ਕਿ ਉਹ ਹਮੇਸ਼ਾ ਮੇਰੇ ਨਾਲ ਆ, ਮੇਰਾ ਮੰਨਣਾ। ਨੌਵੀਂ ਫੇਲ ਬੰਦਾ ਮੈਂ, ਨੌਵੀਂ ਫੇਲ ਆ ਮੈਂ, ਪੜ੍ਹਿਆ ਨਹੀਂ ਆ। ਠੀਕ। ਅਤੇ ਬਿਠਾਓ ਕਿਹੜਾ ਸਕੋਲਰ ਬਿਠਾਉਣਾ ਤੁਸੀਂ ਲਿਆ ਕੇ ਮੇਰੇ ਲਾਗੇ, ਲਿਆਓ ਕਿਹੜਾ, ਕਿਹੜੇ ਵਿਸ਼ੇ 'ਤੇ ਗੱਲ ਕਰਨੀ ਆ, ਕਿਹੜੀ ਧਰਮ ਦੀ ਗੱਲ ਕਰਨੀ ਆ, ਈਸਾਈ ਧਰਮ ਦੀ ਗੱਲ ਕਰਨੀ ਆ, ਮੁਸਲਿਮ ਧਰਮ ਦੀ ਗੱਲ ਕਰਨੀ, ਕਿਹੜੇ ਪੈਗੰਬਰ ਦੀ ਗੱਲ ਕਰਨੀ, ਲਿਆਓ ਦੱਸੋ। ਗੱਲ ਕੋਈ ਸਕੂਲ ਦੀ ਵਿੱਚ ਕੋਈ ਰਿਪੋਰਟ ਕਾਰਡ ਬਣਿਆ ਨਹੀਂ ਅੱਜ ਤੱਕ ਜਿਹੜਾ ਤੁਹਾਡੀ ਤੁਹਾਡੀ ਮਤਲਬ ਤੁਹਾਨੂੰ ਨੰਬਰ ਦੇ ਸਕੇ ਕਿ ਤੁਹਾਡਾ ਤੁਸੀਂ ਕਿੰਨੇ, ਤੁਹਾਡੇ 'ਚ ਕੀ ਗੁਣ ਨੇ, ਕੀ ਆ, ਕੋਈ ਰਿਪੋਰਟ ਕਾਰਡ ਹੀ ਨਹੀਂ ਬਣਿਆ ਅੱਜ ਤੱਕ। ਬਿਲਕੁਲ ਜੀ, ਸਮਝੇ ਨਾ? ਸੋ ਗੱਲ ਸਿਰਫ ਇੰਨੀ ਕੁ ਆ ਵੀ ਗੱਲਾਂ ਸ਼ਾਇਦ ਕੌੜੀਆਂ ਲੱਗਦੀਆਂ ਹੋਣਗੀਆਂ ਕਿਸੇ ਨੂੰ, ਪਰ ਇਹ ਸੱਚ ਆ। ਮੈਂ ਐਂਡ ਆਫ ਦਾ ਡੇ 20-25 ਸਾਲ ਧੱਕੇ ਖਾਣ ਤੋਂ ਬਾਅਦ ਮੈਂ ਇਹ ਸਮਝਿਆ ਵੀ ਅੱਜ ਵੀ ਉੱਥੇ ਹੀ ਖਲੋਤਾ ਜਿੱਥੇ 25 ਸਾਲ ਪਹਿਲਾਂ ਖਲੋਤਾ ਸੀ। ਭਰਾ ਮੇਰੇ ਨੇ ਉਹ ਗਾਲਾਂ ਭਰਾਈਆਂ ਮੈਨੂੰ ਆਸਟ੍ਰੇਲੀਆ ਜਦੋਂ ਮੈਂ ਗਿਆ, ਮੈਨੂੰ ਕਹਿੰਦਾ 25 ਸਾਲ ਪਹਿਲਾਂ ਜਿੱਥੇ ਤੈਨੂੰ ਛੱਡ ਕੇ ਆਇਆ ਸੀ ਨਾ ਮੈਂ, ਉੱਥੇ ਹੀ ਖਲੋਤਾ ਤੂੰ। ਇਹ ਛੱਡਦੇ ਸੋਚਣਾ ਵੀ ਤੂੰ 150 ਫਿਲਮ ਬਣਾ ਲਈ ਆ, ਤੂੰ ਕੱਖ ਨਹੀਂ ਕੀਤਾ ਜ਼ਿੰਦਗੀ 'ਚ, ਧੱਕੇ ਹੀ ਖਾਧੇ ਆ। ਇੱਕ ਫਿਲਮ ਤੂੰ ਆਪਣੇ ਆਪਣੀ ਕੌਮ ਨੂੰ ਨਹੀਂ ਦੇ ਸਕਿਆ ਹਜੇ ਤੱਕ, ਇੱਕ ਫਿਲਮ ਤੂੰ ਆਪਣੀ। ਅੱਛਾ। ਤੂੰ ਕਿੱਡੀ ਚਪੇੜ ਸੀ ਮੇਰੇ ਮੂੰਹ 'ਤੇ ਮੈਂ ਜਾਣਦਾ। ਭਰਾ ਮੇਰਾ ਥੋੜ੍ਹਾ ਜਿਹਾ ਹੋਰ ਸੁਭਾਅ ਦਾ ਬੰਦਾ, ਉਹ ਇਹਨਾਂ ਗੱਲਾਂ ਤੋਂ ਬਹੁਤ ਦੂਰ ਆ, ਫਿਲਮਾਂ ਤੋਂ ਬਹੁਤ ਦੂਰ ਆ ਉਹ। ਮੈਨੂੰ ਇੱਕ ਗੱਲ ਕਿਹਾ ਗਿਆ ਸੀਗਾ 20-22 ਸਾਲ 25 ਸਾਲ ਪਹਿਲਾਂ, ਉਹ ਕਹਿੰਦਾ ਜਿੱਥੇ ਇਹ ਟੋਲੇ 'ਚ ਤੂੰ ਬਣਿਆ ਨਾ, ਇਹਨਾਂ ਨੇ ਤੇਰੇ ਪੈਰ ਨਹੀਂ ਲੱਗਣ ਦੇਣੇ। ਮੈਂ ਕਹਿੰਦਾ ਨਹੀਂ ਨਹੀਂ ਆਪਾਂ ਧਾਰਮਿਕ ਬਣਾਉਣੀ। ਕਹਿੰਦਾ ਕੋਈ ਨਹੀਂ, ਵੇਖਦਾ ਕਿੰਨੇ ਚਿਰ, 2-4 ਸਾਲ ਲਾ ਲਾ। 20-22 ਸਾਲ ਲੰਘ ਗਏ, ਗੱਲ ਸੱਚੀ ਉਹਦੀ, ਤੁਰਿਆ ਹੀ ਨਹੀਂ ਕੋਈ। ਭਾਅ ਜੀ ਉਹੀ ਗੱਲ ਜਿਹੜੀ ਤੁਸੀਂ ਬਾਬਾ ਬੋਤਾ ਸਿੰਘ, ਗਰਜਾ ਸਿੰਘ ਦੀ ਗੱਲ ਕੀਤੀ, ਉਹ 2017 ਦੀ ਫਿਲਮ ਬਣੀ ਪਈ ਹੈ, ਬਣੀ ਪਈ ਹੈ ਜਾਂ ਬਣ ਰਹੀ ਹੈ? ਬਣ ਰਹੀ। 100 ਪੰਗੇ ਉਹਦੇ ਵਿੱਚ, ਕਦੀ ਕਿਸੇ ਨੇ ਗਲਤ ਬਣਾਤੀ, ਕਦੀ ਕੋਈ ਕਹਿੰਦਾ ਇਤਿਹਾਸ ਪੁੱਠਾ ਆਇਆ, ਕੋਈ ਕਹਿੰਦਾ ਉਹ ਸੋਟਾਂ ਨਹੀਂ ਮਾਰਿਆ, ਕੋਈ ਕਹਿੰਦਾ ਤਲਵਾਰ ਨਹੀਂ ਮਾਰੀ, ਆਹੀ ਚੱਲਦਾ ਬਸ। ਮਤਲਬ ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਚ ਤੁਰੇ ਫਿਰਦੇ ਆ। ਇੱਕ ਉਹਦੇ 'ਚ ਹੀ ਭਾਅ ਜੀ ਗੱਲ ਆ, ਜਿਵੇਂ ਹੁਣ ਛੋਟੇ ਸਾਹਿਬਜ਼ਾਦੇ ਜਿਹੜੇ ਸ਼ਹੀਦੀ ਦਿਹਾੜੇ ਆ ਉਹ ਨਿਕਲੇ ਆ ਹੁਣ, ਅਤੇ ਕੱਲ੍ਹ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਕੋਈ ਯੂਪੀ ਵਾਲੀ ਸਾਈਡ ਦੀ ਸ਼ਾਇਦ, ਪਤਾ ਨਹੀਂ ਕਿੱਧਰ ਦੀ ਹੈ, ਕਿ 2 ਬੱਚਿਆਂ ਨੇ ਜਿਹੜਾ ਛੋਟੇ ਸਾਹਿਬਜ਼ਾਦੇ ਦਾ ਕਿਰਦਾਰ ਅਦਾ ਕੀਤਾ ਸਟੇਜ 'ਤੇ। ਹਾਂਜੀ ਹਾਂਜੀ। ਵੀ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਫਿਲਮਾਂ ਬਣਾ ਕੇ ਆਪਾਂ ਫਿਰ ਵੀ ਲਿਮਿਟੇਸ਼ਨ 'ਚ ਬਣਾਉਂਦੇ ਹਾਂ ਫਿਲਮਾਂ ਨੂੰ, ਇੱਕ ਲਿਮਿਟ ਰੱਖਦੇ ਹਾਂ, ਪਰ ਇੱਥੇ ਉਹੀ ਗੱਲ ਜਿਹੜੀ ਤੁਹਾਡੀ ਕਿ ਲੋਕ ਸ਼ਰੇਆਮ ਇਹ ਚੀਜ਼ਾਂ ਕਰਨ ਨੂੰ ਤੁਰੇ ਪਏ ਆ ਹੁਣ। ਗੱਲ ਸਿਰਫ ਇੰਨੀ ਕੁ ਅਵੇਅਰਨੈਸ ਦੀ ਕਮੀ ਆ ਮੈਨੂੰ ਜਿਹੜਾ ਲੱਗਦਾ ਨਾ। ਸਾਡੀ ਜਿਹੜੀ ਸਭ ਤੋਂ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ, ਉਹਨਾਂ ਵੱਲੋਂ ਅਵੇਅਰਨੈਸ ਦੀ ਕਮੀ ਆ। ਜਦੋਂ ਸਾਨੂੰ ਪਤਾ ਆ ਕਿ ਸਾਨੂੰ 10ਵੇਂ ਪਾਤਸ਼ਾਹ ਨੇ ਸਾਨੂੰ ਜਦੋਂ ਸਿੰਘ ਸਜਾਇਆ, ਸਾਡੀ ਕੌਮ ਨੂੰ ਖਾਲਸਾ ਪੰਥ ਬਣਾਇਆ, ਉਹਨਾਂ ਨੇ ਬਾਣਾ ਦਿੱਤਾ ਸਾਨੂੰ
ਕਸ਼ਹਿਰਾ, ਕੜਾ, ਕਿਰਪਾਨ, ਕੰਘਾ, ਦਮਾਲਾ, ਵੀ ਮੈਂ ਇੱਕ ਫੌਜ ਬਣਾਤੀ ਆ, ਅਕਾਲ ਪੁਰਖ ਦੀ ਫੌਜ। ਹਾਂਜੀ, ਇਹ ਤਾਂ ਕਿਸੇ ਦੁਨਿਆਵੀ ਬੰਦੇ ਦਾ ਹੱਕ ਹੀ ਹੈ ਨਹੀਂ, ਇਹ ਸਿਰਫ ਝੁਕੂਗੀ ਅਤੇ ਉਹਦੇ ਅੱਗੇ ਝੁਕੂਗੀ, ਕਿਸੇ ਅੱਗੇ, ਮੇਰੇ ਅੱਗੇ ਵੀ ਨਹੀਂ ਝੁਕੂਗੀ। ਹਾਂਜੀ, ਜਦੋਂ ਇਹ ਚੀਜ਼ ਬਣਾਤੀ, ਅਸੀਂ ਸਮੇਂ ਦੇ ਨਾਲ ਨਾਲ, ਸਮਾਂ ਲੰਘਿਆ ਜਿੱਦਾਂ, ਸਮੇਂ ਦੇ ਨਾਲ ਨਾਲ ਅਸੀਂ ਕੀ ਕੀਤਾ, ਅਸੀਂ ਕੁੜਤੇ ਪਜਾਮਿਆਂ 'ਤੇ ਆ ਗਏ। ਸਾਨੂੰ ਤਾਂ ਪਾਤਸ਼ਾਹ ਨੇ ਬਾਣਾ ਹੀ ਦਿੱਤਾ ਸੀ ਨਾ। ਹਾਂਜੀ, ਅਸੀਂ ਕੁੜਤੇ ਪਜਾਮਿਆਂ 'ਤੇ ਆ ਗਏ, ਕੁੜਤੇ ਪਜਾਮਿਆਂ ਤੋਂ ਅਸੀਂ ਕੁੜਤੇ ਚਾਦਰਿਆਂ 'ਤੇ ਆ ਗਏ, ਕੁੜਤੇ ਚਾਦਰਿਆਂ ਤੋਂ ਅਸੀਂ ਪੈਂਟਾਂ 'ਤੇ ਆ ਗਏ, ਪੈਂਟਾਂ ਤੋਂ ਜੀਨਾਂ 'ਤੇ ਆ ਗਏ, ਜੀਨਾਂ ਤੋਂ ਲੋਹਰਾਂ 'ਤੇ ਆ ਗਏ, ਲੋਹਰਾਂ ਤੋਂ ਨਿੱਕਰਾਂ 'ਤੇ ਆ ਗਏ ਅੱਜ। ਜੇ ਕੋਈ ਕਹਿੰਦਾ ਯਾਰ ਵੀ ਤੁਹਾਡਾ ਅਸਲ ਲਿਬਾਸ ਤਾਂ ਆਹ ਸੀਗਾ, ਅਸੀਂ ਇੱਕ ਜਵਾਬ ਦਿੰਦੇ, ਯਾਰ ਸਮੇਂ ਦੇ ਨਾਲ ਨਾਲ ਬਦਲਣਾ ਪੈਂਦਾ। ਉਦੋਂ ਤਲਵਾਰਾਂ ਚੱਲਦੀਆਂ ਸੀ, ਤੀਰ ਚੱਲਦੇ ਸੀ, ਅੱਜ ਰਫਲਾਂ ਦਾ ਦੌਰ ਹੈ। ਮੈਂ ਗੱਲ ਕਰਦਾ, ਹਾਂਜੀ, ਫਿਰ ਅਸੀਂ ਇਹ ਕਿਉਂ ਨਹੀਂ ਸੋਚਦੇ ਵੀ ਸਾਡੇ ਪ੍ਰਚਾਰ ਦਾ ਤਰੀਕਾ ਵੀ ਬਦਲਣਾ ਚਾਹੀਦਾ। ਅਸੀਂ ਕਿਉਂ ਅੱਜ ਵੀ ਸਿਰਫ ਪ੍ਰਚਾਰ ਵਾਸਤੇ ਜਦੋਂ ਕੋਈ ਗੱਲ ਆਉਂਦੀ, ਅਸੀਂ ਕਹਿੰਦੇ ਵੀ ਉਹ ਸਿਰਫ ਜੋ ਬਾਬਾ ਜੀ ਨੇ ਸੁਣਾ ਤਾ ਕਥਾ ਕੀਰਤਨ, ਬਸ ਉਹੋ ਹੀ ਆ ਪ੍ਰਚਾਰ ਦਾ ਤਰੀਕਾ। ਅਤੇ ਮੈਕਸੀਮਮ ਬੱਚੇ ਅੱਜ ਇਹ ਆ, 70% ਜਨਤਾ ਪੰਜਾਬ ਦੀ, 75% ਉਹ ਆ ਜਿਹਨੂੰ ਉੜਾੜਾ ਹੀ ਨਹੀਂ ਆਉਂਦਾ, ਉਹਨਾਂ ਪੜ੍ਹਨਾ ਕੀ। ਬਿਲਕੁਲ ਸਹੀ ਗੱਲ ਹੈ, ਦੁਨੀਆਂ ਦਾ ਥਾਂ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਪੜ੍ਹਨਾ ਕਿਹਨੇ ਆ, ਜਿਹਨੂੰ ਉੜਾੜਾ ਨਹੀਂ ਆਉਂਦਾ ਪੜ੍ਹੂਗਾ ਕੀ। ਫਿਰ ਹੋਣਾ ਕੀ ਹੈ, ਇੰਗਲਿਸ਼ 'ਚ ਕਨਵਰਟ ਕਰ ਦਿਉ, ਹੋ ਜੂਗਾ ਕਨਵਰਟ ਇੰਗਲਿਸ਼ 'ਚ, ਆਡੀਓ ਬੁੱਕ ਬਣਾ ਦਿਉ, ਬਣ ਜੂਗੀ ਆਡੀਓ ਬੁੱਕ। ਕਿੰਨਾ ਚਿਰ, 10 ਸਾਲ, 20 ਸਾਲ, 25 ਸਾਲ, 50 ਸਾਲ ਲਾ ਲਓ, ਚਲੋ 50 ਸਾਲ ਬਾਅਦ ਕੀ ਬਣਾਓਗੇ ਉਹਦਾ। ਜਦੋਂ ਬੱਚਿਆਂ ਨੂੰ ਲੈ ਕੇ ਜਾਇਆ ਕਰੋਗੇ ਤਾਂ ਉੜੇਆੜੇ ਦੀ ਤਖਤੀ ਲੱਗੀ ਹੋਊਗੀ ਲਾਇਬ੍ਰੇਰੀ 'ਚ, ਅਤੇ ਜਾ ਕੇ ਬੱਚਿਆਂ ਨੂੰ ਵਿਖਾਇਆ ਕਰਨਾ, ਬੇਟਾ ਯੇ ਉੜੇਆੜਾ ਹੋਤਾ ਥਾ, ਹੋਤਾ ਥਾ। ਭਾਸ਼ਾ ਹੀ ਮੁੱਕ ਜਾਣੀ ਹੈ, ਐਂ ਮੁੱਕਦਾ ਕੰਮ। ਇਹ ਇੱਕ ਛੋਟੀ ਚੀਜ਼ ਨਹੀਂ ਆ, ਇਹਦੇ ਵਿੱਚ ਅਸੀਂ ਬਹੁਤ ਵੱਡੇ ਯੋਗਦਾਨ ਸਾਡਾ। ਸੋ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਨੂੰ ਪਹਿਲਾਂ ਜਿੱਦਾਂ ਆਪਾਂ ਕਲਮ ਬੰਦ ਕਰਦੇ ਸੀ ਨਾ ਚੀਜ਼ਾਂ ਨੂੰ, ਵੀ ਲਿਖ ਲਓ ਚੀਜ਼, ਹਾਂਜੀ ਨੋਟ ਕਰ ਦਿਓ, ਲਿਖ ਲਓ। ਹੁਣ ਵੀ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਡਿਜੀਟਲ ਮੀਡੀਆ ਦੇ, ਡਿਜੀਟਲ ਮੀਡੀਆ 'ਤੇ ਹੁਣ ਆਪਾਂ ਗੱਲ ਕਰ ਰਹੇ ਹਾਂ। ਹਾਂਜੀ, ਇਹ ਕਿਸੇ ਨੂੰ ਜਾ ਕੇ ਸਪੈਸ਼ਲ ਪੜ੍ਹਨ ਦੀ ਲੋੜ ਨਹੀਂ ਆ, ਇਹਦੀ ਹਜ਼ਾਰਾਂ ਹੀ ਕਲਿੱਪ ਬਣ ਜਾਣੇ ਨੇ, ਹਾਂਜੀ, ਅਤੇ ਘੁੰਮਦਿਆਂ ਫਿਰਦਿਆਂ ਕਿਸੇ ਨਾ ਕਿਸੇ ਦੇ ਫੋਨ 'ਚ ਪਹੁੰਚ ਹੀ ਜਾਣੇ ਨੇ। ਜਦੋਂ ਇਹ ਟੈਕਨੋਲੋਜੀ ਆ ਗਈ ਆ, ਅਸੀਂ ਕਿਉਂ ਨਹੀਂ ਵਰਤ ਰਹੇ ਟੈਕਨੋਲੋਜੀ। ਗੁਰੂ ਸਾਹਿਬ, ਜਦੋਂ ਗੁਰੂ ਸਾਹਿਬ ਨੇ ਉਸ ਵੇਲੇ ਦੇ ਜਿਹੜੇ ਬਿਹਤਰੀਨ ਸ਼ਸਤਰ ਸੀਗੇ ਉਹ ਵਰਤੇ, ਜਦੋਂ ਲਿਖਦੇ ਸੀ ਜਿਹੜਾ ਬਿਹਤਰੀਨ ਕਾਗਜ਼ ਸੀ ਉਹ ਵਰਤਿਆ, ਹਾਂਜੀ, ਬਿਹਤਰੀਨ ਜਿਹੜਾ ਪ੍ਰਚਾਰ ਦਾ ਜ਼ਰੀਆ ਸੀ ਉਹ ਵਰਤਿਆ, ਵੀ ਲੋਕਾਂ ਨੂੰ ਅੰਮ੍ਰਿਤ ਛਕਾਇਆ, ਤੋਰਤਾ ਤੂੰ ਜੰਮੂ ਨੂੰ ਚਲ ਜਾ, 10 ਜਾਣੇ, 10 ਉੱਧਰ ਚਲ ਜਾਓ, 10 ਉੱਧਰ ਜਾਓ, ਭੇਜੇ ਨਾ, ਪ੍ਰਚਾਰ ਦਾ ਤਰੀਕਾ ਸੀ ਨਾ। ਅੱਜ ਸਾਡੇ ਕੋਲ ਇੱਥੇ ਇਸ ਕਮਰੇ 'ਚ ਬੈਠੇ ਅਸੀਂ ਪੂਰੀ ਦੁਨੀਆਂ ਨੂੰ ਵਿਖਾ ਸਕਦੇ ਹਾਂ, ਅਸੀਂ ਕਿਉਂ ਨਹੀਂ ਵਿਖਾਉਣ ਦੇ। ਅੱਜ ਕੱਲ੍ਹ ਦਾ ਅਸਲ ਹਥਿਆਰ ਇਹੀ ਹੈ, ਇਹ ਸਾਡੀ ਪ੍ਰੋਬਲਮ ਹੀ ਆ ਨਾ, ਸਾਡੀ ਪ੍ਰੋਬਲਮ ਹੀ ਆ। ਆਪਾਂ ਗੱਲ ਕੀਤੀ, ਜਿਹਨੂੰ ਜਿੰਨੀ ਕੁ ਲੋੜ ਆ ਉਹਨਾਂ ਕਲਿੱਪ ਕੱਟ ਵਿੱਚੋਂ ਕੱਢ ਲੈਂਦਾ, ਉਹ ਤੋਂ ਪਹਿਲਾਂ ਕੀ ਗੱਲ ਹੋਈ ਕਿਸੇ ਨੂੰ ਪਤਾ ਹੀ ਨਹੀਂ, ਉਹ ਤੋਂ ਪਹਿਲਾਂ ਵੀ ਤਾਂ ਗੱਲ ਜੋੜ। ਮੀਡੀਆ ਇਹੀ ਤਾਂ ਪਾਵਰ ਹੈ ਮੀਡੀਆ ਦੀ। ਕਿਉਂ ਲੋਕ ਸਾਨੂੰ ਪੱਗਾਂ ਵਾਲਿਆਂ ਨੂੰ ਇਹ ਕਹਿੰਦੇ ਨੇ ਯਾਰ ਯੂ ਆਰ ਐਕਸਟ੍ਰੀਮਿਸਟ, ਤੁਸੀਂ ਖਾੜਕੂ ਹੋ। ਆਪਾਂ ਜਿੱਥੇ ਬੈਠੇ ਇੱਥੇ ਨਹੀਂ ਕਹਿੰਦੇ, ਦਿੱਲੀ ਟੱਪੋ ਤੁਸੀਂ ਮਾੜਾ ਜਿਹਾ। ਹਾਂਜੀ, ਕੋਈ ਵੇਲਾ ਸੀਗਾ ਲੋਕ ਬੱਸ 'ਚ ਬੈਠੇ ਹੁੰਦੇ ਸੀ, ਟ੍ਰੇਨ 'ਚ ਜਾਈਦਾ ਸੀ ਬੰਬੇ, ਅਸੀਂ
2002 ਦੀ ਜਾਂ 2001 1995-96 ਦੀ ਗੱਲ ਕਰੀਏ, ਬੰਬੇ ਜਾਈਦਾ ਸੀ ਨਾ ਜਦੋਂ, ਡੱਬੇ ਦੇ ਵਿੱਚ ਬੈਠੇ ਹੋਣੇ ਦੋ ਕੁ ਸਰਦਾਰ, ਅਤੇ ਲੋਕ ਕਹਿੰਦੇ ਸੀ ਉਹ ਬੈਠੇ ਹਾਂ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਹਾਂਜੀ ਇਹ ਲੋਕ ਹੈ, ਬਿਲਕੁਲ ਬਿਲਕੁਲ, ਹੈ ਨਾ, ਸਰਦਾਰ ਲੋਕ ਹੈ, ਸਰਦਾਰ ਲੋਕ ਕਹਿੰਦੇ ਸੀਗੇ, ਸਰਦਾਰ ਜੀ ਹੈ। ਅੱਜ ਲੋਕ ਕਹਿੰਦੇ ਵੀ ਇਹਨਾਂ ਇਹਨਾਂ ਨੇ ਇਹ ਖਾੜਕੂ ਆ, ਇਹ ਅੱਤਵਾਦੀ ਨੇ। ਕਿਹਨੇ ਦੱਸਿਆ ਉਹਨਾਂ ਨੂੰ? ਮੀਡੀਆ ਨੇ ਦੱਸਿਆ। ਜਦੋਂ ਦਿਖਾਇਆ ਹੀ ਮੀਡੀਆ ਨੇ ਵੀ ਆ ਕੇ ਦਿੱਲੀ ਦੇ ਬਾਹਰ ਕੁਛ ਆਤੰਕਵਾਦੀ ਬੈਠ ਗਏ ਆ, ਪੀਜ਼ਾ ਬਰਗਰ ਖਾ ਰਹੇ, ਹਿੰਦੁਸਤਾਨ ਨੇ ਤਾਂ ਉਹ ਹੀ ਸਮਝਣਾ, ਹਿੰਦੁਸਤਾਨ ਨੇ ਤਾਂ ਉਹ ਹੀ ਸਮਝਣਾ ਵੀ ਸਾਰੇ ਹੀ ਇੱਦਾਂ ਦੇ ਆ। ਪਰ ਗੱਲ ਸਿਰਫ ਇੰਨੀ ਕਿ ਸਾਡੇ ਜਿਹੜੇ ਆਗੂ ਨੇ ਉਹ ਉਸ ਪਾਸੇ ਜਾ ਹੀ ਨਹੀਂ ਰਹੇ। ਸਭ ਨੂੰ ਪਤਾ ਵਾ ਵੀ ਸਾਡੇ ਕੋਲ ਕਿੱਡਾ ਵੱਡਾ ਹਥਿਆਰ ਬੈਠਾ ਮੀਡੀਆ ਸਾਡੇ ਕੋਲ, ਅਸੀਂ ਦੱਸ ਸਕੀਏ ਲੋਕਾਂ ਨੂੰ ਵੀ ਯਾਰ ਅਸੀਂ ਇਹੋ ਜਿਹੇ ਹਾਂ, ਅਸੀਂ ਯਾਰ ਅਬਦਾਲੀ ਰੋਕਿਆ ਵਾ, ਅਸੀਂ ਨਾਦਰ ਤੋਂ ਕੁੜੀਆਂ 30-35 ਹਜ਼ਾਰ ਕੁੜੀਆਂ ਛਡਾਈਆਂ ਤੁਹਾਡੀਆਂ ਯਾਰ, ਅਸੀਂ ਜਾਨਾਂ ਦਿੱਤੀਆਂ ਅਸੀਂ ਯਾਰ, ਬਿਲਕੁਲ ਅਸੀਂ ਉਹ ਹਾਂ ਜਿਨ੍ਹਾਂ ਨੇ ਸਿਕੰਦਰ ਦਾ ਮੂੰਹ ਮੋੜਿਆ ਵਾ, ਅਸੀਂ ਚੰਗੇਜ਼ ਮੰਗੋਲ ਆਰੀਅਨ ਅਸੀਂ ਰੋਕੇ ਆ, ਸਾਡੇ ਬਾਬੇ ਨੇ ਹਾ ਦਾ ਨਾਰਾ ਮਾਰਿਆ ਬਾਬਰ ਨੂੰ, ਤੁਸੀਂ ਵੀ ਮਾਰਿਆ, ਹਾਂਜੀ ਦੱਸੂ ਕੌਣ, ਦੱਸੂ ਕੌਣ, ਮੈਂ ਦੱਸ ਗੱਲ ਹੋਈ ਆ। ਅੱਜ ਗੱਲ ਕਰੋ ਵੀ ਇੱਕ ਜਗ੍ਹਾ 'ਤੇ ਗੁੰਦਾਵਾਂ ਗੁਰਦੁਆਰਾ ਖੋਲ੍ਹਣਾ ਆ, ਲੈ ਸ਼ਾਮ ਨੂੰ 4 ਕਰੋੜ ਨਾ ਇਕੱਠਾ ਹੋ ਜਾਵੇ, ਅਤੇ ਬੰਦਾ ਕਹੇ ਯਾਰ ਮੈਂ ਫਿਲਮ ਬਣਾਉਣੀ ਆ ਬੋਤਾ ਸਿੰਘ ਕਰਜਾ ਸਿੰਘ 'ਤੇ, ਸੁੱਖਾ ਸਿੰਘ ਮਹਿਤਾਬ ਸਿੰਘ 'ਤੇ, ਮੈਂ ਜੱਸਾ ਸਿੰਘ ਆਲੂ ਵਾਲੀਆ ਬਣਾਉਣਾ, ਲੈ ਬਣਾਉਣਾ ਆਲੂ ਵਾਲੀਆ, ਤੁਸੀਂ ਕੋਈ ਲੋੜ ਨਹੀਂ ਬਣਾਉਣ ਦੀ, ਰੀਜ਼ਨ ਕੀ ਆ? ਸਾਡੀ ਸੋਚ ਦਾ ਉਹ ਦਾਇਰਾ ਹੀ ਬੰਦ ਕਰ ਦਿੱਤਾ ਗਿਆ ਆ, ਇਸ ਪਾਸੇ ਸੋਚੋ ਹੀ ਨਾ। ਕੌਣ ਦੱਸੂਗਾ ਉਹ ਇਹੋ ਜਿਹਾ ਯੋਧਾ ਸੀ ਜੱਸਾ ਸਿੰਘ ਆਲੂ ਵਾਲੀਆ, ਮਾਰ ਕੇ ਧੌਣ ਦੇ ਖੱਬੇ ਪਾਸੇ ਕੰਨ ਦੇ ਵਾਰ ਕਰਕੇ ਅੱਧਾ ਧੜ ਵੱਢਤਾ ਸੀ ਬੰਦੇ ਦਾ, ਵੱਢ ਕੇ ਘੋੜੇ ਦੀ ਧੌਣ ਵੱਢੀ ਇੱਕੋ ਵਾਰ 'ਚ, ਪਹਿਲਾਂ ਬੰਦਾ ਵੱਢਿਆ ਉਸੇ ਤਲਵਾਰ ਨਾਲ ਘੋੜਾ ਵੱਢਿਆ, ਲਿਆ ਕੇ 6 ਇੰਚ ਤਲਵਾਰ ਜ਼ਮੀਨ 'ਚ ਕੱਢਤੀ, ਕਿੱਡੀ ਜਾਨ ਹੂੰ ਉਸ ਬੰਦੇ ਦੇ ਵਿੱਚ, ਕੌਣ ਵਿਖਾਊਗਾ? ਅਸੀਂ ਗਲੈਡੀਏਟਰ ਵੇਖੀ ਜਾਂਦੇ ਹਾਂ, ਹਾਂਜੀ ਅਸੀਂ ਸਪਾਰਟਨ ਵੇਖੀ ਜਾਂਦੇ ਹਾਂ, ਅਸੀਂ 300 ਵੇਖੀ ਜਾਂਦੇ, ਟਰੋਏ ਵੇਖੀ ਜਾਂਦੇ, ਉਹਨਾਂ ਦੀਆਂ ਫਿਲਮਾਂ ਵਾਓ ਵਾਓ ਕਰੀ ਜਾਂਦੇ ਹਾਂ, ਉਹ ਸਾਡੇ 'ਤੇ ਵੇਖੋ ਤੁਸੀਂ ਕਿਹੜੇ ਜਿਹੜੇ। ਉਹ ਜਿਹੜੀ ਸਪਾਰਟਨ ਦੀ ਤੁਸੀਂ ਗੱਲ ਕੀਤੀ ਭਾਅ ਜੀ, ਉਹਨਾਂ ਨੇ 300 ਨੇ ਇਹਨਾਂ ਨਾਲ ਜੰਗ ਲੜੀ ਸੀ, ਆਪਣੀਆਂ 40 ਨੇ ਲੜੀ ਸੀ। ਗੱਲ ਸਿਰਫ ਉਨੀ ਕਾ ਇਹ ਨਹੀਂ ਕਿ ਸਿਰਫ ਸਾਡੇ ਕੋਲ ਯੋਧੇ ਹੋਏ, ਯੋਧੇ ਦੁਨੀਆਂ 'ਚ ਬੜੇ ਹੋਏ ਆ, ਬਹੁਤ ਹੋਏ ਆ, ਹਰ ਖਿੱਤੇ ਦੀ ਆਪਣੀ ਕਹਾਣੀ ਆ, ਅਸੀਂ ਆਪਣੀ ਕਹਾਣੀ ਕਿਉਂ ਨਹੀਂ ਦੱਸ ਸਕਦੇ? ਫਿਲਮ ਬਣੀ ਪਾਣੀਪਤ ਪਿੱਛੇ ਜੇ, ਹਾਂਜੀ ਦਿਖਾਇਆ ਕੀ ਉਹਦੇ ਵਿੱਚ? ਉਹ 'ਚ ਦਿਖਾਇਆ ਇਹ ਕਿ ਮੀਂਹ ਪੈ ਗਿਆ ਅਤੇ ਸਿੱਖ ਮਦਦ ਨੂੰ ਨਹੀਂ ਆ ਸਕਦੇ, ਇਹ ਸੱਚ ਕਿਉਂ ਨਹੀਂ ਦੱਸਦੇ? ਸੱਚ ਕਿਉਂ? ਕਿ ਸਿੱਖਾਂ ਨਾਲ ਧੋਖਾ ਕਰਕੇ ਭੱਜਿਆ ਉੱਥੋਂ, ਲਾਹੌਰ ਦੇ ਵਿੱਚ ਬੈਠਾ ਜਦੋਂ ਪਤਾ ਲੱਗਾ ਅਬਦਾਲੀ ਹੈਗਾ, ਰਾਤੋਂ ਰਾਤ ਛੱਡ ਕੇ ਭੱਜ ਗਿਆ, ਆ ਕੇ ਪਿੱਛੇ ਬਹਿ ਗਿਆ, ਸਿੱਖਾਂ ਨੂੰ ਮਰਨਾ ਹੱਥ ਛੱਡ ਆਇਆ ਇਕੱਲਾ ਹੀ ਉੱਥੇ। ਮੇਰੀ ਗੱਲ ਸਮਝੇ ਤੁਸੀਂ? ਹਾਂਜੀ ਹਾਂਜੀ। ਇਹ ਸੱਚਾਈ, ਮਦਦ ਮੰਗੂ ਕਿਹੜੇ ਮੂੰਹ ਨਾਲ ਉਹਨਾਂ ਕੋਲੋਂ ਜਿਹੜਾ ਮੌਤ ਦੇ ਮੂੰਹ ਛੱਡ ਆਇਆ ਸਿੱਖਾਂ ਨੂੰ ਉੱਥੇ? ਹੋਲਕਰ ਕੇ ਕੀ ਸੀ ਨਾਂ ਉਹਦਾ, ਮੈਨੂੰ ਨਾਂ ਭੁੱਲ ਗਿਆ, ਮਰਾਠਾ ਸੀ ਜਿਹੜਾ ਉਹ ਮਤਲਬ ਉੱਥੇ ਉੱਥੋਂ ਭੱਜਿਆ ਵਾਲਾ, ਜਦੋਂ ਪਤਾ ਲੱਗਾ ਅਬਦਾਲੀ ਚੜ੍ਹ ਆਇਆ ਅਤੇ ਸਿੱਖ ਕਹਿੰਦੇ ਵੀ ਤੇਰੇ ਨਾਲ ਖਲੋਤੇ ਅਸੀਂ, ਲਾਹੌਰ ਦੇ ਕਿਲੇ 'ਤੇ ਇਹਨਾਂ ਦਾ ਕਬਜ਼ਾ ਸੀ ਮਰਾਠਿਆਂ ਦਾ, ਅੱਛਾ ਉਹ ਕਹਿੰਦੇ ਤੇਰੇ ਨਾਲ ਰਹਿਣਾਗੇ ਅਸੀਂ, ਉਹਨਾਂ ਮਹੂਰਤ ਕਢਾ ਲਿਆ ਪੰਡਤ ਤੋਂ ਵੀ ਪੰਡਤ ਜੀ ਦੱਸੋ ਜੰਗ ਵਾਸਤੇ ਦਿਨ ਕਿਹੜਾ? ਉਹ ਕਹਿੰਦਾ 3 ਦਿਨ ਜੰਗ ਨਹੀਂ ਹੋਣੀ ਚਾਹੀਦੀ। ਅੱਛਾ 3 ਦਿਨ ਜੰਗ ਨਹੀਂ, 3-4 ਦਿਨ ਜੰਗ ਨਹੀਂ ਹੋਣੀ ਚਾਹੀਦੀ, ਜੇ ਜੰਗ ਹੋਈ 3-4 ਦਿਨ ਤਾਂ ਤੁਸੀਂ ਹਾਰ ਜਾਓਗੇ। ਉੱਧਰੋਂ ਪੱਟਾਂ ਨੂੰ ਤੇਲ ਲਾਈ ਫਿਰਦੇ ਸੀ ਅਗਲੇ ਵੀ ਆਵੇ ਅਬਦਾਲੀ ਦੱਸਦੇ ਜਾਂ ਤਿਆਰ ਬੈਠੇ ਹਾਂ। ਹਾਂਜੀ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਸਿੱਖਾਂ ਨੇ ਤਾਂ ਮੰਨਣਾ ਨਹੀਂ,
ਜਿਹੜੀਆਂ 12 ਮਿਸਲਾਂ ਇਹ ਨਹੀਂ ਮੰਨਣ ਵਾਲੀਆਂ। ਕਹਿੰਦਾ ਵੀ ਹੱਲ ਕੀ ਆ, ਵੀ ਪੰਡਿਤ ਸਾਹਿਬ ਨੇ ਤਾਂ ਮੂਰਤ ਕੱਢਤਾ ਵਾ, ਬਈ ਚਾਰ ਦਿਨ ਜੰਗ ਨਹੀਂ ਹੋਣੀ, 'ਚ ਜੇ ਪੰਜਵੇਂ ਦਿਨ, ਚਾਰ ਦਿਨ ਤੋਂ ਬਾਅਦ ਸਾਰੇ ਨਗਰ ਖੁੱਲ੍ਹੇ ਆ, ਅਬਦਾਲੀ ਦੇ ਫੱਟੇ ਚੱਕ ਦੋਗੇ ਤੁਸੀਂ, ਉੱਥੋਂ ਭੱਜ ਆਏ, ਵੀ ਚਾਰ ਦਿਨ ਟਾਲੀਏ, ਇੱਥੇ ਜੰਗ ਰੁਕਣੀ ਨਹੀਂ। ਉੱਥੇ ਮੌਤ ਦੇ ਮੂਹਰੇ ਛੱਡ ਕੇ ਸਿੱਖਾਂ ਨੂੰ ਆ ਗਏ ਇੱਥੇ, ਅਗਲੇ ਨੇ ਉੱਧਰ ਗਿਆ ਹੀ ਨਹੀਂ, ਉਹ ਆਏ ਸਿੱਧਾ ਇੱਧਰ, ਉਹਨਾਂ ਘੇਰ ਦਿਆ ਆ ਕੇ। ਤੁਸੀਂ ਗਲਤ ਇਤਿਹਾਸ 'ਤੇ ਨਾ ਵਿਖਾਓ, ਸੱਚ ਵਿਖਾਓ ਕਿ ਤੁਸੀਂ ਬਿਲੀਵ ਕਰਦੇ ਸੀ ਮੂਰਤਾਂ 'ਤੇ, ਪੰਡਤਾਂ 'ਤੇ। ਉਹਨੇ ਚਾਰ ਦਿਨ 'ਚ ਉਹ ਮਾਰਿਆ ਭੜਕਾ ਕੇ ਕੰਮ, ਇਹੋ ਜਿਹੇ ਟੁੱਟੇ ਮੁੜ ਕੇ 20 ਸਾਲ ਮੂੰਹ ਨਹੀਂ ਕੀਤਾ ਉੱਤਰ ਵਾਲੇ ਪਾਸੇ। ਇਹਨਾਂ ਦੀਆਂ ਜਨਾਨੀਆਂ ਨੂੰ ਬੰਨ ਕੇ ਲੈ ਕੇ ਜਾ ਰਿਹਾ ਸੀ ਫਿਰ, ਉਹ ਰਾਹ ਤਾਂ ਉਹੀ ਸੀਗਾ ਜਿਹਨਾਂ ਨੂੰ ਛੱਡ ਕੇ ਉਹਨਾਂ ਨੇ ਫੇਰ ਛਡਾਈਆਂ, ਵੀ ਤੁਸੀਂ ਲੈ ਕੇ ਕਿੱਦਾਂ ਚੱਲੇ ਸਾਡੇ ਮੁਲਕ ਦੀ ਇੱਜ਼ਤ, ਇਹ ਦੱਸੂ ਕੌਣ? ਉਹੀ ਗੱਲ ਆ ਭਾਅ ਜੀ, ਅੱਜ ਕੱਲ੍ਹ ਲੋਕਾਂ ਕੋਲ ਇੰਨਾ ਟਾਈਮ ਨਹੀਂ, ਉਹ ਕਿਉਂਕਿ ਡਿਜੀਟਲ ਮੀਡੀਆ 'ਚ ਇੰਨੇ ਬਿਜ਼ੀ ਹੋਏ ਪਏ ਆ। ਅਸੀਂ ਡਿਜੀਟਲ ਕਿਉਂ ਨਹੀਂ ਵਰਤਦੇ? ਆਪਾਂ ਵਰਤਦੇ ਨਹੀਂ ਹੁੰਦੇ ਕਿਉਂਕਿ ਲੋਕੀ ਅੱਜ ਕੱਲ੍ਹ ਕਿਤਾਬਾਂ ਪੜ੍ਹਨ 'ਚ ਹੈ ਨਹੀਂ ਇੰਟਰਸਟਡ, ਲੋਕੀ ਕਿਤਾਬਾਂ ਛੱਡਦੇ ਜਾ ਰਹੇ ਆ। ਬਾਲੀਵੁੱਡ ਦੀ ਗੱਲ ਕਰੀਏ, ਉਹਨਾਂ ਨੇ ਇਤਿਹਾਸ ਦਿਖਾਉਣਾ ਨਹੀਂ, ਜੇ ਦਿਖਾਉਣਾ ਤਾਂ ਉਹਨਾਂ ਨੇ ਇਹੋ ਜਿਹੀ, ਉਹਨਾਂ ਨੇ ਕੇਸਰੀ ਵਰਗਾ ਦਿਖਾ ਦੇਣਾ ਪੁੱਠਾ, ਉਹਨਾਂ ਨੇ ਉਹੋ ਜਿਹੀ ਦਿਖਾਉਣਾ, ਕੁੱਕੜ ਫੜਨ ਡਏ ਤੁਸੀਂ ਅੰਦਰ, ਤੁਸੀਂ ਆਹ ਕਰ ਰਹੇ ਹੋ, ਤੁਸੀਂ ਨਹੀਂ ਬਣਾਓਗੇ, ਤੁਸੀਂ ਨਹੀਂ ਬਣਾਓਗੇ ਨਾ, ਕੋਈ ਹੋਰ ਬਣਾਊਗਾ ਅਤੇ ਗਲਤ ਬਣਾਊਗਾ, ਫਿਰ ਤੁਸੀਂ ਵੇਖੋਗੇ, ਤੁਸੀਂ ਟੋਕ ਵੀ ਨਹੀਂ ਸਕਦੇ। ਇੱਕ ਚਿੱਠੀ ਜੀ ਕੱਢ ਦਿੰਦੇ ਆ ਉੱਥੋਂ, ਹਜੇ ਤੱਕ ਸਾਡੇ ਅਸੀਂ ਜਥੇਦਾਰ ਨਹੀਂ ਕੌਮ ਦਾ ਲਾ ਸਕੇ, ਅਸੀਂ ਕੀ ਕਰਨਾ ਦੱਸੋ, ਕਾਰਜਕਾਰੀ ਜਥੇਦਾਰ ਲਾਏ ਹੋਏ ਦੱਸ ਕਿ ਅਸੀਂ ਕਰਨਾ ਕੀ ਆ। ਹਾਂਜੀ, ਸਾਡੀ ਕੌਮ ਦਾ ਜਥੇਦਾਰ ਹੀ ਨਹੀਂ ਹੈਗਾ, ਕੋਈ ਗੱਲ ਨਹੀਂ, ਗੱਲ ਕਰਨ ਵਾਲਾ ਹੀ ਹੈ ਨਹੀਂ ਕੋਈ। ਉਹੀ ਗੱਲ ਭਾਅ ਜੀ, ਆਪਣੀ ਕੌਮ ਹੀ ਇੱਕਜੁੱਟ ਹੈ ਨਹੀਂ। ਐਂਡ ਆਪਾਂ ਜਿੰਨੇ ਵੀ ਇੱਥੇ ਤੁਹਾਡੇ ਤੋਂ ਪਹਿਲਾਂ ਗੈਸਟ ਆਏ ਆ, ਕਿਸੇ ਨਾ ਕਿਸੇ ਨਾਲ ਇਹ ਗੱਲਾਂ ਤੁਰਦੀਆਂ, ਪੰਜਾਬੀ ਮਾਂ ਬੋਲੀ ਦੀ ਜਾਂ ਕੌਮ ਨੂੰ ਲੈ ਕੇ, ਅਤੇ ਸਮਝ ਨਹੀਂ ਆਉਂਦੀ ਵੀ ਇਕੱਠੇ ਕਰੂਗਾ ਕੌਣ ਇਹਨਾਂ ਨੂੰ। ਪਰ ਜੀ ਇਹ ਤਾਂ ਹੁਣ ਪਰਮਾਤਮਾ ਹੀ ਇਕੱਠੇ ਕਰੇ, ਪਰ ਅਸੀਂ ਸੋਚ ਲਿਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਛੇਤੀ ਇੱਕ ਸੰਸਥਾ ਦੇ ਨਾਲ ਮੈਂ ਜੁੜਨ ਵਾਲਾ ਵਾਂ। ਉਸ ਸੰਸਥਾ ਦਾ ਨਾਮ ਮਾਂ ਬੋਲੀ ਫਾਊਂਡੇਸ਼ਨ ਆ, ਮਾਂ ਬੋਲੀ ਫਾਊਂਡੇਸ਼ਨ। ਬੜੀ ਵਧੀਆ ਮੈਨੂੰ ਲੱਗੀ ਉਹਨਾਂ ਦਾ, ਉਹ ਕਹਿੰਦੇ ਨਾ ਅਸੀਂ ਕਿਸੇ ਦੇ ਘਰ ਦਾ ਲੈਂਟਰ ਪਾਉਣਾ ਵਾ, ਨਾ ਅਸੀਂ ਕਿਸੇ ਕੁੜੀ ਦਾ ਵਿਆਹ ਕਰਾਉਣਾ ਵਾ, ਨਾ ਅਸੀਂ ਲੰਗਰ ਲਾਉਣਾ ਕਿਤੇ, ਨਾ ਅਸੀਂ ਕਿਸੇ ਨੂੰ ਮੈਡੀਕਲ, ਅਸੀਂ ਸਿਰਫ਼ ਬੋਲੀ ਦੀ ਸੇਵਾ ਕਰਨੀ, ਭਾਸ਼ਾ ਦੀ ਸੇਵਾ ਕਰਨੀ ਆ। ਅਸੀਂ ਉਹਨਾਂ ਯੋਧਿਆਂ 'ਤੇ ਬਣਾਉਣੇ ਟੌਪਿਕ, ਜਿਹੜੇ ਯਾਰ ਸਾਡੀ ਸਾਡੀ ਕੌਮ ਦੇ ਜਿਹਨੂੰ ਕਹਿੰਦੇ ਆ ਵੀ ਸਰਲੱਥ ਯੋਧੇ ਹੋਏ ਆ, ਉਹਨਾਂ ਦੇ ਕੰਮ ਕਰਨਾ, ਬਹੁਤ ਲੋੜ ਹੈ। ਮੈਂ ਕਿਹਾ ਭਾਈ ਮੈਂ ਤੁਹਾਡੇ ਨਾਲ ਹਾਂ, ਹਾਂਜੀ, ਜਿੱਥੇ ਕਹੋਗੇ ਜਿੱਥੇ ਕਹੋਗੇ ਮੈਂ ਤੁਹਾਡੇ ਨਾਲ ਹਾਂ, ਜੋ ਬਣਾਉਣਾ ਮੈਂ ਤੁਹਾਡੇ ਨਾਲ ਹਾਂ, ਇੱਥੇ ਬਣਾਉਣਾ, ਬਾਹਰਲੇ ਮੁਲਕ ਬਣਾਉਣਾ, ਜਿੱਦਾਂ ਬਣਾਉਣਾ, ਚੰਗੇ ਐਕਟਰ, ਸਾਬਤ ਸੂਰਤ ਐਕਟਰ, ਚੰਗੇ ਡਾਇਰੈਕਟਰ, ਚੰਗੇ ਲਿਖਾਰੀ ਮੈਂ ਲਾ ਕੇ ਦਊਂਗਾ ਤੁਹਾਨੂੰ। ਹਾਂਜੀ, ਬਸ ਉਹ ਕਹਿੰਦੇ ਅਸੀਂ ਫੰਡ ਰੇਜ਼ ਕਰਕੇ ਅਸੀਂ ਸਿਰਫ ਪਬਲਿਕ ਦਾ ਪੈਸਾ ਇੱਥੇ ਲਾਉਣਾ, ਜੇ ਜਿਹੜਾ ਬੋਲੂਗਾ ਵੀ ਐਂ ਹੋਇਆ, ਪਬਲਿਕ ਆਪੇ ਜਵਾਬ ਦਊਗੀ ਵੀ ਆਪੇ, ਤੁਸੀਂ ਕੁਛ ਕਰਨਾ ਨਹੀਂ, ਕਿਸੇ ਨੂੰ ਤੁਸੀਂ ਕੁਛ ਕਰ ਨਹੀਂ ਦੇਣਾ। ਸੋ ਅਸੀਂ ਉਸ ਪਾਸੇ ਹੁਣ ਮੈਂ ਤੁਰ ਪਿਆ ਉਸ ਪਾਸੇ। ਸਹੀ ਹੈ ਭਾਜੀ, ਡਿਜੀਟਲ ਮੀਡੀਆ ਦਾ ਆਪਾਂ ਨੂੰ ਪੂਰਾ ਜਿਹੜੀ ਵਰਤੋਂ ਵੀ ਕਰਨੀ ਚਾਹੀਦੀ ਹੈ। ਇੱਕ ਭਾਜੀ ਇਹ ਦੱਸੋ ਮੈਨੂੰ ਗੱਲ, ਕਿਉਂਕਿ ਨਾ ਜਿਹੜੇ ਸਿੰਗਰ ਹੁੰਦੇ ਆ ਉਹਨਾਂ ਦੀਆਂ ਵੀ ਸ਼ਿਕਾਇਤਾਂ ਆਪਾਂ ਨੂੰ ਦੇਖਦੀਆਂ, ਕਈ ਇੰਟਰਵਿਊਜ਼ ਵਿੱਚ ਵੀ ਉਹ ਦੱਸਦੇ ਆ, ਕਹਿੰਦੇ ਜਦੋਂ ਅਸੀਂ ਕੋਈ ਗਾਣੇ ਕੱਢਦੇ ਹਾਂ ਸ਼ਰਾਬ ਨਸ਼ੇ ਦੇ, ਕੁੜੀ ਦੇ ਜਾਂ ਜੱਟ ਦੇ, ਚੱਕ ਦੇ, ਮਾਰਦੇ, ਹੈ ਨਾ, ਉਹਦਾ ਮਿਲੀਅਨਸ ਦੇ ਵਿੱਚ ਵਿਊਜ਼ ਜਾਂਦੇ ਆ, ਪਰ ਜਦੋਂ ਕਦੇ ਕੋਈ ਗੁਰਪੁਰਬ ਆਉਂਦਾ ਤਾਂ ਉਦੋਂ ਆਪਾਂ ਨੂੰ ਕੋਈ ਸ਼ਬਦ ਦੇਖਣ ਨੂੰ ਮਿਲਦੇ ਆ ਜਾਂ ਡਿਵੋਸ਼ਨਲ ਸੌਂਗਸ ਦੇਖਣ ਨੂੰ ਮਿਲਦੇ ਆ, ਉਹਨਾਂ 'ਤੇ ਵਿਊਜ਼ ਨਹੀਂ ਆਉਂਦੇ, ਫਿਰ ਉਹ ਕਹਿੰਦੇ ਵੀ ਹੁਣ ਲੋਕ ਦੇਖਣਾ ਹੀ ਨਹੀਂ ਚਾਹੁੰਦੇ, ਅਸੀਂ ਕੀ ਕਰੀਏ। ਗੱਲ ਇਹ ਹੈ ਕੌਮ ਭਟਕ ਗਈ ਨਾ, ਕੌਮ ਭਟਕ ਗਈ ਆ। ਜੋ ਇੰਟਰਟੇਨਮੈਂਟ ਵੀ, ਮੇਰਾ ਮੰਨਣਾ ਇੰਟਰਟੇਨਮੈਂਟ ਵੀ ਸਿਨੇਮਾ ਇੰਟਰਟੇਨਮੈਂਟ ਹੀ ਆ। ਹਾਂਜੀ, ਇੰਟਰਟੇਨਮੈਂਟ ਵੀ ਜ਼ਿੰਦਗੀ 'ਚ ਜ਼ਰੂਰੀ ਆ, ਪਰ ਤੁਸੀਂ ਕਿਸੇ ਇਨਸਾਨ ਦੇ ਅੰਦਰੋਂ ਧਾਰਮਿਕ ਭਾਵਨਾ ਨਾ ਕੱਢ ਨਹੀਂ ਸਕਦੇ, ਤੁਸੀਂ ਕਿਸੇ ਦੀਆਂ ਸੈਂਟੀਮੈਂਟ ਜਿਹਨਾਂ ਦੇ ਜੁੜੇ ਹੋਏ ਆ ਤੁਸੀਂ ਕੱਢ ਨਹੀਂ ਸਕਦੇ।
ਹੁਣ ਜਿਹੜੇ ਉਹ ਮਿਲੀਅਨਾਂ ਦੇ ਵਿਊ ਆ, ਮਿਲੀਅਨਸ ਦੇ ਵਿੱਚ ਵਿਊ ਆ, ਸਾਡੀ ਕੌਮ ਕਿੰਨੀ ਆ, ਅਸੀਂ ਆਲ ਓਵਰ ਦਾ ਵਰਲਡ 3 ਕਰੋੜ ਆ ਅਤੇ ਬਿਲੀਅਨ ਬਿਲੀਅਨ ਤੱਕ ਤਾਂ ਵਿਊ ਪਹੁੰਚੇ ਹੋਏ ਆ। ਮੈਨੂੰ ਲੱਗਦਾ ਕਿ ਇੰਨੇ ਪੰਜਾਬੀ ਵਿਹਲੇ ਹੈਗੇ ਆ ਵੀ ਬਿਲੀਅਨ ਵਾਰ ਇੱਕ ਵੀਡੀਓ ਵੇਖ ਲੈਣ, ਵਾਰ ਵਾਰ ਨਹੀਂ ਵੇਖਦੇ, ਲਾ ਲਾ ਕੇ ਬੂਸਟਾਂ 'ਤੇ ਵਿਊ ਵਧਾਈ ਜਾਣੇ, ਉਹ 100 ਚੀਜ਼ਾਂ ਨੇ, ਉਹ ਕਈ ਲੱਲੇ ਦੂਜੀਆਂ ਗੱਲਾਂ, ਉਹ ਡਰੋਬੈਕ ਪੁੱਠਾ ਕਈ। ਇਹਨਾਂ ਦੇ ਇਸ ਵਿਸ਼ੇ 'ਤੇ ਆਪਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ, ਪਰ ਮੇਨਲੀ ਗੱਲ ਜਿਹੜੀ ਕਰਨ ਵਾਲੀ ਇਹ ਆ ਵੀ ਜਾਗਣਾ ਚਾਹੀਦਾ ਸਾਡੇ ਬੰਦਿਆਂ ਨੂੰ। ਹਾਂਜੀ, ਜਾਗਣਾ ਚਾਹੀਦਾ, ਲੰਗਰ ਲਾਉਣੇ ਜ਼ਰੂਰੀ ਆ, ਸਭ ਜ਼ਰੂਰੀ, ਉਹਦੇ ਨਾਲ ਆਹ ਵੀ ਜ਼ਰੂਰੀ ਹੈ। ਇਸ ਟਾਈਮ ਕੌਣ ਦੱਸੂਗਾ ਸਾਡੇ ਨਿਆਣਿਆਂ ਨੂੰ? ਮੀਡੀਆ ਹੀ ਦੱਸੂਗਾ ਬਸ। ਇਹਨੂੰ ਪਹਿਲਾਂ ਕਿ ਕੋਈ ਮਾੜਾ ਬੰਦਾ ਬਣਾਵੇ ਫਿਲਮ ਜਿਹਨੂੰ ਨੌਲੇਜ ਹੀ ਨਹੀਂ ਹੈ, ਉਹ ਨਾਨਕ ਸ਼ਾਹ ਫਕੀਰ ਬਣਾਤੀ, ਉਹ ਪਤਾ ਨਹੀਂ ਕੀ ਬਣਾਤਾ, 16-17 ਕਰੋੜ ਰੁਪਈਆ ਲਾਇਆ ਹੋਇਆ ਉਹ ਬਣਾ, ਪਤਾ ਨਹੀਂ ਕੀ ਦਿੱਤਾ, ਨਾ ਵੇਖਣ ਨੂੰ ਜੀ ਕਰਦਾ ਬੰਦਾ, ਨਿਆਣੇ ਉਹਨੂੰ ਸੱਚ ਸਮਝੀ ਜਾਂਦੇ ਚਮਤਕਾਰਾਂ ਨੂੰ, ਚਮਤਕਾਰਾਂ ਨੂੰ। ਹਾਂਜੀ, ਹੈ ਨਾ। ਸੋ ਗੱਲ ਉਹੀ ਵੀ ਤੁਸੀਂ ਨਹੀਂ ਬਣਾਓਗੇ ਤਾਂ ਕੋਈ ਨਾ ਕੋਈ ਤਾਂ ਬਣਾਊਗਾ, ਤੁਸੀਂ ਸਿਨੇਮੇ 'ਚ ਲੱਗਣ ਤੋਂ ਰੋਕ ਲਈ, ਰੋਕ ਗਈ, ਉਹ ਯੂਟਿਊਬ 'ਤੇ ਪਈ ਆ, ਰੋਜ਼ ਵੇਖਦੇ ਲੋਕ ਲਾ ਕੇ, ਜਾਂ ਤਾਂ ਬਿਲਕੁਲ ਹੀ ਬੰਦ ਕਰ ਦਿਉ ਨਾ, ਫਿਰ ਉਹ ਤੁਸੀਂ ਕਰ ਨਹੀਂ ਸਕਦੇ, ਉਹ ਤੁਹਾਡੇ 'ਚ ਤਾਕਤ ਨਹੀਂ ਹੈ, ਤੁਹਾਡੇ ਕੋਲ ਤਾਂ ਇੰਨੀ ਤਾਕਤ ਨਹੀਂ ਹੈ ਵੀ ਤੁਸੀਂ ਪੱਗ ਨੂੰ ਬਚਾ ਲਓ ਆਪਣੀ ਨੂੰ, ਅੱਜ ਤੁਹਾਡੇ ਕੋਲ ਤਾਂ ਇੰਨੀ ਤਾਕਤ ਨਹੀਂ ਵੀ ਆਪਣੀ ਭਾਸ਼ਾ ਨੂੰ ਬਚਾ ਲਓ, ਪੰਜਾਬ ਦੇ ਵਿੱਚ ਰਹਿੰਦੇ ਹੋਏ ਤੁਸੀਂ ਲਾਗੂ ਨਹੀਂ ਕਰਾ ਸਕੇ, ਪਹਿਲੀ ਕਲਾਸ 'ਚ ਆਪਸ਼ਨਲ ਪੰਜਾਬੀ ਹੈ, ਦੱਸੋ ਕੀ ਕਰ ਲਓਗੇ ਤੁਸੀਂ? ਆਪਣੇ ਖਿੱਤੇ ਦੇ ਵਿੱਚ ਅਸੀਂ ਨਹੀਂ ਕਰਾ ਸਕੇ ਹੁਣ ਤੱਕ ਵੀ ਸਾਡਾ ਖਿੱਤਾ ਪੰਜਾਬ, ਇਹਦੇ ਵਿੱਚ ਨਰਸਰੀ ਕਲਾਸ ਤੋਂ ਅੰਗਰੇਜ਼ੀ ਲੱਗੇ ਨਾ, ਪੰਜਾਬੀ ਪੜ੍ਹਨੀ ਪੈਣੀ ਹੈ ਭਾਅ ਜੀ। ਆਪਣੇ ਇੱਥੇ ਚੰਡੀਗੜ੍ਹ ਏਰੀਆ ਦੇ ਵਿੱਚ 4th-5th ਕਲਾਸ ਤੋਂ ਸ਼ੁਰੂ, ਗੱਲ ਉਹੀ ਹੈ ਵੀ ਇਹ ਕੌਣ ਕਰੂਗਾ? ਇਹ ਤਾਂ ਕਰਾ ਨਹੀਂ ਸਕੇ ਅਸੀਂ ਜਿਹੜਾ ਕੰਮ ਕਰਾਉਣ ਵਾਲਾ, ਹੋਰ ਹੋਰ ਕੰਮਾਂ ਨੂੰ ਅਸੀਂ ਪੈ ਗਏ ਟੁੱਟ ਕੇ, ਆਹ ਰੀਜ਼ਨ ਹੈ ਬਸ। ਮੈਨੂੰ ਲੱਗਦਾ ਇਹ ਵਿਸ਼ੇ 'ਤੇ ਬਹੁਤ ਲੰਬੀ ਗੱਲ ਹੋਣੀ ਜਦੋਂ ਵੀ ਹੋਣੀ। ਹਾਂਜੀ ਜੀ, ਆਈ ਥਿੰਕ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜੇਕਰ ਇਹ ਚੀਜ਼ ਬਣਦੀ ਹੈ ਤਾਂ ਆਪਣੇ ਪੋਡਕਾਸਟ ਦੇ ਮਾਧਿਅਮ ਨਾਲ ਇਹੀ ਕਹਿਣਾ ਚਾਹੂੰਗਾ ਮੈਂ ਕਿ ਉਹਨਾਂ ਨੂੰ ਵੇਖਿਆ ਕਰੋ, ਉਹ ਵੀ ਉਹ ਆਪਣਾ ਇਤਿਹਾਸ ਆਪਣੇ ਬੱਚਿਆਂ ਨੂੰ ਦਿਖਾਇਆ ਕਰੋ, ਸਾਰਾ ਕੁਝ ਕਰਿਆ ਕਰੋ। ਅਤੇ ਅਗਲੀ ਗੱਲ ਭਾਅ ਜੀ ਕਰਦੇ ਹਾਂ ਆਪਣੀ, ਜਿਵੇਂ ਪੰਜਾਬੀ ਮਾਂ ਬੋਲੀ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹਦੇ ਵਿੱਚ ਜੇਕਰ ਆਪਾਂ ਉੱਧਰਲੇ ਪੰਜਾਬ ਦੀ ਗੱਲ ਕਰੀਏ, ਲਹਿੰਦੇ ਪੰਜਾਬ ਦੀ, ਤਾਂ ਤੁਹਾਨੂੰ ਲੱਗਦਾ ਕਿ ਉੱਧਰਲੇ ਲੋਕਾਂ ਦੀ ਜਿਹੜੇ ਉਹਨਾਂ ਨੇ ਫਿਰ ਵੀ ਪੰਜਾਬ ਨੂੰ ਆਪਣੇ ਕਲਚਰ ਨੂੰ ਥੋੜ੍ਹਾ ਸਾਂਭਿਆ ਹੋਇਆ ਇੱਧਰ ਨਾਲੋਂ ਜ਼ਿਆਦਾ ਉੱਧਰ? ਬਹੁਤ ਸਾਂਭਿਆ ਹੈ ਜੀ, ਥੋੜ੍ਹਾ ਕੀ, ਬਹੁਤ ਜ਼ਿਆਦਾ। ਜੇ ਅਸਲ ਪੰਜਾਬ ਵੇਖਣਾ ਤਾਂ ਉੱਧਰ ਜਾਣਾ ਪੈਣਾ, ਉਹੋ ਹੀ ਟਿੰਡਾਂ, ਉਹੋ ਹੀ ਖੂਹ, ਉਹੋ ਹੀ ਗੁਰਦੁਆਰੇ, ਸਭ ਤੋਂ ਵੱਡੀ ਗੱਲ ਗੁਰਦੁਆਰੇ, ਉਹ ਉਹਨਾਂ ਨੇ ਉਵੇਂ ਹੀ ਰੱਖੇ ਹੋਏ ਆ, ਉਹ ਉੱਦਾਂ ਹੀ ਬਿਲਕੁਲ ਉਹੀ ਲਾਲ ਇੱਟਾਂ, ਛੋਟੀਆਂ ਇੱਟਾਂ, ਸਾਰਾ ਕੁਝ ਉਵੇਂ ਰੱਖਿਆ। ਗੁਰੂ ਸਾਹਿਬ ਦੇ ਪੁਰਾਣੇ ਇਮਾਰਤਾਂ ਘਰ ਇੱਥੇ ਤੇ ਲਾ ਲਾ ਕੇ ਪੱਥਰ, ਅਤੇ ਹਰ ਜਗ੍ਹਾ ਗੁਰਦੁਆਰਾ ਬਣਾ ਦਿੱਤਾ। ਹਾਂਜੀ, ਪਿੱਛੇ ਜਿਹੇ ਮੇਰੀ ਭਤੀਜੀ ਆਈ ਉੱਥੋਂ ਆਸਟ੍ਰੇਲੀਆ ਤੋਂ, ਅਤੇ ਅਸੀਂ ਗੁਰਦੁਆਰੇ ਮੱਥਾ ਟਿਕਾਉਣ ਲੈ ਗਏ, ਨਾਢਾ ਸਾਹਿਬ ਗਏ ਮੱਥਾ ਟੇਕਿਆ, ਉੱਥੋਂ ਨਿਕਲੇ ਬੌਲੀ ਸਾਹਿਬ ਆ ਕੇ ਮੱਥਾ ਟੇਕਿਆ, ਉਹ ਤੋਂ ਬਾਅਦ ਨਾਭਾ ਸਾਹਿਬ ਆ ਕੇ ਮੱਥਾ ਟੇਕਿਆ। ਹਾਂਜੀ, ਉਹ ਵੇਖਿਆ ਵੀ ਉੱਥੇ ਵੀ ਗੁਰਦੁਆਰਾ ਸੀ, ਇੱਥੇ ਵੀ ਗੁਰਦੁਆਰਾ, ਇੱਥੇ ਵੀ ਗੁਰਦੁਆਰਾ। ਉੱਥੋਂ ਚਲੇ ਫਤਿਹਗੜ੍ਹ ਸਾਹਿਬ ਚਲੇ ਗਏ, ਜੋਤੀ ਸਰੂਪ ਉੱਥੇ ਚਲ ਗਏ, ਵੱਡੇ ਗੁਰਦੁਆਰਾ ਸਾਹਿਬ ਚਲ ਗਏ, ਠੰਡੇਪੁਰ ਚਲ ਗਏ, ਉਹ ਟੇਕੀ ਗਈ ਮੱਥਾ ਜਿੱਥੇ ਕਹੀ ਗਏ। ਉਹ ਕਹਿੰਦੀ ਮੈਨੂੰ ਦਿਖਾਓ ਤਾਂ ਸਹੀ ਕਿਹੜਾ ਠੰਡਾ ਬੁਰਜ, ਅਸੀਂ ਕਿਹਾ ਇੱਥੇ ਹੁੰਦਾ ਸੀ। ਕਹਿੰਦੀ ਹੁੰਦਾ ਸੀ ਦਾ ਮਤਲਬ ਕੀ? ਉਹ ਸਾਰਾ ਰੈਨੋਵੇਟ ਕਰਕੇ ਨਵਾਂ ਬਣਾਤਾ, ਲਾਲਾ ਪੱਥਰ 'ਤੇ ਚੜ੍ਹਾਤੀਆਂ ਗੁਰਦੁਆਰੇ ਦੀਆਂ ਇਮਾਰਤਾਂ। ਤੁਸੀਂ ਯੂਰਪ ਜਾਓ ਕਿਤੇ, ਉਹਨਾਂ ਨੇ ਹਜੇ ਤੱਕ ਸਾਂਭ ਕੇ ਰੱਖੇ ਹੋਏ, ਜਿੱਥੇ ਯੀਸ਼ੂ ਨੂੰ ਸੂੜੀ ਚੜ੍ਹਾਇਆ ਸੀ, ਜਿੱਥੇ ਯੀਸ਼ੂ ਨੂੰ ਰੱਖਿਆ ਸੀਗਾ, ਹਜੇ ਤੱਕ ਸਾਂਭ ਕੇ ਰੱਖਿਆ ਉਹਨਾਂ ਨੇ, ਲੋਕ ਜਾਂਦੇ ਵੇਖਦੇ ਆ। ਮੱਕਾ ਉਹਨਾਂ ਨੇ ਕਿਤੇ ਪੱਥਰ ਲਾ ਤੇ ਮੱਕੇ ਮਦੀਨੇ ਦੇ, ਉਹੀ ਬਿਲਡਿੰਗ, ਉਹੀ ਇਮਾਰਤ ਰੱਖੀ ਹੈ, ਉਹ 'ਤੇ ਕੱਪੜਾ ਪਾਤਾ, ਬਸ ਅਸੀਂ ਸਾਂਭ ਹੀ ਨਹੀਂ ਸਕੇ। ਭਾਅ ਜੀ ਰਾਜਸਥਾਨ ਦੇ ਵਿੱਚ ਬਹੁਤ ਇੱਦਾਂ ਦੇ ਚੀਜ਼ਾਂ ਹੈ ਜਿਹੜੀਆਂ ਯੂਨੈਸਕੋ ਦੇ ਅੰਡਰ ਉਹਨਾਂ ਨੇ ਹੈਰੀਟੇਜ ਰੱਖੀਆਂ ਹੋਈਆਂ। ਅਸੀਂ ਕਿਲੇ ਨਹੀਂ ਸਾਂਭ ਸਕੇ, ਨਾ ਅਸੀਂ ਪਟਿਆਲੇ ਦੇ ਕਿਲੇ ਸਾਂਭ ਸਕੇ, ਨਾ ਅਸੀਂ ਬਠਿੰਡੇ ਦਾ ਕਿਲਾ ਸਾਂਭਿਆ, ਨਾ ਅਸੀਂ ਗੋਬਿੰਦਗੜ੍ਹ ਫੋਰਟ ਸਾਂਭਿਆ, ਨਾ ਆਮ ਖਾਸ ਬਾਗ ਸਾਂਭੇ ਕੁਛ ਨਹੀਂ।
ਪੈਸਾ ਕਿੱਧਰ ਜਾਂਦਾ? ਸਭ ਤੋਂ ਅਮੀਰ ਸਟੇਟ ਨੰਗ ਕਰਕੇ ਸੁੱਟਤੀ। ਇਹ ਮੰਨਦੇ ਹੋ ਕਿ ਕਿਸੇ ਪ੍ਰੋਪੋਗੈਂਡੇ ਦੀ ਇੱਕ ਬਹੁਤ ਵੱਡੀ ਕੋਈ ਕੌਨਸਪੀਰੇਸੀ ਹੈ ਵੀ? ਹੋ ਸਕਦਾ ਜੀ, ਦੇਖੋ ਇੱਦਾਂ ਹੀ ਹੁੰਦਾ, ਸੱਭਿਅਤਾਵਾਂ ਕਲਚਰ ਐਂ ਮਿੱਟਦੇ ਆ, ਐਂ ਹੌਲੀ 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 ਕਰਕੇ ਸਲੋ ਪੋਇਜ਼ਨ ਦੇ ਦੇ ਕੇ ਐਂ ਰਾਜ ਖਤਮ ਹੁੰਦੇ। ਮਤਲਬ ਇਹ ਆਪਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ, ਹਜੇ ਨਹੀਂ ਲੱਗ ਰਿਹਾ ਪਤਾ, ਕੋਈ ਆਉਣ ਵਾਲੇ ਕੋਈ 20-30 ਸਾਲਾਂ ਬਾਅਦ ਪਤਾ ਲੱਗੂਗਾ ਕੀ ਹੋ ਰਿਹਾ। ਲੱਗੂ ਪਤਾ ਹੌਲੀ ਹੌਲੀ ਵੀ ਸਾਡੇ ਨਾਲ ਹੋਇਆ ਕੀ। ਅੱਛਾ ਭਾਜੀ, ਜਿਹੜੇ ਪਾਕਿਸਤਾਨੀ ਆਰਟਿਸਟ ਹੈ ਜੇ ਤੁਸੀਂ ਬੜਿਆਂ ਨਾਲ ਕੰਮ ਕੀਤਾ, ਚੱਲ ਮੇਰਾ ਪੁੱਤ ਦੀ ਸਾਰੀ ਜੋ ਇੱਕ ਫਰੈਂਚਾਈਜ਼ ਹੈ ਜਾਂ ਹੋਰ ਵੀ ਕਿੰਨੀਆਂ ਸਾਰੀਆਂ ਫਿਲਮਾਂ ਬਣਾਈਆਂ, ਤੇ ਉਧਰਲੇ ਆਰਟਿਸਟ ਜਦੋਂ ਇਧਰਲੇ ਆਰਟਿਸਟਾਂ ਨਾਲ ਕੰਮ ਕਰਦੇ ਆ ਤਾਂ ਉਹਦਾ ਜਿਹੜਾ ਇੰਪੈਕਟ ਆ ਉਹ ਇੰਡੀਆ ਪਾਕਿਸਤਾਨ ਦੇ ਹਾਲਾਤਾਂ 'ਤੇ ਪੈਂਦਾ? ਲੱਗਦਾ ਕਿ ਤੁਹਾਨੂੰ ਥੋੜ੍ਹਾ ਲੋਕਾਂ ਦੇ ਮਨਾਂ ਦੇ ਵਿੱਚ ਪਿਆਰ ਜਾਗਦਾ ਜਾਂ ਮੁਹੱਬਤ ਜਾਗਦੀ ਹੈ? ਦੇਖੋ ਇੰਡੀਆ ਪਾਕਿਸਤਾਨ ਦਾ ਮੁੱਦਾ ਕੀ ਹੈ, ਸਭ ਤੋਂ ਵੱਡੀ ਗੱਲ ਤਾਂ ਇਹ ਆ, ਮੁੱਦਾ ਹੈ ਕੀ? ਮੁੱਦਾ ਤਾਂ ਕੁਛ ਵੀ ਨਹੀਂ, ਉਹ ਮੀਡੀਆ ਦੇ ਵਿੱਚ ਹੀ ਹੈ। ਉਹ ਤਾਂ ਮੁੱਦਾ ਤਾਂ ਸਿਰਫ ਬਾਰਡਰਾਂ 'ਤੇ ਸਿਪਾਹੀ ਖੜ੍ਹੇ ਕਰਕੇ ਉਹ ਆਪਣੇ ਆਰਮੀ ਦਾ ਬਜਟ ਵਧਾਵਦਾ ਖਾਈ ਜਾਂਦੇ ਆ, ਸਾਡੇ ਵਾਲੇ ਆਪਣੀ ਦਾ ਖਾਈ ਜਾਂਦੇ ਆ। ਜਦੋਂ ਉੱਧਰ ਜਾਈਦਾ ਵਾ, ਉਹਨਾਂ ਨੂੰ ਮਿਲੀਦਾ, ਉਹਨਾਂ ਨਾਲ ਬੈਠੀ ਦਾ ਲੱਗਦਾ ਹੀ ਨਹੀਂ ਵੀ ਉੱਧਰ ਦੇ, ਐਂ ਲੱਗਦਾ ਇਹ ਤਾਂ ਇੱਥੇ ਨਾਲ ਦੇ ਪਿੰਡੋਂ। ਹਾਂਜੀ, ਕਿਉਂ ਹੈ ਇੱਦਾਂ? ਉਹ ਇਸ ਕਰਕੇ ਕਿ ਨਾ ਤਾਂ ਉਹਨਾਂ ਨੂੰ ਪੁੱਛਿਆ ਗਿਆ ਲੀਕ ਮਾਰਨ ਤੋਂ ਪਹਿਲਾਂ, ਅਤੇ ਨਾ ਸਾਨੂੰ ਪੁੱਛਿਆ ਗਿਆ। ਇੱਕ ਬੰਦ ਕਮਰੇ ਦੇ ਵਿੱਚ ਦੋ ਬੰਦੇ ਹੱਥ 'ਚ ਸਿਗਾਰ ਫੜ ਕੇ ਸ਼ਰਾਬ ਦਾ ਗਲਾਸ, ਅਤੇ ਲੀਕ ਮਾਰੇ ਇੱਥੋਂ ਆਹ ਉੱਧਰ ਪਾ ਦਈਏ, ਇਹਨੂੰ ਇੱਧਰ ਕਰ ਦਿਉ। ਕਿਸੇ ਨੇ ਪੁੱਛਿਆ ਵੀ ਤੁਸੀਂ ਲੀਕ ਚਾਹੁੰਦੇ ਹੋ? ਕਿਸੇ ਨੇ ਪੁੱਛਿਆ ਵੀ ਸਾਰਾ ਪੰਜਾਬ ਉੱਧਰ ਦੇ ਦਈਏ, ਸਾਰਾ ਪੰਜਾਬ ਇੱਧਰ ਲੈ ਲਈਏ? ਰੀਜ਼ਨ ਤਾਂ ਵੇਖੋ ਨਾ, ਦੋ ਹਿੱਸੇ ਕਿਉਂ ਕੀਤੇ? ਦੁਨੀਆਂ ਦੀਆਂ ਵੱਡੀਆਂ ਡਿਸਪਿਊਟਿਡ ਲੈਂਡਸ ਦੇ ਵਿੱਚੋਂ ਇਹ ਆ, ਇਸ ਟਾਈਮ ਦੁਨੀਆਂ ਦੀਆਂ ਵੱਡੀਆਂ ਡਿਸਪਿਊਟਿਡ ਲੈਂਡਸ ਜਿਹੜੀਆਂ ਨੇ, ਕਿਤੇ ਇਜ਼ਰਾਈਲ ਵਾਲਾ ਮਸਲਾ ਚੱਲ ਰਿਹਾ, ਅਸੀਂ ਉਸ ਬੰਬ 'ਤੇ ਬੈਠੇ ਹਾਂ ਇਸ ਟਾਈਮ, ਅਤੇ ਲੜ ਕਿਹਨਾਂ ਨਾਲ ਰਹੇ ਹਾਂ? ਆਪਣਿਆਂ ਨਾਲ ਹੀ। ਉਹ ਕੌਣ ਨੇ? ਬਗਾਨੇ ਆ? ਸਾਡਾ ਸਭ ਕੁਛ ਤਾਂ ਉੱਧਰ ਚੱਲ ਗਿਆ, ਸਾਰਾ ਕੁਛ ਹੀ ਉੱਧਰ ਹੈ, ਬਾਬੇ ਨਾਨਕ ਦਾ ਸਾਰਾ ਕੁਛ ਉੱਧਰ ਹੈ, ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਕੁਛ ਉੱਥੇ ਹੀ ਆ। ਮਰਿਆ ਕੌਣ? ਆਜ਼ਾਦੀ ਦੇ ਨਜ਼ਾਰੇ ਲੁੱਟੇ ਇਹਨਾਂ ਨੇ। ਇਹ ਕਹਿੰਦੇ 15 ਅਗਸਤ ਮਨਾਓ, ਕੀ ਮਨਾਈਏ? ਸਾਡੇ ਵਾਸਤੇ ਤਾਂ ਕਾਲਾ ਦਿਨ ਹੈ, 10 ਲੱਖ ਬੰਦਾ ਮਾਰਿਆ ਗਿਆ ਸਾਡਾ, ਲੱਖਾਂ ਸਾਡੀਆਂ ਧੀਆਂ ਭੈਣਾਂ ਬੇਪਤ ਹੋਈਆਂ ਨੇ ਉਦੋਂ, ਕਿਹਨਾਂ ਕਰਕੇ? ਇਹਨਾਂ ਕਰਕੇ ਹੋਈਆਂ। ਫਿਰ ਦੇ ਦਿੰਦੇ ਪੰਜਾਬ ਪੂਰਾ ਉੱਧਰ, ਉਦੋਂ ਵੀ ਡਰਦੇ ਸੀ ਕਿ ਪੰਜਾਬ ਦਾ ਬਾਰਡਰ ਪਾਕਿਸਤਾਨ ਦਾ ਬਾਰਡਰ ਦਿੱਲੀ ਦਾ ਲੱਗ ਜਾਣਾ, ਆ ਕੇ ਦਿੱਲੀ ਤੱਕ ਪੰਜਾਬ ਸੀ, ਦੋਨੇ ਪੰਜਾਬ ਇਕੱਠੇ ਹੋ ਗਏ, ਇਹਨਾਂ ਦੀ ਤਾਕਤ ਬਹੁਤ ਵੱਡੀ ਹੋ ਜਾਣੀ। ਨਹੀਂ, ਇਕੱਠੇ ਕਿਉਂ ਗਏ? ਇਕੱਠਾ ਹੀ ਸੀਗਾ ਪੰਜਾਬ 'ਤੇ, ਅੱਧ 'ਚ ਲੈਂਡ ਮਾਰੀ, ਦਿੱਲੀ ਤੋਂ 400 ਕਿਲੋਮੀਟਰ ਦੂਰ ਬਾਰਡਰ ਰੱਖਿਆ, ਕਿ ਜੇ ਕਿਤੇ ਹਮਲਾ ਹੋਵੇ ਤਾਂ ਰਾਹ 'ਚ ਬੈਠੇ ਹੁਣ ਮਰਨ ਵਾਸਤੇ। ਫਿਰ ਸਾਰਾ ਹੀ ਦੇ ਦਿੰਦੇ ਨਾ ਉਹਨਾਂ ਨੂੰ, ਅੱਧਾ ਕਿਉਂ ਦਿੱਤਾ? ਅੱਧ ਦਾ ਕੀ ਮਤਲਬ ਹੋਇਆ? ਜੇ ਵੱਢ ਹੀ ਦਿੱਤਾ ਤੁਸੀਂ, ਸਾਰੇ ਦੇ ਦਿੰਦੇ, ਸਾਰੇ ਦੇ ਦਿੰਦੇ। ਉਦੋਂ ਵੀ ਡਰਦੇ ਸੀ ਵੀ ਦਿੱਲੀ ਦੇ ਨਾਲ ਬਾਰਡਰ ਇਹਨਾਂ ਦੂਜੇ ਦਿਨ ਢਾਲਣੇ ਆ ਕੇ, ਸਾਨੂੰ ਵੱਢ ਵੀ ਦਿੱਤਾ, ਸਾਨੂੰ ਰਾਖੀ ਵੀ ਰੱਖ ਲਿਆ ਵਾ ਕਿ ਜੇ ਉਧਰੋਂ ਕੋਈ ਹਮਲਾ ਹੋਊਗਾ ਤਾਂ 400 ਕਿਲੋਮੀਟਰ ਬੰਦੇ ਬੈਠੇ ਨੇ ਬਚਣ ਵਾਸਤੇ, ਕਿਉਂਕਿ ਉਹਨਾਂ ਨੂੰ ਬੜੀ ਸਾਜ਼ਿਸ਼ ਹੈ। ਉਹਨਾਂ ਨੂੰ ਵੱਡੀ ਪਿਛੋਕੜ ਇਤਿਹਾਸ ਦੇਖਦਾ ਸੀ ਨਾ, ਕਿ ਜਦੋਂ ਵੀ ਕੋਈ ਇਨਵੇਡਰ ਅਟੈਕ ਕਰਦਾ ਸੀ, ਇਨਵੇਡ ਕਰਦਾ ਸੀ, ਤਾਂ ਉਹਨੇ ਪੰਜਾਬ ਥਾਣੇ ਵੀ ਆਉਣਾ ਹੁੰਦਾ ਸੀ। ਗੱਲ ਤਾਂ ਉਹੀ ਹੈ, ਜਿਹੜੇ ਬੰਦੇ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਬਚਾ ਸਕੇ, ਜਿਹੜਾ ਉਹ ਵਾਪਸ ਨਹੀਂ ਰੱਖ ਸਕੇ ਕਿ ਤੁਰਕਾਂ ਦੇ ਹੱਥ ਲੱਗ ਗਏ, ਇਹ ਜੀ ਇਹ ਹੁਣ ਪਵਿੱਤਰ ਨਹੀਂ ਰਹੀ, ਛੂਹ ਲਿਆ ਉਹਨਾਂ ਨੇ, ਉਹ ਕੀ ਕਰਨਗੇ? ਕੀ ਮੁਲਕ ਚਲਾਉਣਗੇ, ਕੀ ਸਾਂਭਣਗੇ? ਹੈ ਨਾ, ਮਤਲਬ ਵਿਸ਼ੇ ਦੂਜੇ ਬਹੁਤ ਵੱਡੇ ਵਿਸ਼ੇ ਨੇ ਇਹ। ਹਾਂਜੀ, ਹਿਸਟੋ ਜਿਹੜੇ ਸਕਾਲਰ ਦੇ ਉਹਨਾਂ ਨੂੰ ਬਹਿਣਾ ਚਾਹੀਦਾ ਇਹਨਾਂ ਵਿਸ਼ਿਆਂ ਦੇ ਉੱਤੇ, ਉਹ ਗੱਲ ਕਰਨੀ ਚਾਹੀਦੀ।
ਨਹੀਂ ਭਾਜੀ, ਪਰ ਆਪਾਂ ਨੂੰ ਵੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜਿਵੇਂ ਤੁਸੀਂ ਇੱਕ ਮਤਲਬ ਤੁਹਾਡੇ ਚਿਹਰੇ ਦੀ ਇੱਕ ਫੇਮ ਹੈ ਲੋਕਾਂ ਦੇ, ਨੂੰ ਤੁਸੀਂ ਇਨਫਲੂਐਂਸ ਕਰਦੇ ਹੋ, ਤਾਂ ਆਪਾਂ ਨੂੰ ਮੇਰੇ ਖਿਆਲ ਤੁਹਾਡੇ ਕੋਲ ਇੱਕ ਜ਼ਰੀਆ ਹੁੰਦਾ ਨਾ, ਜਿਵੇਂ ਤੁਸੀਂ ਫਿਲਮਾਂ ਦੀ ਗੱਲ ਕੀਤੀ, ਤਾਂ ਆਪਾਂ ਨੂੰ ਇੱਦਾਂ ਦੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ, ਤਾਂ ਜੋ ਲੋਕ ਸਮਝਣ ਕਿ ਹਾਂ ਜਿਹੜੇ ਆਰਟਿਸਟ ਆ ਉਹ ਇਕੱਲੇ ਫਿਲਮਾਂ 'ਚ ਕੋਮੇਡੀ ਬਣਾਉਣ ਜੋਗੇ ਨਹੀਂ ਗੇ, ਅਸੀਂ ਹੋਰ ਚੀਜ਼ਾਂ ਵੀ ਕਰ ਸਕਦੇ ਹਾਂ। ਬੜਾ ਦਰਦ ਹੈ ਸਾਡੇ ਅੰਦਰ ਯਾਰ, ਇੱਕ ਕਲਾਕਾਰ ਬਣਨਾ ਕਿਤੇ ਸੌਖਾ ਨਹੀਂ ਆ, ਉਹਨੂੰ ਦਰਦ ਲਾਉਣਾ ਪੈਂਦਾ ਆਪਣੇ ਅੰਦਰ, ਪਹਿਲਾਂ ਆਪਣੇ ਅੰਦਰ ਹਰ ਕਿਰਦਾਰ ਨੂੰ ਜੀਣਾ ਪੈਂਦਾ, ਹਾਂਜੀ, ਫਿਰ ਉਹ ਸਕਰੀਨ 'ਤੇ ਦੇਖਦਾ। ਸੋ ਇਹ ਬੜਾ ਵੱਡਾ ਮਸਲਾ, ਬਹੁਤ ਵੱਡਾ ਮੁੱਦਾ, ਪਤਾ ਨਹੀਂ ਕਦੋਂ ਸੌਟ ਆਊਟ ਹੋਣਾ ਇਹ, ਪਰ ਦੁੱਖ ਹੈ, ਬਹੁਤ ਦੁੱਖ ਹੈ ਇਸ ਗੱਲ ਦਾ ਕਿ ਸਾਡੀ ਕੌਮ ਜਿਹੜੀ ਆ ਨਾ ਉਹ ਪਤਾ ਨਹੀਂ ਕਿਹੜੇ ਰਾਹ ਤੁਰੀ ਪਈ ਹੈ, ਕੋਈ ਸੋਚ ਹੀ ਹੈ ਨਹੀਂ ਇਸ ਪਾਸੇ ਆਉਣ ਦੀ। ਹਾਂ, ਜਦੋਂ ਹੁਣ ਸ਼ਹੀਦੀ ਦਿਹਾੜੇ ਟੱਪੇ ਹੈ, ਫਤਿਹਗੜ੍ਹ ਸਾਹਿਬ ਜੇ ਮੁੰਡੇ ਜਾਂਦੇ ਹੈ ਤਾਂ ਸਪੀਕਰ ਵੱਡੇ ਵੱਡੇ ਲਾ ਕੇ ਉੱਥੇ ਗਾਣੇ 'ਚ ਲਾ ਕੇ ਜਾਂਦੇ ਆ ਜਿਹੜੇ, ਆ ਹੁਣ ਤਾਂ ਸੋਸ਼ਲ ਮੀਡੀਆ 'ਤੇ ਵੀ ਬੜਾ ਵਾਇਰਲ ਹੋਇਆ, ਬੜਿਆਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ। ਦੇਖੋ ਗੱਲ ਉਹੀ ਹੈ ਵੀ ਇਹ ਮੈਨੂੰ ਲੱਗਦਾ ਇਹ ਜਿਹੜੇ ਆਹ ਮੁੱਦਿਆਂ ਦੀ ਆਪਾਂ ਗਏ, ਬੜਾ ਛੋਟਾ ਮੁੱਦਾ ਸਪੀਕਰ ਲਾਉਣਾ ਗਾਣੇ, ਇਹ ਬੜਾ ਨਿੱਕਾ ਮੁੱਦਾ, ਬੇਸਿਕ 'ਤੇ ਸਿਖਾਓ ਪਹਿਲਾਂ, ਏ ਬੀ ਸੀ 'ਤੇ ਸਿਖਾ ਲਓ ਉਹਨਾਂ ਨੂੰ। ਜਦੋਂ ਕਿਸੇ ਦੇ ਅੰਦਰ ਦਰਦ ਪੈਦਾ ਹੋ ਜਾਂਦਾ ਨਾ, ਦਰਦ ਪੈਦਾ ਕਰਨਾ ਬਹੁਤ ਜ਼ਰੂਰੀ ਆ, ਉਹ ਤਾਂ ਹੋਊਗਾ ਜੇ ਅਸੀਂ ਆਪਣੀ ਕੌਮ ਦਾ ਬੁਲੰਦ ਕਰੈਕਟਰ ਬਣਾ ਕੇ ਆਪਣੇ ਬੱਚਿਆਂ ਦੇ ਸਾਹਮਣੇ ਰੱਖਾਂਗੇ ਵੀ ਪੁੱਤ ਚੱਲੇ ਆ ਮਹੀਨਾ, ਆਹ ਟਾਈਮ ਆਹ ਹੋਇਆ ਸੀ ਸਾਡੇ ਨਾਲ, ਦੱਸਣਾ ਜ਼ਰੂਰੀ ਆ। ਪਰ ਆਪਣੇ ਵੈਸੇ ਬੜੀਆਂ ਲਿਮਿਟੇਸ਼ਨ ਲੱਗ ਗਈਆਂ ਨਾ, ਕਿ ਜੇਕਰ ਕਿਸੇ ਨੇ ਵਾਲ ਕੱਟੇ ਹੋਏ ਆ ਤੇ ਉਹ ਚੋਰ ਸਾਹਿਬ ਨਹੀਂ ਕਰ ਸਕਦਾ। ਕਿੰਨੇ ਲਾਈਆਂ ਮੈਂ ਉਹੀ, ਆਪਣੇ ਵਰਗੇ ਜਿਹੜੇ ਕਿੰਨੇ ਸੰਸਥਾਵਾਂ ਬਣੀਆਂ ਨੇ, ਕਿਹੜੀ ਸੰਸਥਾ, ਮੈਂ ਉਹੀ ਦੱਸਣਾ ਵੀ ਕਿਹੜੀ। ਜਦੋਂ ਨਾਦਰ ਅਹਿਮਦ ਸ਼ਾਹ ਅਬਦਾਲੀ ਹੁਣਾਂ ਨੇ ਹਰਿਮੰਦਰ ਸਾਹਿਬ ਜ਼ਕਰੀਆ ਖਾਨ ਨੇ ਮੱਥਾ ਟੇਕਣਾ ਬੰਦ ਕਰਤਾ ਸੀ, ਉਦੋਂ ਸੇਵਾ ਕੌਣ ਕਰ ਰਿਹਾ ਸੀ ਉੱਥੇ? ਉਦੋਂ ਜੂੜਿਆਂ ਵਾਲੇ ਸੇਵਾ ਕਰਦੇ ਸੀ ਉੱਥੇ, ਕੌਣ ਸੀ? ਉਦੋਂ ਵੀ ਤਾਂ ਕਿਸੇ ਨੇ ਫੜਿਆ ਨਾ ਚੋਰ। ਜਦੋਂ ਬਾਬੇ ਨਾਨਕ ਨੇ ਵਿਤਕਰਾ ਨਹੀਂ ਕੀਤਾ, ਉਹਨੇ ਸਾਰੀ ਜ਼ਿੰਦਗੀ ਆਪਣੇ ਨਾਲ ਰੱਖਿਆ ਇੱਕ ਉਹ ਬੰਦਾ ਜਿਹੜਾ ਮੁਸਲਿਮ ਭਾਈਚਾਰੇ ਦਾ, ਹਾਂਜੀ, ਹੈ ਨਾ, ਉਹ ਬੰਦਾ ਨਾਲ ਰੱਖਿਆ, ਕਦੀ ਉਸ ਬੰਦੇ ਦੀ ਗੱਲ ਕੀਤੀ ਪੀਰ ਬੁੱਧੂ ਸ਼ਾਹ ਦੀ ਕਿਸੇ ਨੇ? ਕੌਣ ਸੀ ਉਹ? ਕਦੀ ਉਸ ਬੰਦੇ ਦੀ ਗੱਲ ਕੀਤੀ ਸਾਈਂ ਮੀਆਂ ਮੀਰ ਦੀ ਜਿਹਨੇ ਸਿੱਖੀ ਦੇ ਧੁਰੇ ਦੀ ਨੀਂਹ ਰੱਖੀ ਆ? ਕੌਣ ਸੀ ਉਹ? ਗੱਲ ਸਿਰਫ ਓਨੀ ਕੀ ਆ ਵੀ ਗੱਲ ਕਰਨ ਵਾਲਾ ਹੀ ਕੋਈ ਨਹੀਂ ਹੈਗਾ, ਕੋਈ ਨਹੀਂ ਹੈਗਾ, ਗੱਲ ਕੌਣ ਕਰੇ? ਅੱਜ ਕੱਲ੍ਹ ਵੈਸੇ ਹੀ ਕੋਈ ਵੀ ਵੋਟਾਂ ਆਉਂਦੀਆਂ ਜਾਂ ਕੁਛ ਆਉਂਦੀਆਂ, ਹਿੰਦੂ ਮੁਸਲਿਮ ਵਾਦ ਵਿਵਾਦ ਪੈਦਾ ਕਰਤਾ, ਕੁਛ ਇਹੋ ਜਿਹੀਆਂ ਚੀਜ਼ਾਂ ਕਰਤੀਆਂ। ਭਾਅ ਜੀ ਮੇਰਾ ਨਾ ਚੈਨਲ ਹੈ ਇੱਕ ਦੂਜਾ ਪੰਜਾਬੀ ਰੀਲ ਟੀ ਵੀ 'ਤੇ, ਅਤੇ ਉੱਥੇ ਨਾ ਮੈਂ ਵੀਡੀਓਜ਼ ਬਣਾਉਣਾ ਪਾਕਿਸਤਾਨ ਨਾਲ ਰਿਲੇਟਡ। ਅੱਛਾ। ਅਤੇ ਜਿਹੜੇ ਉੱਧਰਲੇ ਆ ਉਹ ਤਾਂ ਬਹੁਤ ਪਿਆਰ ਦਿੰਦੇ ਆ, ਪਰ ਜਿਹੜੇ ਇੱਧਰਲੇ ਵੀ ਕਾਫੀ ਪਿਆਰ ਦਿੰਦੇ ਆ, ਪਰ ਵਿੱਚੋਂ ਜਿਵੇਂ ਹੁੰਦੇ ਨਾ ਕੁਝ ਕੁ ਹੁੰਦੇ ਆ, ਅਤੇ ਉਹ ਫਿਰ ਕਹਿੰਦੇ ਕਿ ਤੁਸੀਂ ਆਪਦੇ ਗੁਰੂਆਂ ਦੀ ਕੁਰਬਾਨੀ ਭੁੱਲ ਗਏ, ਤੁਸੀਂ ਆ ਮੁਸਲਮਾਨਾਂ ਨੂੰ ਪਿਆਰ ਕਰਦੇ ਹੋ, ਤੁਸੀਂ ਇਹਨਾਂ ਨੂੰ ਸਪੋਰਟ ਕਰਦੇ, ਉਹਨਾਂ ਨੂੰ ਸਲਾਹ ਦਿਆ ਕਰੋ ਨਾ ਵੀ ਦੁਨੀ ਚੰਦ ਕੌਣ ਸੀ, ਸਾਈਂ ਮੀਆਂ ਮੀਰ ਕੌਣ ਸੀ? ਨਹੀਂ ਨਹੀਂ ਸਾਡੇ ਸਾਡੀ ਆਪਣੀ ਗੱਲ ਕਰਦੇ ਹਾਂ। ਹਾਂਜੀ, ਬੇਅੰਤ ਸਿੰਘ ਕੌਣ ਸੀ? ਜਿਹਨੂੰ ਬੁੱਚੜ ਤੁਸੀਂ ਕਹਿੰਦੇ ਹੋ, ਕੇ ਪੀ ਐਸ ਗਿੱਲ ਕੌਣ ਸੀ? ਉਹ ਮੁਸਲਮਾਨ ਸੀ, ਉਹ ਸਿੱਖ ਹੀ ਸੀ, ਸਿੱਖ ਹੀ ਸੀ। ਇਤਿਹਾਸ ਖੋਲ ਲਓ, ਪਿੱਛੇ ਨੂੰ ਚੱਲ ਜਾਓ, ਤੁਹਾਨੂੰ ਲੱਗ ਜੂ ਪਤਾ, ਪੰਜਵੇਂ ਪਾਤਸ਼ਾਹ ਦਾ ਜਿਹੜਾ ਵੱਡਾ ਸਪੁੱਤਰ ਸੀ, ਚੌਥੇ ਪਾਤਸ਼ਾਹ ਦਾ ਕਿ ਪੰਜਵੇਂ ਪਾਤਸ਼ਾਹ ਦਾ, ਹੈ ਨਾ, ਉਹ ਕੌਣ ਸੀ? ਧੀਰ ਮੱਲੀਏ ਕੌਣ ਸੀ? ਉਹ ਗੁਰੂ ਘਰ ਦੇ ਵੈਰੀ ਰਹੇ ਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਰੂਪ ਦੇਣ ਤੋਂ ਮਨਾ ਕਰਤਾ, ਕੌਣ ਸੀ? ਸਿੱਖ ਹੀ ਸੀ। ਜੇ ਹਕੂਮਤ ਤੁਹਾਡੀ ਵੈਰੀ ਸੀ ਤਾਂ ਸਾਡੇ ਵੀ ਤਾਂ ਵੈਰੀ ਰਹੇ ਆ, ਉਹਨਾਂ ਦਾ ਵੀ ਤਾਂ ਨਾਲ ਆਉਣਾ, ਕੱਲਾ ਔਰੰਗਜ਼ੇਬ ਨੂੰ ਗਲਤ ਨਾ ਠਹਿਰਾਓ ਤੁਸੀਂ, ਨਾਲ ਦੇ ਵੀ ਗਲਤ ਸੀਗੇ, ਸਾਡੇ ਵਿੱਚ ਵੀ ਗਲਤ ਸੀ, ਅੱਜ ਵੀ ਹੈਗੇ।
ਸੋ ਗੱਲ ਸਿਰਫ ਇਹ ਵੀ ਜਦ ਤੱਕ ਹਿਸਟਰੀ ਅਸੀਂ ਪੜ੍ਹਦੇ ਨਹੀਂ, ਇਤਿਹਾਸ ਅਸੀਂ ਪੜ੍ਹਦੇ ਨਹੀਂ, ਉਦੋਂ ਤੱਕ ਅਸੀਂ ਕਿਸੇ ਨੂੰ ਗਲਤ ਨਹੀਂ ਠਹਿਰਾ ਸਕਦੇ। ਹਾਂ, ਔਰੰਗਜ਼ੇਬ ਸੀ ਜ਼ਾਲਮ ਬਾਦਸ਼ਾਹ ਸੀ, ਉਹਦੀ ਆਈਡੀਓਲੋਜੀ ਮਾੜੀ ਸੀ, ਠੀਕ ਹੈ ਨਾ, ਅਖੀਰ ਝੁਕਿਆ ਨਾ। ਹਾਂਜੀ, ਜ਼ਫਰਨਾਮਾ ਪੜ੍ਹ ਕੇ ਝੁਕਿਆ ਕਿ ਨਹੀਂ, ਕਿ ਮੈਂ ਇੱਕ ਵਾਰ ਦਰਸ਼ਨ ਕਰਨਾ ਚਾਹੁੰਦਾ, ਦਰਸ਼ਨ ਕਿ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਮੈਂ ਦਰਸ਼ਨ ਕਰਨਾ ਚਾਹੁੰਦਾ। ਕਿੱਡਾ ਰਿਗਰੈਕਟ ਹੋਇਆ ਹੋਊਗਾ ਉਹਨੂੰ ਕਿ ਮੈਂ ਕੀ ਕਰ ਬੈਠਾ, ਵੀ ਮੈਂ ਨੌਵੇਂ ਪਾਤਸ਼ਾਹ ਦਾ ਸਿਰ ਲਿਆ, ਇਹਦੇ ਬੱਚੇ ਮਾਰਤੇ ਚਾਰ, ਮੈਂ ਇਹਦੀ ਮਾਂ ਸ਼ਹੀਦ ਕਰਤੀ, ਇਹਦਾ ਪਰਿਵਾਰ ਉੱਜੜ ਗਿਆ, ਇਹ ਹਜੇ ਵੀ ਨਹੀਂ ਡੋਲਿਆ ਜੋ ਲਿਖਿਆ ਉਹਨੇ ਵਿੱਚ, ਜਦੋਂ ਉਹਨੇ ਆਪਣੇ ਪਾਪਾਂ 'ਤੇ ਨਿਗਾਹ ਮਾਰੀ ਤਾਂ ਝੁਕਿਆ ਕਿ ਨਹੀਂ। ਉਹਦਾ ਹੀ ਮੁੰਡਾ ਫਿਰ ਆਇਆ ਵੀ ਮੈਨੂੰ ਗੱਦੀ ਲੈ ਦਿਓ ਜੀ, ਗੁਰੂ ਸਾਹਿਬ ਨੇ ਫਿਰ ਮਦਦ ਕੀਤੀ। ਗੱਲ ਸਿਰਫ ਇਤਿਹਾਸ ਪੜ੍ਹਨਾ ਪੈਣਾ, ਸਾਨੂੰ ਪੜ੍ਹਨਾ ਪੈਣਾ। ਹਾਂ, ਗੁਰੂ ਸਾਹਿਬ ਇਕੱਲੇ ਗੁਰੂ ਨਹੀਂ ਸੀਗੇ, ਪੋਲੀਟੀਕਲੀ ਵੀ ਉਹ ਸੋਚ ਰੱਖਦੇ ਸੀਗੇ, ਪੋਲੀਟੀਕਲੀ ਵੀ ਸੋਚ ਰੱਖਦੇ ਸੀਗੇ ਕਿ ਮੈਂ ਕੌਮ ਵਧਾਉਣੀ, ਅੱਗੇ ਕਿੱਦਾਂ ਵਧਾਉਣੀ ਹੈ। ਡੈਮੋਕ੍ਰੇਸੀ ਗੱਲ ਵੱਖਰੀ ਹੈ, ਡਿਪਲੋਮੈਟਿਕ ਸੋਚ ਹੋਣਾ ਗੱਲ ਵੱਖਰੀ ਹੈ। ਗੁਰੂ ਸਾਹਿਬ ਡਿਪਲੋਮੈਟਿਕ ਸੋਚ ਰੱਖਦੇ ਸੀਗੇ, ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਗਏ, ਜੇ ਤਲਵਾਰ ਦੀ ਲੋੜ ਹੈ ਤਾਂ ਤਲਵਾਰ ਚੁੱਕ ਲਈ, ਜੇ ਕਲਮ ਦੀ ਲੋੜ ਹੈ ਕਲਮ ਚੁੱਕ ਲਈ, ਜੇ ਗੱਲ ਕਰਨ ਦੀ ਲੋੜ ਤਾਂ ਗੱਲ ਕੀਤੀ। ਗੱਲ ਸਿਰਫ ਇੰਨੀ ਕਾ, ਚ ਪੜ੍ਹਾਂਗੇ ਨਹੀਂ, ਸੁਣੀ ਜਾਵਾਂਗੇ, ਜੋ ਗਲਤ ਮਲਤ ਸੁਣੇਗਾ ਸੁਣ ਸੁਣ ਕੇ ਬੋਲੀ, ਉਹੀ ਗਾਂਹ ਤੋਂ ਗਾਂਹ ਆਪਾਂ ਟਰੈਵਲ ਕਰੀ ਜਾਣਾ। ਹਾਂਜੀ ਹਾਂਜੀ, ਅੱਜ ਦੇ ਪੋਡਕਾਸਟ ਦੇ ਵਿੱਚ ਜੇਕਰ ਆਪਾਂ ਨਿਚੋੜ ਕੱਢੀਏ ਤਾਂ ਆਈ ਥਿੰਕ ਇਹਦਾ ਨਿਚੋੜ ਇਹੀ ਨਿਕਲਦਾ ਕਿ ਆਪਾਂ ਨੂੰ ਆਪਦੀਆਂ ਜੜ੍ਹਾਂ ਨਾਲ ਜੁੜਨਾ ਚਾਹੀਦਾ, ਜੁੜਨਾ ਚਾਹੀਦਾ ਬਿਲਕੁਲ, ਅਤੇ ਇਤਿਹਾਸ ਖੁਦ ਵੀ ਸੁਣੋ ਪੜ੍ਹੋ ਅਤੇ ਬੱਚਿਆਂ ਨੂੰ ਵੀ ਇਹ ਜਿਹੜਾ ਪੜ੍ਹਾਓ ਪੜ੍ਹਾਓ ਜੀ ਬਿਲਕੁਲ ਜੀ। ਭਾਅ ਜੀ, ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ, ਬਹੁਤ ਬਹੁਤ ਜੀ। ਹਾਂਜੀ, ਬਹੁਤ ਬਹੁਤ ਮੁਬਾਰਕਾਂ ਇਸ ਨਵੇਂ ਸਾਲ ਦੇ ਵਿੱਚ, ਸਾਨੂੰ ਸਿੱਖ ਇਤਿਹਾਸ ਨਾਲ ਰਿਲੇਟਡ ਦੇਖਣ। ਡੈਫੀਨੇਟਲੀ, ਤੁਹਾਨੂੰ ਇੱਕ ਤਾਂ ਮਿਲੂਗੀ ਮਿਲੂਗੀ, ਬਾਬਾ ਬੋਤਾ ਸਿੰਘ, ਗਰਜਾ ਸਿੰਘ, ਕੋਈ ਵੀ ਕੋਈ ਵੀ ਜਿਹੜੀ ਪਹਿਲਾਂ ਰੈਡੀ ਹੋ ਗਈ, ਇੱਕ ਤਾਂ ਮਿਲੂਗੀ ਮਿਲੂਗੀ, ਬਸ ਵੇਟ ਰਹੇਗੀ ਬਸ। ਔਰ ਬਾਰਾਂ ਕੇ ਅਰਦਾਸ ਹੈ ਵੀ ਹਰ ਸਾਲ ਦੋ ਦੋ ਚਾਰ ਚਾਰ ਧਾਰਮਿਕ ਫਿਲਮਾਂ ਦੀ ਸਿਰਫ ਕਿਸੇ ਦੇ ਜ਼ਰੀਏ ਵੀ ਲਵੇ, ਅਸੀਂ ਨਾ ਸਹੀ ਕਿਸੇ ਦੇ ਜ਼ਰੀਏ ਵੀ ਲਵੇ, ਡੈਫੀਨੇਟਲੀ ਇਹ ਬਹੁਤ ਜ਼ਰੂਰੀ ਆ, ਜ਼ਰੂਰਤ ਵੱਡਾ ਕਰਨਾ ਜੇ। ਬਾਕੀ ਇੰਨਾ ਹੀ ਕਹਿੰਦਾ ਬਸ, ਜੇ ਕੋਈ ਗਲਤ ਬੋਲਿਆ ਹਾਂ ਭਾਈ ਮਾਫ਼ੀ ਚਾਹੁੰਦਾ, ਮੈਂ ਭਾਵੁਕ ਹੋ ਜਾਂਦਾ ਬਸ। ਨਹੀਂ ਨਹੀਂ ਭਾਅ ਜੀ, ਤੁਹਾਡੀ ਜਿਹੜੀ ਤਬੀਅਤ ਹੈ, ਤੁਹਾਡੀ ਜੋ ਰੂਹ ਹੈ ਉਹ ਬਹੁਤ ਪਾਕ ਲੱਗਦੀ ਹੈ। ਜੋ ਪਾਕ ਤਾਂ ਨਹੀਂ, ਜੇ ਉਹ ਕਹਿੰਦੇ ਜਿਹੜਾ ਬੰਦਾ ਗੁਨਾਹ ਕਰਦਾ ਉਹ ਦੇਵਤਾ ਬਣ ਜਾਂਦਾ, ਜਿਹੜਾ ਬੰਦਾ ਕੋਈ ਐਪ ਹੀ ਨਾ ਹੋਵੇ, ਹਾਂਜੀ, ਦੇਵਤਾ ਉਹ ਤਾਂ ਰੱਬ ਬਣ ਗਿਆ। ਉਹੀ ਤਾਂ ਭਾਈ ਦੁਨਿਆਵੀ ਬੰਦੇ ਆ, ਪਰ ਫਿਰ ਵੀ ਅੱਜ ਕੱਲ ਦੇ ਇਸ ਜ਼ਮਾਨੇ ਦੇ ਵਿੱਚ ਲੋਕਾਂ ਨੂੰ ਸਿੱਧੇ ਰਾਹ ਤੋਰਨਾ ਤੁਹਾਡੀਆਂ ਰੀਲਾਂ ਦੇ ਜ਼ਰੀਏ, ਕਈ ਲੋਕ ਸ਼ਾਇਦ ਤੁਹਾਨੂੰ ਕੱਲੀਆਂ ਰੀਲਾਂ ਕਰਕੇ ਜਾਣਦੇ ਹੋਣਗੇ, ਤੇ ਜਿਹੜੇ ਮੇਰੇ ਵਰਗੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਸ਼ਾਇਦ ਕਿ ਤੁਹਾਡਾ ਸਟਰਗਲ ਰਿਹਾ ਜਾਂ ਇੰਨੇ 20-25 ਸਾਲ ਤੁਹਾਨੂੰ ਇੰਡਸਟਰੀ 'ਚ ਹੋ ਗਏ, ਤੇ ਉਹ ਪਤਾ ਲੱਗਦਾ ਭਾਅ ਜੀ ਦੇਖਦਾ। ਐਂਡ ਤੇ ਭਾਅ ਜੀ, ਕੁਛ ਸਾਡੇ ਵਿਊਵਰਸ ਨੂੰ ਤੁਸੀਂ ਕੁਛ ਮੈਸੇਜ ਦੇਣਾ ਚਾਹੋਗੇ? ਮੇਰੀ ਇਹੋ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਤਾਂ ਹਰ ਉਹ ਬੰਦਾ ਜਿਹੜਾ ਇਸ ਖਿੱਤੇ 'ਚ ਜੰਮਿਆ, ਚਾਹੇ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ, ਬੋਧੀ, ਜੈਨੀ, ਵਟ ਐਵਰ ਕੋਈ ਵੀ ਹੈ, ਜਿਹੜਾ ਇਸ ਖਿੱਤੇ ਜੰਮਿਆ ਵਾ, ਸਾਡੀ ਮਾਂ ਬੋਲੀ ਪੰਜਾਬੀ ਹੈ, ਪੰਜਾਬੀ ਪੜ੍ਹੋ, ਪੰਜਾਬੀ ਸੁਣੋ, ਪੰਜਾਬੀ ਹੋਣ 'ਤੇ ਮਾਣ ਕਰੋ, ਕਿਉਂਕਿ ਜੇ ਅਸੀਂ ਆਪਣੀ ਮਾਂ ਬੋਲੀ ਭੁੱਲ ਗਏ ਤਾਂ ਸਾਨੂੰ ਪੰਜਾਬੀ ਘਵਾਉਣ ਦਾ ਵੀ ਕੋਈ ਹੱਕ ਨਹੀਂ ਰਹਿਣਾ। ਸੋ ਇਸ ਕਰਕੇ ਪੰਜਾਬੀ ਪੜ੍ਹੋ, ਪੰਜਾਬੀ ਬੋਲੋ, ਪੰਜਾਬੀ ਹੋਣ 'ਤੇ ਮਾਣ ਕਰੋ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਭਾਅ ਜੀ ਤੁਹਾਡਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।